हेलो 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 सत श्री अकाल प्लीज चेक पर तुसी बा कमाल बोलदे हो मैं नहीं कदी इदा बोलदा देखया गया अच्छा क्या बात है थैंक यू ਤੁਸੀਂ ਉਹ ਕੁਛ ਮਾੜਾ ਮੋਟਾ ਨਿਖਾਰ ਨਖੂਰ ਵੀ ਕਰਦੇ ਹੁੰਦੇ ਆ ਰੇਦੀ ਪਾ ਦਿੰਦੇ ਹੁੰਦੇ ਓਕੇ ਕੋਈ ਆਇਆ ਹੈ ਮੇਰੇ ਖਿਆਲ ਪਰਮਵੀਰ ਜੀ ਆਂਟੀ ਹੁਣੇ ਕੰਮ ਵਾਲੇ ਕੋਈ ਨਹੀਂ ਕਾਰੀ ਲੋ ਵੈਲਕਮ ਤੁਹਾਨੂੰ ਹੋਰ ਅਸਲੀ ਗੱਲ ਦੱਸਾਂ 3 ਸਾਲ ਹੋ ਗਏ ਆਂਟੀ ਨੂੰ ਕੰਮ ਕਰਦੇ ਆ ਅੱਛਾ ਤੇ ਮੇਰਾ ਨਾਮ ਆਂਟੀ ਇਹਨੂੰ ਮੇਰੇ ਨਾਮ ਨਹੀਂ ਪਤਾ ਵੇ ਕੈਂਡੀ ਕੈਂਡੀ ਦੇ ਮੈਂ ਤਾਂ ਕੈਂਡੀ ਹੋ ਕਹਿ ਦਿੰਦੀ ਓ ਭਾਈ ਓ ਅੱਜ ਜਿਹੜੀ ਗੱਲਬਾਤ ਹੈ ਉਹ ਸਾਡੀ ਕੈਂਬੀ ਨਾਲ ਹੋਏਗੀ ਜਾਂ ਕਰਮਵੀਰ ਨਾਲ ਹੋਏਗੀ ਕਰਮਵੀਰ ਭੁੱਲ ਨੀ ਹੋਣਾ ਪਿੱਠ ਤੇ ਕੀਤੇ ਵਾਰਾਂ ਨੂੰ ਤੇਰੇ ਨਾਲ ਮੁਹੱਬਤ ਸੀ ਜਦ ਯਾਰਾਂ ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਡਾਰਕ ਸਰਕਲਸ ਹੋ ਗਏ ਸੀਗੇ ਕਲਰ ਥੋੜਾ ਥੋੜਾ ਹੈ ਨਾ ਥੋੜਾ ਹੋ ਗਿਆ ਸੀਗਾ ਸਾਂਵਲਾ ਜਿਹਾ ਪਿੰਪਲਸ ਆ ਗਏ ਸੀ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਨਸ਼ਿਆਂ 'ਚ ਪੈ ਗਿਆ ਨਾ ਗਾਣੇ ਕਰਦਾ ਨਾ ਕੰਮ ਕਰਦਾ ਐਕਚੁਅਲੀ ਲਾਈਫ ਤਾਂ ਇਹੀ ਹੁੰਦੀ ਹੈ ਕਲਾਕਾਰਾਂ ਦੀ ਤਾਂ ਤੁਸੀਂ ਇੱਕ ਬਹੁਤ ਅੱਛਾ ਨੋਟ ਲਿਖ ਕੇ ਪਾਇਆ ਸੀਗਾ ਉਹ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਪਰ ਮੈਨੂੰ ਇਹ ਲੱਗਦਾ ਸੀ ਵੀ ਯਾਰ ਜਿਹੜੀ ਚੀਜ਼ ਨੂੰ ਮੈਂ ਭੁਲਾ ਦਿੰਦਾ ਇੱਕ ਦਿਨ ਬਾਅਦ ਦੋ ਦਿਨ ਬਾਅਦ ਜਦੋਂ ਕੋਈ ਮੈਨੂੰ ਮਿਲਦਾ ਮੈਨੂੰ ਫੇਰ ਪੁੱਛਦਾ ਜੀ ਮੈਨੂੰ ਫੇਰ ਉਹ ਚੀਜ਼ ਐਕਸਪਲੇਨ ਕਰਨੀ ਪੈਂਦੀ ਆ ਹਾਰ ਕੇ ਮੈਂ ਕਿਹਾ ਮੈਂ ਹੁਣ ਯੂਰਪ ਇੱਕ ਮਹੀਨਾ ਤਾਂ ਹੈਗਾ ਹੀ ਹਾਂ ਮੈਂ ਤਾਂ ਪੋਸਟ ਪਾਈ ਸੀਗੀ ਇੱਕ ਵਾਰ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਐਟਲੀਸਟ ਜਿਹੜਾ ਬੰਦਾ ਮੈਨੂੰ ਮਿਲੇ ਮੈਨੂੰ ਦੇਖੇ ਉਹ ਮੈਨੂੰ ਮੇਰੀ ਉਹ ਗੱਲ ਉਹ ਫੇਸ ਮੈਨੂੰ ਯਾਦ ਨਾ ਕਰਾਵੇ ਬਾਰ ਬਾਰ ਜਦੋਂ ਤੁਸੀਂ ਬਾਹਰੋਂ ਆਏ ਸੀਗੇ ਡਿਪੋਰਟ ਹੋ ਕੇ ਹੈ ਨਾ ਬੜੇ ਆਰਟਿਸਟ ਵੱਡੇ ਕਲਾਕਾਰ ਇਸ ਟਾਈਮ ਦੇ ਨਾਮੀ ਕਲਾਕਾਰਾਂ ਨੇ ਕਿਹਾ ਸੀਗਾ ਵੀ ਨਾਲ ਖੜੇ ਨੇ ਉਹ ਫੈਮਿਲੀ ਬਾਰੇ ਕੀ ਕਹੋਗੇ ਜਦੋਂ ਬਾਹਰੋਂ ਡਿਪੋਰਟ ਹੋ ਕੇ ਆਇਆ ਸੀ ਹਲਾ ਲਾਲਾ ਹੋ ਗਈ ਸੀ ਲੋਕਾਂ ਨੂੰ ਇੱਕ ਹੌਟ ਟੌਪਿਕ ਸੀਗਾ ਜੀ ਉਦੋਂ ਜਿਹੜੇ ਮੈਂ ਨਹੀਂ ਕਹਿੰਦਾ ਬੰਦੇ ਮਤਲਬ ਲਈ ਖੜੇ ਸੀ ਸਾਰੇ ਨਹੀਂ ਕਹਿੰਦਾ ਪਰ ਬਾਲੀਆਂ ਮੱਖੀਆਂ ਤਾਂ ਗੁੜ ਨੂੰ ਆਈਆਂ ਸੀ ਅੱਛਾ ਜ਼ਿਆਦਾ ਮੱਖੀਆਂ ਗੁੜ ਨੂੰ ਆਈਆਂ ਸੀ ਜੀ ਉਦੋਂ ਪਤਾ ਸੀ ਵੀ ਫਾਇਦਾ ਆ ਕੰਮ ਇਹਨਾਂ ਕਰ ਲਾਂਗੇ ਇਹਨੂੰ ਜੇ ਸਾਈਨ ਕਰ ਲਾਂਗੇ ਇਹਦੇ ਨਾਲ ਵੀਡੀਓ ਕਰ ਲਾਂਗੇ ਜਾਂ ਕੁਛ ਕਰ ਲਾਂਗੇ ਬੰਦਾ ਨਾ ਜਦੋਂ ਇੱਥੇ ਹੁੰਦਾ ਉਦੋਂ ਤੁਹਾਨੂੰ ਹੋਰ ਤਰੀਕੇ ਨਾਲ ਮਿਲਦਾ ਜਦੋਂ ਬੰਦਾ ਇੱਥੇ ਪਹੁੰਚ ਜਾਂਦਾ ਭਾਵੇਂ ਥੋੜਾ ਯਾਰ ਹੋਵੇ ਕੁਛ ਵੀ ਹੋਵੇ ਫਿਰ ਉਹ ਤੁਹਾਡੇ ਲਈ ਉਹਦਾ ਵਤੀਰਾ ਬਦਲ ਜਾਂਦਾ ਟ੍ਰੀਟਮੈਂਟ ਉਸ ਚੀਜ਼ ਦੇ ਗਾਣਾ ਲਿਖਿਆ ਸੀ ਡਿੱਗਦੇ ਨੂੰ ਵੇਖ ਕੇ ਛਡਾਉਂਦੇ ਨੇ ਪੱਲਾ ਜਿੱਥੇ ਪਹੁੰਚ ਨਵੇਂ ਮੁੰਡੇ ਚੱਕਦੇ ਨੇ ਫੀਲਿੰਗਾਂ ਆ ਲੈ ਵੇਖ ਦੂਜੀ ਉੱਥੇ ਵਾਰ ਮੈਂ ਚੱਲਾ ਰਾਤ ਦਿੱਤੀ ਤਾਰਿਆਂ ਨੂੰ ਕਰ ਲੋ ਗਰੂਰ ਦਿਖਣ ਨੀ ਦਿੰਦਾ ਮੈਂ ਸਵੇਰੇ ਚ ਅੱਛਾ ਫਿਰ ਤੁਸੀਂ ਬਾਹਰੋਂ ਆ ਕੇ ਸਟੱਡੀਜ਼ ਵਗੈਰਾ ਤੇ ਦੁਬਾਰਾ ਕੋਸ਼ਿਸ਼ ਕੀਤੀ ਕਰਨ ਦੀ ਜਾਂ ਫਿਰ ਇਹ ਕਲਮ ਦਾ ਕਮਾਲ ਆਪਣੇ ਆਪ ਪਰਮਾਤਮਾ ਦੀ ਦਾਤ ਹੈ ਨਹੀਂ ਗਾ ਫਿਰ ਮੈਂ ਪੜ੍ਹਿਆ ਪੜ੍ਹਿਆ ਨਹੀਂ ਪੜ੍ਹਨਾ ਕੀ ਸੀ ਆ ਕੇ ਦੱਸੋ ਹੈ ਪੜ੍ਹਾਈਆਂ ਕਿਤਾਬਾਂ ਕਿੱਥੇ ਸਿਖਾਉਂਦੀਆਂ ਬੰਦ ਕਮਰੇ ਕਈ ਵਾਰ ਖੁੱਲੀਆਂ ਕਿਤਾਬਾਂ ਤੋਂ ਵੱਧ ਸਿਖਾ ਜਾਂਦੇ ਆ ਤੇ ਫਿਰ ਹੁਣ ਜਿਹੜਾ ਕੰਮ ਕਰਨ ਦਾ ਪ੍ਰੋਸੈਸ ਹੈ ਉਹ ਕਿਸ ਤਰੀਕੇ ਦੇ ਨਾਲ ਲੈ ਕੇ ਆਓਗੇ ਤੁਸੀਂ ਅੱਗੇ ਤਰੀਕਾ ਤਾਂ ਬਸ ਹੁਣ ਵਾਈਬ ਤੇ ਚੱਲਾਂਗੇ ਬਿਨਾਂ ਸੋਚੇ ਸਮਝੇ ਮੈਂ ਚੰਗੇ ਗਾਣੇ ਬਹੁਤ ਕੱਢੇ ਕਿਸੇ ਨੇ ਸੁਣੇ ਨਹੀਂ ਤੇ ਮੈਂ ਹੁਣ ਇੱਦਾਂ ਦੇ ਗਾਣੇ ਕੱਢਣੇ ਆ ਇਹਨਾਂ ਨੇ ਮੇਰੇ ਪੁਤਲੇ ਫੂਕਣੇ ਆ ਤੇ ਮੈਂ ਕੱਢਣੇ ਆ ਮੈਨੂੰ ਕੋਈ ਰੋਕ ਨਹੀਂ ਸਕਦਾ ਕਿਉਂ ਮਤਲਬ ਪੁਤਲੇ ਫੂਕਣੇ ਇਹ ਬਹੁਤ ਵੱਡੀ ਸਟੇਟਮੈਂਟ ਹੈ ਬਟ ਇਦਾਂ ਕਿਉਂ ਕਹਿ ਰਹੇ ਹੋ ਇਦਾਂ ਤਾਂ ਕਹਿ ਰਹੇ ਆ ਫਿਰ ਕਹਿਣਗੇ ਆ ਕਿੱਦਾਂ ਦੀ ਵਰਡਿੰਗ ਯੂਜ਼ ਕਰਦਾ ਕੀ ਗਾਉਂਦਾ ਕੀ ਕਰਦਾ ਕਰਾਂਗੇ ਕਿਉਂਕਿ ਚੰਗੇ ਨਹੀਂ ਸੁਣੇ ਫਿਰ ਆਪਾਂ ਤਾਂ ਰੋਟੀ ਚਲਾਉਣੀ ਆ ਗਾਵਾਂਗੇ ਆਪਾਂ ਤਾਂ ਜੋ ਲਿਖਿਆ ਉਹ ਕੱਢਣਾ ਹੀ ਆ ਕਿਹੜੇ ਕਿਹੜੇ ਹੋਣੀ ਚਮਕੀਲੇ ਹੋਣੀ ਵੀ ਤਾਂ ਦੇਖੋ ਗਾਇਆ ਹੀ ਆ ਉਦੋਂ ਪਹਿਲਾਂ ਗਾਲਾਂ ਕੱਢੀ ਕੇ ਬਾਅਦ ਲੋਕ ਸੁਣਦੇ ਆ ਕਾਰਨ ਚ ਗਾਣਿਆਂ ਚ ਥੋੜੀ ਉਹ ਚੀਜ਼ਾਂ ਲਿਖੀਆਂ ਉਦਾਂ ਦੇ ਗਾਣੇ ਨਹੀਂ ਲਿਖੇ ਇਹ ਸਿਸਟਮ ਨਹੀਂ ਹੈਗਾ ਵੀ ਕਿਸੇ ਦੇ ਖਿਲਾਫ ਗਾਣੇ ਚੱਕ ਦੂੰ ਮਾਰ ਦੂੰ ਉਹ ਸਰੀਰੇ ਹੈ ਨਹੀਂ ਉਦਾਂ ਦਾ ਮੈਂ ਕੀ ਕਹਾਂ ਅੱਛਾ ਮੈਂ ਤੁਹਾਨੂੰ ਇੱਕ ਦੱਸਦਾ ਕਦੀ ਗੱਲ ਸ਼ੇਅਰ ਨਹੀਂ ਕੀਤੀ ਮੈਂ ਸਿੱਧੂ ਨੂੰ ਇੱਕ ਵਾਰ ਮਿਲਿਆ ਜ਼ਿੰਦਗੀ 'ਚ ਜੰਡੂ ਭਾਈ ਦੇ ਸਟੂਡੀਓ ਅਤੇ ਉੱਥੇ ਉਹ ਗਾਣਾ ਡੱਬ ਕਰਨ ਆਇਆ ਸੀ ਜੰਡੂ ਨੂੰ ਗਾਣਾ ਦੇਣ ਆਇਆ ਸੀ ਆ ਗਿਆ ਨੂੰ ਹੀ ਵੀ ਲੁੱਟਿਆ ਜੰਡੂ ਕਹਿੰਦਾ ਮੈਂ ਗਾਣਾ ਇਹਦੇ ਤੋਂ ਲੈਣਾ ਅਤੇ ਇਹਦਾ ਗਾਣਾ ਵੀ ਕਰ ਰਿਹਾ ਰਿਲੀਜ਼ ਹੋਣਾ ਨਾ ਗਾਣਾ ਸੀਗਾ ਟੋਰਾਂਟੋ ਤੇਰੇ ਲਈ ਅਫੋਰਡ ਹੋਣੀ ਜੋ ਭਰਾ ਹਨ ਅਤੇ ਇਹਦਾ ਗਾਣੇ ਵੀਰਾ ਸੁਣਾਉਣ ਲੱਗ ਗਿਆ ਕਹਿੰਦਾ ਵੀ ਜੰਡੂ ਵੀਰਾ ਕਹਿੰਦਾ ਵੀ ਨਿੰਜੇ ਦਾ ਗਾਣਾ ਕਰਿਆ ਲਸਾਂਸ ਹੈ ਨਾ ਦੇੜ ਦੀਆਂ ਹਿੱਕਾਂ ਮੈਂ ਕਿਹਾ ਯਾਰ ਬਹੁਤ ਵਧੀਆ ਗਾਣਾ ਇੱਦਾਂ ਇੱਦਾਂ ਕਹਿੰਦਾ ਵੀ ਮੈਂ ਕਿਹਾ ਕਹਿੰਦਾ ਤੂੰ ਤੂੰ ਹੀ ਲੈ ਲਾ ਗਾਣਾ ਮੈਂ ਇੱਦਾਂ ਸੁਣਨ ਲੱਗ ਗਿਆ ਵੀਰੇ ਨੇ ਮੈਨੂੰ ਗਾਣਾ ਸੁਣਾਇਆ
ਖਪਰਿਆਂ ਦੇ ਨਾਲ ਖਹਿ ਨਾ ਬੱਲਿਆ ਵੱਢਿਆ ਜਾਵੇਗਾ। ਮੈਂ ਮਤਲਬ ਮਿਊਜ਼ਿਕ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਮੈਂ ਉਹਨੂੰ ਇਹੀ ਗੱਲ ਕਹੀ, ਮੈਂ ਕਿਹਾ ਵੀ ਮੈਂ ਕਿਹਾ ਯਾਰ ਵੀਰੇ ਤੇਰੀ ਆਵਾਜ਼ ਬਹੁਤ ਵਧੀਆ ਵੀ ਤੂੰ ਆਪ ਗਾਉਣ ਵਾਲੇ, ਮੈਂ ਕਿਹਾ ਯਾਰ ਮੇਰਾ ਸਰੀਰ ਹੀ ਹੈ ਨਹੀਂ ਇੱਦਾਂ ਦੇ ਗਾਣੇ ਗਾਉਣ ਵਾਲਾ, ਮੈਂ ਕਿਹਾ ਮੈਂ ਯਾਰ ਗਾ ਨਹੀਂ ਸਕਦਾ। ਇਹ ਨਹੀਂ ਵੀ ਉਹ ਮੈਨੂੰ ਦੇ ਰਿਹਾ ਸੀ, ਮੈਂ ਕਿਹਾ ਮੈਂ ਗਾ ਨਹੀਂ ਸਕਦਾ, ਮਤਲਬ ਮੈਂ ਆਪ ਕਿਹਾ, ਮੈਂ ਕਿਹਾ ਯਾਰ ਮੈਂ ਗਾਣਾ ਲੈ ਲੈਂਦਾ ਪਰ ਯਾਰ ਮੇਰਾ ਸਰੀਰ ਹੀ ਹੈ ਨਹੀਂ ਉਸ ਜਸਟੀਫਾਈ ਨਹੀਂ ਹੋਣੀ ਚਾਹੀਦੀ। ਅਤੇ ਫਿਰ ਵੀਰਾ ਕਹਿੰਦਾ, ਮੈਂ ਕਿਹਾ ਯਾਰ ਤੂੰ ਆਪ ਗਾ, ਜੰਡੂ ਵੀਰਾ ਕਹਿੰਦਾ ਹਾਂ, ਕਹਿੰਦਾ ਬਾਈ ਦੇ ਗਾਣੇ ਵੀ ਰਿਕਾਰਡ ਆਪਾਂ ਕਰ ਰਹੇ ਹਾਂ। ਕਿਹੜੇ ਕਿਹੜੇ ਮੇਰਾ ਕਸ ਤੁਸੀਂ ਇਹਨਾਂ ਸਾਲਾਂ ਦੇ ਵਿੱਚ ਹੁੰਦੇ ਵੇਖਿਆ, ਕਿੱਥੇ ਕਿੱਥੇ ਲੱਗਿਆ ਕਿ ਯਾਰ ਮਤਲਬ ਮੈਂ ਨਹੀਂ ਸੀ ਸੋਚਿਆ ਪਰ ਵਾਹਿਗੁਰੂ ਆਪ ਆ ਕੇ ਖੜਿਆ? ਵੈਸੇ ਤਾਂ ਵਿਆਹ ਕਰਾਉਣਾ ਨਹੀਂ। ਕਿਉਂ? ਜੇ ਕਰਾਇਆ ਫਿਰ ਕਿਸ ਨੂੰ ਦੱਸਾਂ? ਕਿਉਂ? ਬਸ ਪਰਸਨਲ ਲਾਈਫ ਲੋਕ ਹੀ ਰੱਖਣਾ। ਨਹੀਂ ਕਰਾਉਣਾ ਕਿਉਂ ਨਹੀਂ, ਬੰਡ ਹੀ ਨਹੀਂ ਕਿਸੇ ਦਾ। ਪਰ ਤੁਸੀਂ ਤਾਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਆਪ ਨੂੰ ਹੁਣ ਬਹੁਤ ਚੇਂਜ ਕੀਤਾ ਹੈ। ਉਸ ਮਾਮਲੇ 'ਚ ਨਹੀਂ ਕਰਨਾ, ਦੱਸ ਕੇ ਜਾਵਾਂਗੇ, ਕਿਸੇ ਇੱਕ ਨੂੰ ਦੱਸ ਕੇ ਜਾਵਾਂਗੇ। ਬਹੁਤ ਹੋਈਆਂ, ਬਹੁਤ ਬਹੁਤ ਮਰੇਕਲ ਮਰੇਕਲ ਹੀ ਹੋ ਸੀਗੇ ਉਹ, ਇੱਦਾਂ ਦੀਆਂ ਚੀਜ਼ਾਂ ਹੋਈਆਂ। ਸੋ ਇਸ ਕਰਕੇ ਮੇਰਾ ਤਾਂ ਬਹੁਤ ਵਿਸ਼ਵਾਸ ਹੈ। ਕੌਣ ਹੋਏਗਾ ਇੱਕ ਬੰਦਾ? ਬੰਦਾ ਹੀ ਹੋਏਗਾ? ਬੰਦਾ ਹੀ, ਬੰਦੀ ਨਹੀਂ ਹੋ ਸਕਦੀ? ਬੰਦੀ ਵੀ ਹੋ ਸਕਦੀ ਹੈ, ਹੋ ਸਕਦੀ ਹੈ, ਮਤਲਬ ਪਰ ਬੰਦੀ ਬੰਦੀ ਤਾਂ ਨਹੀਂ ਹੋ ਸਕਦੀ। ਮੈਂ ਆਪਦੀ ਪਰਸਨਲ ਲਾਈਫ ਬਹੁਤ ਲੋਕ ਹੀ ਰੱਖਦਾ, ਬਹੁਤ ਜ਼ਿਆਦਾ ਲੋਕ ਹੀ ਰੱਖਦਾ ਆਪਦੀ ਪਰਸਨਲ ਲਾਈਫ। ਪਿੱਠ ਪਿੱਛੇ ਆਖਦੇ ਨੇ ਗੇਮ ਵਿੱਚੋਂ ਬਾਹਰ ਆ ਜਾ ਠਾਲਦੇ ਹਨੇਰਾ, ਆ ਤਾਂ ਕੁਝ ਵੀ ਨਹੀਂ ਹਾਲੇ ਦਿਨ ਹੋਰ ਮਾੜੇ ਆਉਣੇ, ਚੱਲ ਉੱਠ ਮੇਰੇ ਸ਼ੇਰਾ। ਸਿਨੇਮਾ ਸਟਾਰਡਮ ਦੇਖਣ 'ਚ ਕਿੰਨਾ ਮਜ਼ਾ ਆਉਂਦਾ ਨਾ, ਲੇਕਿਨ ਇਹਦੇ ਅੰਦਰ ਬੜੀਆਂ ਕਹਾਣੀਆਂ ਹੁੰਦੀਆਂ। ਮੈਨੂੰ ਲੱਗਦਾ ਜਿੰਨੇ ਕਲਾਕਾਰ ਓਨੀਆਂ ਹੀ ਕਹਾਣੀਆਂ। ਕੋਈ ਸ਼ੋਹਰਤਾਂ ਨਾਲ ਖੇਡ ਰਿਹਾ ਹੈ, ਕੋਈ ਦੌਲਤਾਂ ਨਾਲ ਖੇਡ ਰਿਹਾ ਹੈ, ਕਿਸੇ ਦੀ ਸ਼ੋਹਰਤ ਕਦਮਾਂ ਦੇ ਵਿੱਚ ਹੈ, ਅਤੇ ਕੋਈ ਖੁਦ ਨਾਲ ਹੀ ਗੱਲਾਂ ਕਰਨ 'ਤੇ ਮਜਬੂਰ ਹੋ ਗਿਆ। ਆਈ ਮੀਨ ਇੰਨੀਆਂ ਸਾਰੀਆਂ ਕਹਾਣੀਆਂ ਅਸੀਂ ਵੇਖਦੇ ਹਾਂ ਕਿ ਸੁਣ ਕੇ ਲੱਗਦਾ ਕਿ ਅੱਛਾ ਇਹ ਵੀ ਇੱਕ ਇੰਡਸਟਰੀ ਦਾ ਪਾਰਟ ਹੈ, ਇਹ ਵੀ ਕਿਸੇ ਦੀ ਜ਼ਿੰਦਗੀ ਦੀ ਕਹਾਣੀ ਹੈ। ਸੋ ਅੱਜ ਦੀ ਜਿਹੜੀ ਜ਼ਿੰਦਗੀ ਦੀ ਕਹਾਣੀ ਹੈ ਉਹ ਬਾ ਕਮਾਲ ਹੈ। ਬੜੇ ਉਤਾਰ ਚੜਾਵ ਦੇਖੇ ਨੇ, ਹਨੇਰਾ ਵੀ ਵੇਖਿਆ, ਹਨੇਰੇ 'ਚੋਂ ਉੱਭਰਦੇ ਵੀ ਵੇਖਿਆ, ਫਿਰ ਹਨੇਰੇ 'ਚ ਵੜਦੇ ਵੀ ਦੇਖਿਆ, ਖੁਦ ਨਾਲ ਲੜਦੇ ਵੀ ਦੇਖਿਆ, ਅਤੇ ਕਮਾਲ ਦੀ ਕਲਮ ਅਤੇ ਗਾਇਕੀ ਵੀ ਦੇਖੀ ਹੈ। ਸੋ ਅੱਜ ਇਹ ਇੰਟਰਵਿਊ ਪਰਸਨਲੀ ਮੈਂ ਜਿਹੜੀ ਹੈ ਬਹੁਤ ਦਿਲੋਂ ਕਰਨ ਆਈ ਹਾਂ, ਕਿਉਂਕਿ ਮੈਂ ਸੱਚੀ ਜਾਣਨਾ ਚਾਹੁੰਦੀ ਸੀ ਕਿ ਇਸ ਚਮਚਮਾਉਂਦੀ ਦੁਨੀਆ ਦੇ ਵਿੱਚ ਜਿਹੜੀ ਕਾਲੀਆਂ ਰਾਤਾਂ ਨੇ, ਜਿਹੜੇ ਕਾਲਾ ਸਮੇਂ ਆ, ਉਹ ਕਿਹੋ ਜਿਹਾ ਸਮਾਂ ਆ। ਸੋ ਕਿਸ ਤਰ੍ਹਾਂ ਅਪ ਐਂਡ ਡਾਊਨਸ ਤੋਂ ਬਾਅਦ ਹੁਣ ਫਾਈਨਲੀ ਉਹ ਵਾਪਸ ਕਮਬੈਕ ਕਰਨ ਜਾ ਰਹੇ ਨੇ। ਸੋ ਉਸ ਤੋਂ ਪਹਿਲੇ ਹੀ ਸਵਾਗਤ ਕਰਨਾ ਚਾਹਾਂਗੇ ਕੈਂਬੀ ਦਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਥੈਂਕ ਯੂ ਤੁਹਾਡਾ ਤੁਸੀਂ ਆਏ ਸਾਡੇ ਘਰੇ। ਪਰ ਤੁਸੀਂ ਬਾ ਕਮਾਲ ਬੋਲਦੇ ਹੋ, ਮੈਂ ਨਹੀਂ ਕਦੀ ਇੱਦਾਂ ਬੋਲਦਾ ਦੇਖਿਆ ਗਿਆ। ਅੱਛਾ, ਕਿਆ ਬਾਤ ਹੈ, ਥੈਂਕ ਯੂ। ਅੱਜ ਜਿਹੜੀ ਗੱਲਬਾਤ ਹੈ ਉਹ ਸਾਡੀ ਕੈਂਬੀ ਨਾਲ ਹੋਏਗੀ ਜਾਂ ਕਰਮਵੀਰ ਨਾਲ ਹੋਏਗੀ? ਕਰਮਵੀਰ ਨਾਲ, ਕਰਮਵੀਰ ਨਾਲ ਹੋਏਗੀ, ਰਿਐਲਿਟੀ 'ਚ ਗੱਲਾਂ ਆਉਣਗੀਆਂ। ਕੈਂਬੀ ਨੂੰ ਤਾਂ ਦੁਨੀਆ ਆਪਣੇ ਆਪਣੇ ਸੋਚ ਦੇ ਮੁਤਾਬਿਕ ਜਾਂ ਜੋ ਦੇਖਦੀ ਆ ਸੋਸ਼ਲ ਮੀਡੀਆ ਦੇ, ਉਸ ਮੁਤਾਬਿਕ ਧਰੀ ਬੈਠੀ ਆ ਵੀ ਇਹ ਕੈਂਬੀ ਆ, ਇਹ ਕੈਂਬੀ ਆ, ਕੈਂਬੀ ਇੱਦਾਂ ਦਾ, ਕੈਂਬੀ ਉੱਦਾਂ ਦਾ, ਕਿੱਦਾਂ ਕਿੱਦਾਂ ਦਾ ਹੀ ਅੱਗੇ ਗੱਲਬਾਤ ਕਰਾਂਗੇ। ਕਰਮਵੀਰ ਕਿਹੋ ਜਿਹਾ ਅਸਲ ਜ਼ਿੰਦਗੀ 'ਚ ਕੀ ਕਰ ਰਿਹਾ ਕੁਝ ਸਾਲਾਂ ਤੋਂ, ਕਿਸ ਤਰ੍ਹਾਂ ਰਹਿ ਰਿਹਾ, ਮੈਨੂੰ ਪਹਿਲੇ ਉਹ ਦੱਸੋ। ਕਰਮਵੀਰ ਮੂੰਹ ਫੱਟ ਬੰਦਾ ਆ, ਸਪਸ਼ਟ ਗੱਲ ਕਹਿਣ ਵਾਲਾ ਬੰਦਾ, ਲੋਕਾਂ ਨੂੰ ਰੂਡ ਲੱਗਦਾ ਜੀ, ਪਰ ਆਪਣੇ ਤੋਂ ਗੇਮਾਂ ਹੀ ਨਹੀਂ ਖੇਲੀਆਂ ਜਾਂਦੀਆਂ ਉੱਧਰ, ਕਿਉਂਕਿ ਮੈਨੂੰ ਲੱਗਦਾ ਵੀ ਉਹ ਦਿਮਾਗ ਵਾਲਾ ਲਾਉਣਾ ਪੈਂਦਾ ਉੱਧਰ ਉਹਨਾਂ ਚੀਜ਼ਾਂ 'ਚ ਜਦੋਂ ਆਪਾਂ ਵਿਚਰਦੇ ਹਾਂ ਦੁਨੀਆਦਾਰੀ 'ਚ। ਲੋਕ ਚਾਹੁੰਦੇ ਆ, ਲੋਕ ਆਪਦੇ ਹਿਸਾਬ ਨਾਲ ਤੁਹਾਨੂੰ ਦੇਖਣਾ ਚਾਹੁੰਦੇ, ਸਾਡੇ ਹਿਸਾਬ ਨਾਲ ਸਾਨੂੰ ਜਿੰਨਾ ਟਾਈਮ ਵਧੀਆ ਲੱਗਦਾ ਬੰਦਾ ਉਨਾ ਟਾਈਮ ਬੰਦੇ ਨਾਲ ਯਾਰੀ ਰੱਖਦੇ ਆ, ਉਨਾ ਟਾਈਮ ਤੁਹਾਡੇ ਨਾਲ ਰਿਲੇਸ਼ਨ ਗੁੱਡ ਰਹਿੰਦਾ। ਪਰ ਮੈਨੂੰ ਇਹ ਸਟ੍ਰੈਸਫੁਲ ਲੱਗਦੀਆਂ ਚੀਜ਼ਾਂ, ਮੈਨੂੰ ਲੱਗਦਾ ਵੀ ਬੀ ਰੀਅਲ, ਜਿਹਨੇ ਰਹਿਣਾ ਹੋਊਗਾ ਰਹਿ ਲੂਗਾ, ਜਾਣਾ ਹੋਊਗਾ ਚਲੂ। ਮੈਂ ਵੀ ਇਹੀ ਮੰਨਦੀ ਹਾਂ, ਕਿਉਂਕਿ ਜਦੋਂ ਤੁਸੀਂ ਬਨਾਵਟੀ ਜ਼ਿੰਦਗੀ ਜੀਂਦੇ ਹੋ ਨਾ, ਉਹ ਫਿਰ ਬੜੇ ਪੱਤਲ 'ਚ ਤਲਨੇ ਪੈਂਦੇ ਆ ਕਿ ਅਸੀਂ ਅੱਗੇ ਕੁਛ ਕਿਸੇ ਜੋ ਹੈਗੇ ਉਸ ਹੈਗੇ, ਕੋਈ ਟੈਨਸ਼ਨ ਹੀ ਨਹੀਂ ਹੁੰਦਾ। ਪਰ ਨੁਕਸਾਨ ਨਹੀਂ ਹੁੰਦਾ ਇਸ ਚੀਜ਼ ਦਾ? ਤੁਹਾਡੇ ਸਾਹਮਣੇ ਹੀ ਆ, ਚੱਲੀ ਬੈਠੇ ਆ। ਅੱਛਾ, ਵੈਸੇ ਤੁਸੀਂ ਇੱਕ ਗੱਲ ਕਹੀ, ਮੈਂ ਹੁਣੇ ਹੀ ਇਹਨਾਂ ਦੇ ਗਾਣੇ ਕੁਛ ਸੁਣ ਕੇ ਹਟੀ ਹਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਐਕਚੁਅਲੀ ਬਲਾਸਟ ਕਰਨ ਵਾਲੇ ਆ। ਸੋ ਮੈਂ ਸਮਝ ਸਕਦੀ ਹਾਂ ਕਿ ਦਿਮਾਗ ਤੁਸੀਂ ਇੱਧਰ ਲਿਪਾਓ ਸਨ, ਇਹਨਾਂ ਦਾ ਸਾਰਾ ਦਿਮਾਗ ਤੁਹਾਡਾ ਕਲਮ ਦੇ ਵਿੱਚ ਹੈ। ਬਿਲਕੁਲ ਜੀ, ਆਪਦੇ ਆਪ ਨੂੰ ਇਹ ਚੀਜ਼ਾਂ ਫੋਕਸ ਖਰਾਬ ਕਰਦੀਆਂ। ਸੋ ਆਪਾਂ ਨੂੰ ਓਕੇ ਆ, ਰਿਲੇਸ਼ਨ ਰਿਲੂਸ਼ਨ ਜ਼ਿੰਦਗੀ 'ਚ ਕੋਈ ਟਿਕਦਾ ਜਾਂ ਨਹੀਂ ਟਿਕਦਾ, ਅਗਲੇ ਦੀ ਮੈਂਟੈਲਿਟੀ ਆ ਆਪਣੇ ਕੋਲੋਂ। ਆਪਾਂ ਤਾਂ ਸ਼ੁਰੂ ਤੋਂ ਮੇਰਾ ਇੱਦਾਂ ਰਿਹਾ ਵੀ ਬੀ ਰੀਅਲ, ਦੈਟਸ ਇਟ। ਸੋ ਕਹਿੰਦੀ ਹੁਣ ਤੁਹਾਡਾ ਫੇਸ ਵਗੈਰਾ ਥੋੜ੍ਹਾ ਪਹਿਲਾਂ ਨਾਲੋਂ ਬੈਟਰ ਹੋਇਆ, ਡਾਰਕ ਸਰਕਲਸ ਹੋ ਗਏ ਸੀਗੇ, ਕਲਰ ਥੋੜ੍ਹਾ ਥੋੜ੍ਹਾ ਹੈ ਨਾ, ਥੋੜ੍ਹਾ ਹੋ ਗਿਆ ਸੀਗਾ ਸਾਂਭਲਾ ਜਿਹਾ, ਪਿੰਪਲਸ ਆ ਗਏ ਸੀ, ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਨਸ਼ਿਆਂ 'ਚ ਪੈ ਗਿਆ, ਨਾ ਗਾਣੇ ਕਰਦਾ ਨਾ ਕੰਮ ਕਰਦਾ। ਐਕਚੁਅਲੀ ਲਾਈਫ ਤਾਂ ਇਹੀ ਹੁੰਦੀ ਹੈ ਕਲਾਕਾਰਾਂ ਦੀ। ਸੋ ਤੁਸੀਂ ਇੱਕ ਬਹੁਤ ਅੱਛਾ ਨੋਟ ਲਿਖ ਕੇ ਪਾਇਆ ਸੀਗਾ, ਉਹ ਪਲੀਜ਼ ਸਾਡੇ ਨਾਲ ਸ਼ੇਅਰ ਕਰੋ। ਚੱਕਰ ਇੱਦਾਂ ਹੈ ਨਾ ਵੀ ਹੁਣ ਜੋ ਕੋਈ ਵੀ ਪਬਲਿਕ ਫਿਗਰ ਆ ਜੀ,
ਉਹਨੇ ਲੋਕਾਂ ਸਾਹਮਣੇ ਉਹਨੂੰ ਰਹਿਣਾ ਪੈਂਦਾ ਰਾਈਟ, ਪੋਸਟ ਵੀ ਹਰ ਵੇਲੇ ਬੰਦੇ ਨੂੰ ਪਾਉਣੀ ਪੈਂਦੀ ਆ। ਉਦੋਂ ਗਾਣਾ ਆਇਆ ਸੀ, ਗਾਣੇ 'ਤੇ ਮੈਂ ਚਾਹੁੰਦਾ ਵੀ ਨਹੀਂ ਸੀ ਪਰ ਮੈਨੂੰ ਪੋਸਟਾਂ ਪਾਉਣੀਆਂ ਪਈਆਂ। ਫਿਰ ਮੈਂ ਯੂਰਪ ਸੀਗਾ, ਇੱਥੇ ਤਾਂ ਮੈਂ ਘੱਟ ਵੱਧ ਹੀ ਮਿਲਦਾ, ਮੈਂ ਸੇਮ ਜਿਹੜੀ ਸੁਸਾਇਟੀ 'ਚ ਰਹਿੰਦਾ 3.5 ਸਾਲ ਹੋ ਗਏ ਲੋਕਾਂ ਨੂੰ, ਮੈਨੂੰ ਲੱਗਦਾ ਵੀ 5% ਲੋਕਾਂ ਨੂੰ ਪਤਾ ਹੋਊਗਾ ਮੈਂ ਇੱਥੇ ਰਹਿੰਦਾ। ਮੈਂ ਆਪਦੇ ਘਰ 'ਚ ਹੀ ਰਹਿੰਦਾ, ਮੈਂ ਨਿਕਲਦਾ ਨਹੀਂ ਜੀ, ਮੇਰਾ ਇਹੀ ਘਰ ਆ। ਕਈ ਵਾਰੀ ਤਾਂ ਮੇਰਾ ਕਮਰਾ ਮੇਰਾ ਘਰ ਹੋ ਜਾਂਦਾ, ਇਹ ਸਿਸਟਮ ਹੁੰਦਾ। ਅਤੇ ਉਦੋਂ ਮੈਂ ਬਾਹਰ ਸੀਗਾ, ਮੈਨੂੰ ਜਿੱਦਾਂ ਲੋਕ ਮਿਲਦੇ ਸੀ ਹੈ ਨਾ, ਹਰ ਬੰਦਾ ਪੁੱਛਦਾ ਸੀ ਯਾਰ ਤੇਰੀਆਂ ਅੱਖਾਂ ਤੋਂ, ਤੇਰੀ ਸ਼ਕਲ ਤੋਂ ਤੈਨੂੰ ਕੀ ਹੋਇਆ, ਇੱਦਾਂ ਇੱਦਾਂ। ਉਹ ਜਦੋਂ ਹਰ ਵਾਰ ਬੰਦਾ ਮੈਨੂੰ ਪੁੱਛ ਰਿਹਾ, ਮੈਂ ਉਸ ਜ਼ੋਨ 'ਚੋਂ ਲੰਘ ਰਿਹਾ। ਪਰ ਮੈਨੂੰ ਇਹ ਲੱਗਦਾ ਸੀ ਵੀ ਯਾਰ ਜਿਹੜੀ ਚੀਜ਼ ਨੂੰ ਮੈਂ ਭੁਲਾ ਦਿੰਦਾ, ਇੱਕ ਦਿਨ ਬਾਅਦ, ਦੋ ਦਿਨ ਬਾਅਦ, ਜਦੋਂ ਕੋਈ ਮੈਨੂੰ ਮਿਲਦਾ ਮੈਨੂੰ ਫਿਰ ਪੁੱਛਦਾ ਜੀ, ਮੈਨੂੰ ਫਿਰ ਉਹ ਚੀਜ਼ ਐਕਸਪਲੇਨ ਕਰਨੀ ਪੈਂਦੀ ਆ। ਹਾਰ ਕੇ ਮੈਂ ਕਿਹਾ ਮੈਂ ਹੁਣ ਯੂਰਪ 1 ਮਹੀਨਾ ਤਾਂ ਹੈਗਾ ਹੀ ਹਾਂ, ਮੈਂ ਤਾਂ ਪੋਸਟ ਪਾਈ ਸੀ ਕਿ ਇੱਕ ਵਾਰ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਐਟਲੀਸਟ ਜਿਹੜਾ ਬੰਦਾ ਮੈਨੂੰ ਮਿਲੇ, ਮੈਨੂੰ ਦੇਖੇ, ਉਹ ਮੈਨੂੰ ਮੇਰੀ ਉਹ ਗੱਲ, ਉਹ ਫੇਸ ਮੈਨੂੰ ਯਾਦ ਨਾ ਕਰਾਵੇ ਬਾਰ ਬਾਰ। ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਕਿਸੇ ਡਾਰਕ ਪੀਰੀਅਡ 'ਚ ਗੋ ਥਰੂ ਹੋ ਰਿਹਾ, ਸਭ ਦੀ ਜ਼ਿੰਦਗੀ 'ਚ ਹੁੰਦਾ, ਮੇਰੀ ਤੁਹਾਡੀ ਐਵਰੀਬਾਡੀ ਹੈ ਨਾ, ਉਹਨੂੰ ਫੇਸ ਕਰਨਾ ਪੈਂਦਾ। ਕਹਿੰਦੀ ਇੱਕ ਅਸੀਂ ਅੰਦਰੋਂ ਉੱਭਰ ਰਹੇ ਹੁੰਦੇ ਹਾਂ, ਪੂਰੀ ਰਾਤ ਅਸੀਂ ਖੱਪਦੇ ਹਾਂ, ਰੋਂਦੇ ਹਾਂ, ਖੁਦ ਨਾਲ ਸਵਾਲ ਜਵਾਬ, ਖੁਦ ਨਾਲ ਗੱਲਾਂ ਕਰਦੇ ਹਾਂ, ਹੈ ਨਾ, ਸਵੇਰੇ ਉੱਠ ਫਿਰ ਜਵਾਬ ਦੇਣੇ ਪੈਂਦੇ ਆ, ਨਸ਼ਿਆਂ 'ਚ ਤਾਂ ਨਹੀਂ ਪੈ ਗਿਆ, ਇਹ ਗਲਤ ਕੰਮ ਤਾਂ ਨਹੀਂ ਕਰਨ ਲੱਗ ਗਿਆ, ਗਲਤ ਲੀਕ ਤਾਂ ਨਹੀਂ ਤੇ ਤੁਰਨ ਲੱਗ ਪਿਆ, ਤੇ ਤਾਂ ਜ਼ਿੰਦਗੀ ਹੁਣ ਖਤਮ ਹੋ ਚੁੱਕੀ ਆ। ਕੈਂਬੀ ਨੇ ਇਹ ਚੀਜ਼ਾਂ ਜਦੋਂ ਫੇਸ ਕੀਤੀਆਂ ਨੇ ਜਾਂ ਕਰ ਰਿਹਾ ਹੈ, ਕਿਸ ਤਰ੍ਹਾਂ ਕਰਮਵੀਰ ਇਹਨਾਂ ਚੀਜ਼ਾਂ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਮੈਨੂੰ ਲੱਗਦਾ ਇਹ ਲੜਾਈ ਦੁਨੀਆ ਨਾਲ ਘੱਟ ਤੇ ਖੁਦ ਨਾਲ ਜ਼ਿਆਦਾ। ਬਿਲਕੁਲ, ਹਰ ਇੱਕ ਦੀ ਜ਼ਿੰਦਗੀ 'ਚ ਫੇਸ ਆਉਂਦਾ ਹੈ ਨਾ, ਜਿਹੜਾ ਫੇਸ ਉਹਨੂੰ ਬੰਦੇ ਨੂੰ ਸਿਖਾ ਕੇ ਜਾਂਦਾ ਬਹੁਤ ਕੁਛ। ਅਤੇ ਜਿਹੜਾ ਬੰਦਾ ਲਿਰਿਸਿਸਟ ਆ ਉਹਦੇ ਲਈ ਤਾਂ ਬੈਸਟ ਪਾਰਟ ਆ ਜੀ। ਮੈਂ ਤਾਂ ਚਾਹੁੰਦਾ ਵਾਰ ਵਾਰ ਫੇਸ ਆਉਣ ਜ਼ਿੰਦਗੀ 'ਚ, ਹੈ ਨਾ, ਕਲਮ ਹੋਰ ਨਿਖਰਦੀ ਰਹੇ। ਹੋਈਆਂ ਗਲਤੀਆਂ ਹਰ ਇੱਕ ਬੰਦਾ ਕਰਦਾ, ਕਰੀਆਂ, ਪਰ ਇਹ ਆ ਕਿ ਬਾਬੇ ਦੀ ਮਿਹਰ ਆ ਜੀ, ਮਾਂ ਦੇ ਖਰੇ ਪਾਠ ਨੇ, ਹਰ ਵਾਰੀ ਨਿਕਲ ਜਾਈਦਾ, ਵੱਡੀ ਤੋਂ ਵੱਡੀ ਚੀਜ਼ 'ਚੋਂ ਨਿਕਲ ਜਾਈਦਾ ਜੀ, ਜਿੱਥੇ ਬਹੁਤੇ ਲੋਕ ਕਈ ਵਾਰੀ ਫਸੇ ਰਹਿ ਜਾਂਦੇ। ਹਾਂਜੀ, ਸੋ ਮੈਨੂੰ ਲੱਗਦਾ ਕਿ ਸਾਡੀ ਸੁਸਾਇਟੀ ਇਹੋ ਜਿਹੀ ਹੈ, ਸਾਡਾ ਸਰਕਲ ਬੜਾ ਘੱਟ ਗਿਆ, ਅਸੀਂ ਬੜੇ ਲਿਮਿਟਿਡ ਹੋ ਗਏ ਹਾਂ, ਔਰ ਉਹੀ ਵਜ੍ਹਾ ਹੈ ਕਿ ਡਿਪਰੈਸ਼ਨ, ਮੈਂ ਵੀ ਉਸ ਚੀਜ਼ ਨੂੰ ਗੋ ਥਰੂ ਹੋ ਰਹੀ ਹਾਂ ਉਸ ਚੀਜ਼ ਤੋਂ ਸਟਿਲ, ਹੈ ਨਾ, ਤੁਸੀਂ ਉਸ ਚੀਜ਼ ਤੋਂ ਨਿਕਲੇ ਹੋ। ਸੋ ਕਰਮ, ਕਿਹੋ ਜਿਹਾ ਫੇਸ ਜਿਹੜਾ ਤੁਸੀਂ ਇਕੱਲਿਆਂ ਬਿਤਾਇਆ ਡਿਪਰੈਸ਼ਨ ਵਾਲਾ, ਕਿਉਂਕਿ ਡਾਕਟਰਸ ਤਾਂ ਯੂਜੂਅਲੀ ਸੁਜੈਸ਼ਨ ਦਿੰਦੇ ਆ ਕਿ ਤੁਸੀਂ ਸਾਈਕੋਲੋਜਿਸਟ ਨੂੰ ਮਿਲ ਲਓ, ਤੁਸੀਂ ਦਵਾਈਆਂ ਖਾ ਲਓ, ਆਪਣੇ ਆਲੇ ਦੁਆਲੇ ਚੰਗੇ ਲੋਕ ਰੱਖਿਆ ਕਰੋ, ਐਂ ਕਰਿਆ ਕਰੋ, ਕਿਤਾਬਾਂ ਪੜਿਆ ਕਰੋ, ਪਰ ਜਿਹੜਾ ਬੰਦਾ ਡਿਪਰੈਸ਼ਨ 'ਚ ਹੁੰਦਾ ਨਾ, ਉਹਨੂੰ ਪਤਾ ਹੁੰਦਾ ਕਿ ਇਹਨਾਂ ਵਿੱਚੋਂ ਕੁਛ ਵਰਕ ਨਹੀਂ ਕਰ ਰਿਹਾ। ਸੋ ਕਰਮ, ਤੁਸੀਂ ਕਿਸ ਤਰ੍ਹਾਂ ਡਿਪਰੈਸ਼ਨ ਨਾਲ ਖੇਡੇ ਹੋ, ਕਿਉਂਕਿ ਹੁਣ ਤੁਸੀਂ ਬੈਟਰ ਲੱਗ ਰਹੇ ਹੋ? ਸਿਖਾਉਣ ਆਏ ਆ ਜੀ, ਦੇਖੋ ਮੈਨੂੰ ਇਹ ਲੱਗਦਾ ਵੀ ਸਾਡੀ ਜ਼ਿੰਮੇਵਾਰੀ ਆ, ਜਿਹੜਾ ਇੱਕ ਬੰਦਾ ਲੋਕ ਜਿਹਨੂੰ ਪਸੰਦ ਕਰਦੇ ਕਿਸੇ ਵਜ੍ਹਾ ਨਾਲ ਪਸੰਦ ਕਰਦੇ ਆ, ਉਹਨੂੰ ਫੋਲੋ ਕਰਦੇ ਕਿਸੇ ਵਜ੍ਹਾ ਨਾਲ ਫੋਲੋ ਕਰਦੇ, ਜੇ ਉਹ ਕਿਸੇ ਕੋਲੇ ਜਾ ਕੇ ਬਹਿ ਗਿਆ ਆਪਦੀ ਚੀਜ਼ ਦੇ ਹੱਲ ਲਈ, ਫਿਰ ਮੈਂ ਲੋਕਾਂ ਨੂੰ ਨਹੀਂ ਸਿਖਾ ਸਕਦਾ ਜੀ। ਸੋ ਮੇਰੀ ਇਹ ਜਿੱਦ ਸੀ, ਮੈਨੂੰ ਬਹੁਤਿਆਂ ਨੇ ਕਿਹਾ ਸਾਈਕੈਟ੍ਰਿਕ ਸਾਈਕੈਟ੍ਰਿਕ ਹੁੰਦਾ ਨਾ, ਤੂੰ ਉਹਦੇ ਕੋਲੇ ਜਾ, ਇੱਦਾਂ ਇੱਦਾਂ, ਕਿਉਂਕਿ ਮੈਂ ਸਿਸਟਮ, ਮੇਰਾ ਪੁਰਾਣਾ ਫਲੈਟ ਸੀ ਉੱਥੇ ਹੀ ਉਹ ਜ਼ੋਨ ਹੰਢਾਇਆ, ਮੈਂ ਨਾ ਕੰਧਾਂ ਨਾਲ ਗੱਲਾਂ ਕਰਦਾ, ਮੈਂ ਕੰਧਾਂ 'ਤੇ, ਇੱਕ ਤਾਂ ਹੁੰਦੇ ਕੋਟ ਜੀ, ਮੇਰੇ ਆਪਦੇ ਕੋਟ ਮੈਂ ਲਿਖ ਲਿਖ ਕੰਧਾਂ 'ਤੇ ਪੇਪਰ ਦੇ ਉੱਤੇ ਪੈੱਨ ਨਾਲ ਗੂੜੇ ਕਰ ਕਰ ਆਪਦੇ ਕੋਟ ਲਿਖੇ ਹੋਏ ਸੀ ਕੰਧਾਂ 'ਤੇ, ਜੋ ਮੇਰੇ ਕੋਟਸ ਨੇ ਜੀ, ਕਿ ਮੈਨੂੰ ਇਹ ਚੀਜ਼ਾਂ ਯਾਦ ਰਹਿਣ ਕਿ ਮੈਂ ਆਹ ਨਹੀਂ ਕਰਨਾ, ਮੈਂ ਆਹ ਚੀਜ਼ ਨਹੀਂ ਕਰਨੀ, ਮੈਂ ਇੱਦਾਂ ਫੋਕਸ ਕਰਨਾ, ਮਤਲਬ ਭੂਤ ਹੀ ਨਹੀਂ ਦਿਸੇ ਬਾਕੀ ਸਾਰਾ ਕੁਛ ਸੀਗਾ। ਓਕੇ, ਆਹ ਲੰਘ ਗਿਆ ਉਹ ਫੇਸ, ਆਪਦੇ ਆਪ ਨਾਲ, ਹੈ ਨਾ, ਵੀ ਚਲੋ ਉਸ ਫੇਸ 'ਚੋਂ ਲੰਘਿਆ, ਆਪਦੇ ਆਪ ਨੂੰ ਗੋ ਥਰੂ ਕਰਿਆ, ਫਿਰ ਸਿੱਖੀਆਂ ਚੀਜ਼ਾਂ, ਫਿਰ ਉਹਦੇ ਹੱਲ ਲੱਭੇ ਕਿ ਯਾਰ ਇਹਦਾ ਹੱਲ ਕੀ ਆ। ਮਾਇੰਡ ਹੀ ਨਹੀਂ ਰੁਕਣਾ, ਰਾਤ ਨੂੰ ਸੌਂ ਜਾਣਾ ਪਰ ਦਿਮਾਗ ਰੁਕਣਾ ਨਹੀਂ। ਰੀਜ਼ਨ ਬਣੇ, ਰੀਜ਼ਨ ਇਹ ਨਹੀਂ ਸੀਗਾ ਕਿ ਮੇਰੀ ਜ਼ਿੰਦਗੀ 'ਚ ਕੁਛ ਵਧੀਆ ਨਹੀਂ ਹੋ ਰਿਹਾ ਜੀ, ਰੀਜ਼ਨ ਇਹ ਸੀ ਕਿ ਬਹੁਤ ਚੀਜ਼ਾਂ ਸੀਗੀਆਂ ਜਿਹੜੀਆਂ ਮੈਨੂੰ ਪਤਾ ਕਿ ਹੁਣ ਇਹ ਬਲਾਸਟ ਹੋਣੀਆਂ, ਉਹਨਾਂ ਦੀ ਐਕਸਾਈਟਮੈਂਟ, ਓਵਰ ਪਲੈਨਿੰਗ, ਬਸ ਉਹ ਚੀਜ਼ਾਂ ਨੇ ਨਹੀਂ ਸੌਣ ਦਿੱਤਾ, ਫਿਰ ਹੋਰ ਨਿੱਕੀਆਂ ਨਿੱਕੀਆਂ ਚੀਜ਼ਾਂ ਐਡ ਅਪ ਹੋ ਗਈਆਂ ਵਿੱਚ। ਹਾਂ, ਤੁਸੀਂ ਲਿਖਿਆ ਸੀਗਾ ਕਿ ਬਹੁਤ ਕੁਛ ਪਲਾਨ ਕਰੀ ਬੈਠੇ, ਬਸ ਅਜੇ ਜੀ ਜਿਹਾ ਨਹੀਂ ਕਰਦਾ, ਸਮਾਂ ਆਊਗਾ ਤਾਂ ਜ਼ਰੂਰ ਉਹਦੇ 'ਤੇ ਅਸੀਂ ਪਲੈਟਫਾਰਮ 'ਤੇ ਲੈ ਕੇ ਆਵਾਂਗੇ। ਸੋ ਕਰਮ, ਜਦੋਂ ਤੁਸੀਂ ਬਾਹਰੋਂ ਆਏ ਸੀਗੇ ਡਿਪੋਰਟ ਹੋ ਕੇ, ਹੈ ਨਾ, ਬੜੇ ਆਰਟਿਸਟ, ਵੱਡੇ ਕਲਾਕਾਰ ਇਸ ਟਾਈਮ ਦੇ, ਨਾਮੀ ਕਲਾਕਾਰਾਂ ਨੇ ਕਿਹਾ ਸੀਗਾ ਵੀ ਨਾਲ ਖੜੇ ਨੇ, ਤਾਂ ਜਦੋਂ ਇਸ ਪੀਰੀਅਡ 'ਚੋਂ ਨਿਕਲ ਰਹੇ ਸੀ ਕਿ ਕੈਂਬੀ ਖੁਦ ਹੀ ਪਿੱਛੇ ਹੁੰਦਾ ਚਲਾ ਗਿਆ, ਕਿਉਂਕਿ ਮੈਂ ਇਹ ਸਮਝਦਾ ਜਦੋਂ ਇਨਸਾਨ ਪਰੇਸ਼ਾਨ ਹੁੰਦਾ ਨਾ, ਤਾਂ ਉਹ ਆਪ ਹੀ ਸਭ ਤੋਂ ਨਾ ਡਿਸਕਨੈਕਟ ਹੋਣ ਲੱਗ ਜਾਂਦਾ, ਚੰਗਾ ਨਹੀਂ ਲੱਗਦਾ ਉਸ ਟਾਈਮ 'ਤੇ, ਸਲਾਹਾਂ ਸੋਹਣੀਆਂ ਹੁੰਦੀਆਂ ਨੇ ਪਰ ਇਨਸਾਨ ਲੈਣਾ ਨਹੀਂ ਚਾਹੁੰਦਾ ਸਲਾਹਾਂ ਨੂੰ, ਕਿਉਂਕਿ ਉਹ ਖੁਦ ਬਹੁਤ ਆਪਣੇ ਆਪ ਨਾਲ ਲੜ ਰਿਹਾ ਹੁੰਦਾ। ਸੋ ਕੈਂਬੀ ਦੇ ਯਾਰੀ ਦੋਸਤੀ ਦੀ ਗੱਲ ਕਰੀਏ ਜਾਂ ਆਪਣੇ ਇੰਡਸਟਰੀ ਫੈਮਿਲੀ ਦੀ ਗੱਲ ਕਰੀਏ, ਕਿਸ ਤਰੀਕੇ ਦੇ ਨਾਲ ਸਾਥ ਬਣਿਆ ਰਿਹਾ ਜਾਂ ਉਹ ਫੈਮਿਲੀ ਬਾਰੇ ਕੀ ਕਹੋਗੇ? ਸਿਸਟਮ ਇਹ ਹੈ ਜੀ, ਜਦੋਂ ਬਾਹਰੋਂ ਡਿਪੋਰਟ ਹੋ ਕੇ ਆਇਆ ਸੀ, ਹਲਾ ਲਾਲਾ ਹੋ ਗਈ ਸੀ, ਲੋਕਾਂ ਨੂੰ ਇੱਕ ਹੌਟ ਟੌਪਿਕ ਸੀਗਾ ਜੀ ਜੀ,
ਉਦੋਂ ਜਿਹੜੇ ਮੈਂ ਨਹੀਂ ਕਹਿੰਦਾ ਬੰਦੇ ਮਤਲਬ ਲਈ ਖੜੇ ਸੀ, ਸਾਰੇ ਨਹੀਂ ਕਹਿੰਦਾ, ਪਰ ਬਾਲੀਆਂ ਮੱਖੀਆਂ ਤਾਂ ਗੁੜ ਨੂੰ ਆਈਆਂ ਸੀ। ਅੱਛਾ, ਜ਼ਿਆਦਾ ਮੱਖੀਆਂ ਗੁੜ ਨੂੰ ਆਈਆਂ ਸੀ ਜੀ। ਉਦੋਂ ਪਤਾ ਸੀ ਵੀ ਫਾਇਦਾ ਆ, ਕੰਮ ਇਹਨਾਂ ਕਰ ਲਾਂਗੇ, ਇਹਨੂੰ ਜੇ ਸਾਈਨ ਕਰ ਲਾਂਗੇ, ਇਹਦੇ ਨਾਲ ਵੀਡੀਓ ਕਰ ਲਾਂਗੇ ਜਾਂ ਕੁਛ ਕਰ ਲਾਂਗੇ, ਕਿ ਆਪਣਾ ਕਿਤੇ ਨਾ ਕਿਤੇ ਇੱਕ ਵਾਰੀ ਕੁਛ ਨਾ ਕੁਛ। ਇਹ ਨਹੀਂ ਮੈਂ ਕਹਿੰਦਾ ਕਿ ਮੈਂ ਉਹਨਾਂ ਤੋਂ ਵੱਡਾ ਆਰਟਿਸਟ ਬਣ ਗਿਆ ਸੀ, ਪਰ ਫਾਇਦਾ ਤਾਂ ਸੀਗਾ ਨਾ ਜੀ। ਅਤੇ ਜਦੋਂ ਬੰਦਾ ਡਿਪਰੈਸ਼ਨ 'ਚ ਆ, ਉਦੋਂ ਬੰਦੇ 'ਚੋਂ ਕੀ ਕੱਢਣ ਪਾਉਣ ਨੂੰ ਆ, ਉਹ ਤਾਂ ਪਹਿਲਾਂ ਹੀ ਦੁਖੀ ਆ। ਬੰਦਾ ਕਹਿੰਦਾ ਯਾਰ ਮੈਂ ਵੀ ਦੁਖੀ ਹਾਂ, ਮੈਂ ਇਹਦਾ ਦੁੱਖ ਕਿਉਂ ਸੁਣਾ ਜੀ। ਸੋ ਜਿਹੜੇ ਦੋ ਚਾਰ ਨਾਲ ਸੀ ਬਸ ਉਹੀ ਨਾਲ ਸੀ, ਸਪੈਸ਼ਲੀ ਨਹੀਂ ਮੈਸੇਜ। ਚਲੋ ਮੈਨੂੰ ਹੁਣ ਯਾਦ ਵੀ ਨਹੀਂ ਕਿਸੇ ਨੇ ਕਰਿਆ ਜਾਂ ਨਹੀਂ ਕਰਿਆ, ਐਵੇਂ ਕਹਾਂ ਮੈਂ ਇਹ ਚੀਜ਼ਾਂ। ਹੁਣ ਜ਼ਿੰਦਗੀ ਜਿਉਣ ਦਾ ਤਰੀਕਾ ਬਦਲਤਾ, ਕੌਣ ਮੇਰੇ ਲਈ ਕੀ ਕਰਦਾ ਮੈਂ ਹੁਣ ਸੋਚਦਾ ਨਹੀਂ। ਰਾਈਟ, ਜਿਹੜਾ ਕਰਦਾ ਓਕੇ ਆ, ਨਹੀਂ ਕਰਦਾ ਤਾਂ ਵੀ ਓਕੇ। ਅੱਛਾ, ਅਤੇ ਖੁਦ ਦੇ ਪਰਿਵਾਰ ਵਾਲੇ ਕੀ ਕਹੋਗੇ? ਪੇਰੈਂਟਸ, ਉਹ ਤਾਂ ਹਮੇਸ਼ਾ ਬੱਚੇ ਦਾ ਭਲਾ ਮੰਗਦੇ ਹੈ, ਸਾਥ ਦਿੰਦੇ ਹੈ, ਸੋ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਟ੍ਰੀਟਮੈਂਟ ਰਿਹਾ ਹੈ? ਉਹੀ ਸੀਗਾ, ਚੇਂਜ ਹੋਇਆ, ਜਾਂ ਉਹ ਉਹਨਾਂ ਦੇ ਵੀ ਸੁਪਨੇ ਟੁੱਟੇ ਨੇ, ਜਾਂ ਉਹ ਨਾਲ ਖੜੇ ਰਹੇ ਨੇ ਤੁਹਾਡੇ? ਆਈ ਮੀਨ ਕਿਸ ਤਰ੍ਹਾਂ ਉਹਨਾਂ ਬਾਰੇ ਕੈਂਬੀ ਕੀ ਹੁਣ ਫੀਲ ਕਰਦਾ, ਕਰਮਵੀਰ ਕੀ ਮਹਿਸੂਸ ਕਰਦਾ? ਮੈਂ ਹੱਸਦਾ ਹੁੰਦਾ ਕਈ ਵਾਰੀ, ਮਾਤਾ ਮੈਨੂੰ ਫੋਨ 'ਤੇ ਕਹਿਣ ਲੱਗਦੀ, ਪੁੱਤ ਤੇਰਾ ਬਣੂ ਕੁਛ। ਮੈਂ ਕਿਹਾ ਹੋਰ ਹੁਣ ਮੈਂ ਕੀ ਬਣਨਾ ਇੱਦੂ ਅੱਗੇ, ਬਥੇਰਾ ਪਿੱਛਿਓਂ ਕਾਫੀ ਅੱਗੇ ਤੱਕ ਆ ਗਏ ਹਾਂ ਜੇ ਪਿੱਛੇ ਨੂੰ ਝਾਤੀ ਮਾਰੀਏ। ਪਰ ਮਾਂ ਮੇਰੀ ਨੂੰ ਪਤਾ ਆ ਵੀ ਇਹਦੀ ਰੂਹ ਕਨੇਡਾ ਹੀ ਆ, ਉਹ ਮੈਨੂੰ ਹਮੇਸ਼ਾ ਕਹਿੰਦੇ ਤੇਰਾ ਪੁੱਤ ਕਨੇਡਾ ਦਾ ਬਣ ਜੇ, ਕਿਉਂਕਿ ਮੈਂ ਡਿਵੈਲਪ ਉੱਥੇ ਹੋਇਆ ਨਾ, ਦਸਵੀਂ ਬਾਰ੍ਹਵੀਂ ਤੋਂ ਬਾਅਦ ਚਲ ਗਿਆ, ਕਾਲਜ ਲਾਈਫ ਉੱਥੇ ਦੇਖੀ, ਦੁਨੀਆਦਾਰੀ ਉੱਥੇ ਦੇਖੀ ਆ, ਦੁਨੀਆ ਦੀ ਜੋ ਵੀ ਸਿੱਖਿਆ ਉੱਥੇ ਜਾ ਕੇ ਸਾਰਾ ਕੁਝ ਵੀ ਦਿੱਤੇ ਨੇ, ਚਲੋ ਜੋ ਵੀ ਆ। ਅਤੇ ਇੱਕ ਮੇਰੀ ਤਾਂ ਕਰਮ ਭੂਮੀ ਆ ਉਹ ਜੀ, ਤਾਂ ਮੇਰਾ ਲਗਾਓ ਆ ਉਹਦੇ ਨਾਲ, ਕੈਨੇਡਾ ਦੇ ਨਾਲ। ਇੱਥੇ ਇੰਡਸਟਰੀ ਕਿੱਦਾਂ ਲੱਗਦੀ ਆ ਤੁਹਾਨੂੰ? ਕੈਨੇਡਾ ਸਾਰੇ ਵਧੀਆ ਆ। ਅਤੇ ਫਿਰ ਹੁਣ ਜਿਹੜਾ ਕੰਮ ਕਰਨ ਦਾ ਪ੍ਰੋਸੈਸ ਹੈ, ਉਹ ਕਿਸ ਤਰੀਕੇ ਦੇ ਨਾਲ ਲੈ ਕੇ ਆਓਗੇ ਤੁਸੀਂ ਅੱਗੇ? ਤਰੀਕਾ ਤਾਂ ਬਸ ਹੁਣ ਵਾਈਬ 'ਤੇ ਚੱਲਾਂਗੇ, ਬਿਨਾਂ ਸੋਚੇ ਸਮਝੇ। ਮੈਂ ਚੰਗੇ ਗਾਣੇ ਬਹੁਤ ਕੱਢੇ, ਕਿਸੇ ਨੇ ਸੁਣੇ ਨਹੀਂ, ਅਤੇ ਮੈਂ ਹੁਣ ਇੱਦਾਂ ਦੇ ਗਾਣੇ ਕੱਢਣੇ ਆ, ਇਹਨਾਂ ਨੇ ਮੇਰੇ ਪੁਤਲੇ ਫੂਕਣੇ ਆ, ਅਤੇ ਮੈਂ ਕੱਢਣੇ ਆ, ਮੈਨੂੰ ਕੋਈ ਰੋਕ ਨਹੀਂ ਸਕਦਾ। ਕਿਉਂ, ਮਤਲਬ ਪੁਤਲੇ ਫੂਕਣੇ, ਇਹ ਬਹੁਤ ਵੱਡੀ ਸਟੇਟਮੈਂਟ ਹੈ, ਬਟ ਇੱਦਾਂ ਕਿਉਂ ਕਹਿ ਰਹੇ ਹੋ? ਇੱਦਾਂ ਤਾਂ ਕਹਿ ਰਹੇ ਹਾਂ, ਫਿਰ ਕਹਿਣਗੇ ਆ ਕਿੱਦਾਂ ਦੀ ਵਰਡਿੰਗ ਯੂਜ਼ ਕਰਦਾ, ਕੀ ਗਾਉਂਦਾ, ਕੀ ਕਰਦਾ, ਕਰਾਂਗੇ, ਕਿਉਂਕਿ ਚੰਗੇ ਨਹੀਂ ਸੁਣੇ, ਫਿਰ ਆਪਾਂ ਤਾਂ ਰੋਟੀ ਚਲਾਉਣੀ ਆ, ਗਾਵਾਂਗੇ ਆਪਾਂ ਤਾਂ, ਆਪਾਂ ਤਾਂ ਜੋ ਲਿਖਿਆ ਉਹ ਕੱਢਣਾ ਹੀ ਆ। ਪੱਕੀਆਂ ਤਾਂ ਗਿਣਦਾ ਹੁੰਦਾ ਹੁੰਦਾ, ਕੱਚੀਆਂ। ਅੱਛਾ, 13 ਤੋਂ ਇਲਾਵਾ ਕੱਚੀਆਂ ਵੀ ਨੇ? ਨਹੀਂ, ਕੱਚੀਆਂ ਮਤਲਬ ਇਹ ਨਹੀਂ ਵੀ ਕੁਛ ਜ਼ਿੰਦਗੀ ਦੇ ਵਿੱਚ, ਫਿਰ ਕੱਚੀਆਂ ਦਾ ਮਤਲਬ ਉਹ ਜਿਨ੍ਹਾਂ ਨਾਲ ਕੋਈ ਲਗਾਓ ਹੀ ਨਹੀਂ ਹੋਇਆ, ਜਿਨ੍ਹਾਂ ਨਾਲ ਕੋਈ ਗੱਲ ਐਡੀ ਸਿਰੇ ਚੜ੍ਹੀ ਨਹੀਂ, ਗੱਲ ਨਹੀਂ ਸਿਰੇ ਚੜ੍ਹੀ, ਮਤਲਬ ਹੁਣ ਇਹਦਾ ਕੋਈ ਗਲਤ ਮਤਲਬ ਨਾ ਕੱਢ ਲਿਓ ਜਨਤਾ, ਮਤਲਬ ਕੋਈ ਬੜੀ ਗੱਲ ਨਹੀਂ, ਵਾਈਬ ਨਹੀਂ ਮੈਚ ਹੋਈ, ਵਾਈਬ ਨਹੀਂ ਮੈਚ ਹੋਈ, ਹਾਂ ਓਕੇ ਆ, ਗੱਲਬਾਤ ਮਾੜੀ ਮੋਟੀ ਹੋਈ, ਓਕੇ ਆ, ਠੀਕ ਆ। ਕਹਿੰਦਾ ਕਹਿੰਦਾ ਦਿਲ ਨੂੰ ਤਾਂ ਦਿਲ, ਕਹਿੰਦਾ ਇਹ ਮੈਂ ਇੱਕ ਸ਼ਹਿਰ ਸ਼ੇਰ ਜਿਹਾ ਲਿਖਿਆ ਸੀ, ਤੁਹਾਨੂੰ ਬੋਲ ਕੇ ਸੁਣਾਊਂਗਾ। ਹਾਂਜੀ, ਕਹਿੰਦਾ ਕਹਿੰਦਾ ਪਰਖਣ ਸ਼ਕਲਾਂ, ਪਰਖਣ ਸ਼ਕਲਾਂ ਪਰ ਖੁਦ ਦਾ ਮੂੰਹ ਦਿਖਦਾ ਨਹੀਂ, ਸ਼ੋਹਰਤ ਦਾ ਭਰਮ ਭੁਲੇਖਾ ਖੌਰੇ ਤਾਂ ਕਰਤੀ, ਦਿਲ ਨੂੰ ਤਾਂ ਦਿਲ ਵਾਲੀਆਂ ਸੀ ਕਈ ਟੱਕਰੀਆਂ, ਪਰ ਹੁਸਨਾ ਪਿੱਛੇ ਅੱਖਾਂ ਨੇ ਹੀ ਨਾ ਕਰਤੀ। ਕਿਆ ਬਾਤ ਹੈ, ਬਹੁਤ ਖੂਬ, ਬਹੁਤ ਵਧੀਆ। ਇੱਥੋਂ ਆਈਡੀਆ ਲੱਗ ਗਿਆ ਹੋਣਾ ਨਾ ਤੁਹਾਨੂੰ ਕਿ ਕਿੱਦਾਂ ਦੇ ਗਾਣੇ ਵੀ ਲਿਖੇ ਹੋਣਗੇ ਅੱਗੇ। ਅੱਛਾ, ਫਿਰ ਤੁਸੀਂ ਬਾਹਰੋਂ ਆ ਕੇ ਸਟੱਡੀਜ਼ ਵਗੈਰਾ 'ਤੇ ਦੁਬਾਰਾ ਕੋਸ਼ਿਸ਼ ਕੀਤੀ ਕਰਨ ਦੀ, ਜਾਂ ਫਿਰ ਇਹ ਕਲਮ ਦਾ ਕਮਾਲ ਆਪਣੇ ਆਪ ਪਰਮਾਤਮਾ ਦੀ ਦਾਤ ਹੈ? ਨਹੀਂ ਗਾ, ਫਿਰ ਮੈਂ ਪੜ੍ਹਿਆ ਪੁੜਿਆ ਨਹੀਂ, ਪੜ੍ਹਨਾ ਕੀ ਸੀ ਆ ਕੇ ਦੱਸੋ, ਹੈ ਪੜ੍ਹਾਈਆਂ, ਕਿਤਾਬਾਂ ਕਿੱਥੇ ਸਿਖਾਉਂਦੀਆਂ, ਬੰਦ ਕਮਰੇ ਕਈ ਵਾਰ ਖੁੱਲ੍ਹੀਆਂ ਕਿਤਾਬਾਂ ਤੋਂ ਵੱਧ ਸਿਖਾ ਜਾਂਦੇ ਆ। ਧਿਆਨ ਤੁਹਾਡਾ ਕਮਰੇ ਵੱਲ ਹੀ ਹੈ ਹਜੇ ਵੀ? ਨਹੀਂ, ਮੈਨੂੰ ਵੈਸੇ ਹੀ ਜ਼ੋਨ ਆਊਟ ਹੋਣ ਦੀ ਆਦਤ ਆ। ਕਿਉਂ, ਇਹ ਕੀ ਇਹ ਵੈਸੇ ਬੇਸਿਕਲੀ ਇੱਕ ਪ੍ਰੋਬਲਮ ਹੈ, ਹੈਪਨਸ ਟੂ ਮੀ ਆਲਸੋ ਸਮਟਾਈਮਸ, ਬੜਿਆਂ ਨਾਲ ਹੁੰਦੀ ਹੋਊਗੀ, ਇਹ ਜ਼ੋਨ ਆਊਟ ਹੋਣਾ, ਇਹ ਇੱਕਦਮ ਮੂਡ ਦਾ ਸਵਿੰਗ ਹੋਣਾ, ਕਿ ਇਹਨਾਂ ਸਾਲਾਂ ਦਾ ਹੀ ਇੱਕ ਟ੍ਰੀਟਮੈਂਟ ਜਿਹੜਾ ਰਿਹਾ ਹੈ ਉਹਦੇ ਕਰਕੇ ਹੈ, ਜਾਂ ਐਕਚੁਅਲ ਤੋਂ ਸ਼ੁਰੂ ਤੋਂ ਹੀ ਕੁਛ ਕੈਂ ਵੀ ਫੇਸ ਕਰ ਰਹੇ ਹੋ? ਜਾਂ ਇੱਦਾਂ ਦਾ ਤਾਂ ਕੁਛ ਨਹੀਂ, ਬਸ ਪਤਾ ਨਹੀਂ ਲੱਗਦਾ, ਮੈਂ ਆਪਦੇ ਆਪ 'ਚ ਰਹਿੰਦਾ, ਸਮਝ ਨਹੀਂ, ਇਹਦਾ ਕੋਈ ਜਵਾਬ ਨਹੀਂ ਮੇਰੇ ਕੋਲ, ਬਟ ਯਾਰ ਜੋ ਵਧੀਆ ਲੱਗਦਾ, ਜਿੱਦਾਂ ਦਿਲ ਕਹਿੰਦਾ, ਜੋ ਦਿਮਾਗ ਕਹਿੰਦਾ, ਸਮਝਾਉਣਾ ਔਖਾ।
ਆਪਾਂ ਇੰਡਸਟਰੀ 'ਚ ਯੂਜੂਅਲੀ ਸੁਣਦੇ ਹਾਂ ਜਾਂ ਅਸੀਂ ਆਮ ਤੌਰ 'ਤੇ ਵੀ ਸੁਣਦੇ ਹਾਂ ਵੀ ਦੋ ਤਿੰਨ ਚਾਰ ਪੱਕੇ ਹੁੰਦੇ ਨੇ ਜਿਹੜੇ ਨਾਲ ਰਹਿੰਦੇ ਨੇ, ਤੁਸੀਂ ਘਰ ਵੀ ਇਕੱਲੇ ਰਹੇ ਹਾਂ, ਤੁਸੀਂ ਰਹਿੰਦੇ ਵੀ ਇਕੱਲੇ ਹੋ ਇੰਨੇ ਸਾਲਾਂ ਤੋਂ, ਇਕੱਲੇ ਹੀ ਸਭ ਕੁਛ, ਇਹ ਇਕੱਲਾਪਨ ਵਰਡ ਖਾਣ ਨੂੰ ਨਹੀਂ ਪੈਂਦਾ ਤੁਹਾਨੂੰ? ਨਾ, ਉਹ ਤਾਂ ਸਭ ਤੋਂ ਬੈਸਟ ਪਾਲਾ ਇਕੱਲਾਪਨ ਸ਼ੁਰੂ ਤੋਂ ਜਾਂ ਹੁਣ ਠਹਿਰਾਵ ਆਇਆ? ਨਤੀਜੇ ਆਉਣ ਵਾਲੇ ਸਾਲਾਂ ਚ ਪਤਾ ਲੱਗਣਗੇ, ਮਾੜੇ ਕਿ ਚੰਗੇ, ਭਿਆਨਕ। ਸਾਨੂੰ ਕਿਉਂ ਡਰਾ ਰਹੇ ਹੋ? ਇਹ ਰਿਐਲਿਟੀ ਹੈ। ਤੁਸੀਂ ਹਰ 5 ਸੈਕਿੰਡ 6 ਸੈਕਿੰਡ ਬਾਅਦ ਦਿਮਾਗ ਨੂੰ ਨਵੀਂ ਚੀਜ਼ ਫੀਡ ਕਰ ਰਹੇ ਹੋ, ਰਾਈਟ? ਤੁਹਾਡਾ ਸਬਕੌਂਸ਼ੀਅਸ ਮਾਈਂਡ ਜਿਹਨੇ ਤੁਹਾਨੂੰ ਕ੍ਰੀਏਟੀਵਿਟੀ ਦੇਣੀ ਆ, ਉਹ ਖਰਾਬ ਹੋ ਰਿਹਾ, ਖਤਮ ਹੋ ਰਿਹਾ। ਤੇ ਤੁਸੀਂ ਸੋਸ਼ਲ ਮੀਡੀਆ ਦੇ ਐਡਿਕਟ? ਮੈਂ ਤਾਂ 4 ਸਾਲ ਫੋਨ ਨਹੀਂ ਸੀ ਰੱਖਿਆ, ਮੈਂ ਕੰਮ ਤੇ ਜਾਣਾ, ਵਾਪਸ ਘਰੇ ਆਉਣਾ, ਮੇਰੇ ਕੋਲ ਫੋਨ ਨਹੀਂ ਸੀਗਾ, ਘਰੇ ਆ ਕੇ ਵਾਈਫਾਈ ਨਾਲ ਕਨੈਕਟ ਕਰਨਾ, ਰਾਤ ਨੂੰ ਸੌਣ ਤੋਂ ਪਹਿਲਾਂ ਘੰਟਾ ਡੇਢ ਘੰਟਾ ਫੋਨ ਯੂਜ਼ ਕਰ ਲੈਣਾ, ਫਿਰ ਸੌਣਾ ਹੁੰਦਾ ਸੀ, ਸਵੇਰੇ ਫਿਰ ਕੰਮ ਤੇ ਜਾਣਾ ਹੁੰਦਾ ਸੀ। ਜ਼ਿੰਦਗੀ ਤਾਂ ਹੀ ਹਸੀਨ ਸੀ, ਮੈਂ ਤਾਂ ਬਟਨਾ ਜਿਹਾ ਵਾਲਾ ਫੋਨ ਲੈਣ ਲੱਗਾ, ਬਸ ਕੰਮ ਲਈ ਰੱਖਣਾ, ਬਸ ਆਪਣੇ ਕੋਲ ਹੀ ਰੱਖਣਾ, ਵੈਸੇ ਚਲਾਉਣਾ ਨਹੀਂ। ਤੇ ਉਹ ਹੁਣ ਪਲਾਨ ਕਰ ਰਹੇ ਹੋ ਕਿ ਜਿੱਦਾਂ ਹੁੰਦਾ ਨਾ ਵੀ ਵੱਡਾ ਸਟਾਰ ਜਦੋਂ ਬਣਦਾ ਹੈ ਤੇ ਫਿਰ ਇੱਕ ਮੈਨੇਜਰ ਹੋਏਗਾ, ਇੱਕ ਸੋਸ਼ਲ ਮੀਡੀਆ ਸੰਭਾਲੇਗਾ, ਫਿਰ ਨਾਲ 2-3 ਬੰਦੇ? ਮੈਨੂੰ ਇਹ ਲੱਗਦਾ ਸੋਸ਼ਲ ਮੀਡੀਆ ਸੰਭਾਲਣ ਲਈ ਮੈਂ ਇਹ ਚੀਜ਼ ਫੀਲ ਕੀਤੀ, ਮੈਂ ਅੜੀਅਲ ਵਾਲਾ ਆ, ਮੈਂ ਫੀਲ ਕੀਤੀ ਪਰ ਇਹ ਚੀਜ਼ ਕਿ ਹੋਣਾ ਚਾਹੀਦਾ, ਚਾਹੀਦਾ ਪਰ ਸ਼ਾਇਦ ਮੈਂ ਦਊਂਗਾ ਨਹੀਂ ਕਿਸੇ ਨੂੰ। ਬਟ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਟੀਮ ਪ੍ਰੋਪਰ ਦਾ ਹੋਣਾ, ਸਟਰੋਂਗ ਹੋਣਾ ਬਹੁਤ ਜ਼ਰੂਰੀ? ਜਿੱਦਾਂ ਤੁਸੀਂ ਪਹਿਲੇ ਕਿਹਾ ਸੀ ਮੈਂ 1-man army ਆ, ਦੇਖੋ ਲਿਖਤ ਤੁਹਾਡੀ ਸੋਹਣੀ ਆ, ਗਾਣੇ ਤੁਹਾਨੂੰ ਕਿਤੋਂ ਲੈਣ ਦੀ ਲੋੜ ਨਹੀਂ, ਗਾਇਕੀ ਤੁਹਾਡੀ ਖੁਦ ਦੀ ਬਹੁਤ ਸੋਹਣੀ ਆ, ਤੁਸੀਂ ਵੈਸੇ ਹੀ ਬੜਾ ਸੋਹਣਾ ਗਾਉਂਦੇ ਹੋ, ਬਟ ਬਾਕੀ ਦੀ ਚੀਜ਼ਾਂ ਲਈ ਮੈਂ ਸੁਣਿਆ, ਮਤਲਬ ਮੈਂ ਦੇਖਦੀ ਹਾਂ ਜਾਂ ਸਾਰੇ ਕਹਿੰਦੇ ਨੇ ਵੀ ਅਸੀਂ ਜੋ ਵੀ ਹਾਂ ਟੀਮ ਕਰਕੇ ਹਾਂ, ਸੋ ਟੀਮ ਬਹੁਤ ਜ਼ਿਆਦਾ ਰਿਕੁਆਇਰਡ ਹੈ, ਡੂ ਯੂ ਬਿਲੀਵ ਦੈਟ? ਨਹੀਂ, ਟੀਮ ਤਾਂ ਦੇਖੋ ਕੋਈ ਵੀ ਪ੍ਰੋਜੈਕਟ ਆ, ਕਿਸੇ ਵੀ ਪ੍ਰੋਜੈਕਟ 'ਚ ਆਪਾਂ ਕੰਮ ਕਰ ਰਹੇ ਹਾਂ ਕਿਸੇ ਨਾਲ, ਉਹ ਟੀਮ ਹੀ ਆ ਜੀ, ਉਹਦੇ 'ਚ ਨਹੀਂ ਮੈਂ ਕਹਿੰਦਾ ਵੀ ਮੈਂ ਇਕੱਲੇ ਨੇ ਕਰਿਆ, ਬਟ ਇਹ ਆ ਕਿ ਮੈਨੂੰ ਮੈਨੇਜ ਕਰਨ ਲਈ, ਆਪਦੀਆਂ ਚੀਜ਼ਾਂ ਮੈਨੇਜ ਕਰਨ ਲਈ ਮੈਂ ਇਕੱਲਾ ਆ। ਓਕੇ, ਮੈਨੂੰ ਲੱਗਦਾ ਇਹ ਸਹੀ ਵੀ ਹੈ ਕਿਤੇ ਨਾ ਕਿਤੇ, ਕਿਉਂਕਿ ਕਿਤੇ ਜਦੋਂ ਕਿਤੇ ਨਾ ਕਿਤੇ ਆ ਕੇ ਇੱਕ ਟਾਈਮ ਤੋਂ ਬਾਅਦ ਟਰੱਸਟ ਟੁੱਟਦਾ, ਉਹ ਫਿਰ ਇਨਸਾਨ ਦੁਬਾਰਾ ਤੋਂ ਸ਼ੁਰੂਆਤ ਕਰਨੀ ਪੈਂਦੀ ਸੀ। ਇੰਨੇ ਸਾਲ ਤੁਸੀਂ ਤਾਂ ਬਾਹਰ ਤਾਂ ਤੁਸੀਂ ਕੰਮ ਕਰਦੇ ਸੀਗੇ, ਹੈ ਨਾ, ਪੜ੍ਹਾਈ ਵੀ ਕਰਦੇ ਸੀ, ਗਾਣੇ ਵੀ ਤੁਸੀਂ ਹਿੱਟ ਕਰਦੇ ਸੀ, ਬਟ ਹੁਣ ਤੁਹਾਡਾ ਫਾਈਨੈਂਸ਼ੀਅਲ ਸਿਸਟਮ ਕਿੱਦਾਂ ਦਾ? ਫਾਈਨੈਂਸ਼ੀਅਲੀ ਕਰਮਵੀਰ ਇਜ਼ ਸਾਊਂਡਸ ਗੁੱਡ? ਫਾਈਨੈਂਸ਼ੀਅਲੀ ਇੱਦਾਂ ਹੈ ਜੀ, ਭੁੱਖੇ ਵੀ ਨਹੀਂ ਮਰ ਰਹੇ ਤੇ ਰਾਜੇ ਵੀ ਨਹੀਂ ਹੈਗੇ। ਮਾਤਾ ਸਾਡੀ ਕਹਿੰਦੀ ਮੇਰਾ ਸੁਪਨਾ ਇੱਕ ਕੋਠੀ ਹੋਵੇ, ਮੈਂ ਕੋਈ ਨੀ ਇਹ ਵੀ ਕਰ ਦਾਂਗੇ ਪੂਰਾ। ਅੱਛਾ, ਮਾਂ ਦੇ ਸੁਪਨੇ ਪੂਰੇ ਕਰਨੇ, ਹੁਣ ਆਪਦੇ ਛੱਡਤੇ। ਕਿਉਂ? ਕਹਿਣ ਦਾ ਮਤਲਬ ਆਪਦੇ ਲਈ ਮਟੀਰੀਅਲਿਸਟਿਕ ਚੀਜ਼ਾਂ, ਮੈਂ ਸ਼ੁਰੂ ਤੋਂ ਹੀ ਹੈ ਨੀ ਇੱਦਾਂ ਦਾ, ਮੈਨੂੰ ਮਟੀਰੀਅਲਿਸਟਿਕ ਚੀਜ਼ਾਂ ਨਾਲ ਪਿਆਰ ਨਹੀਂ। ਬਟ ਮੈਨੂੰ ਕਿੰਨੇ ਸਾਲ ਹੋ ਗਏ ਇੰਡਸਟਰੀ 'ਚ, ਮੈਂ ਅੱਜ ਤੱਕ ਗੱਡੀ ਨਹੀਂ ਲਈ, ਕਿਉਂਕਿ ਜਿੱਦਣ ਕੈਨੇਡਾ ਉਤਰਿਆ ਸੀ ਉਸੇ ਦਿਨ ਮੌਲ ਗਿਆ ਸੀਗਾ ਅਤੇ ਉੱਥੇ ਚੈਲੈਂਜਰ ਖੜੀ ਸੀ ਅਤੇ ਆਪਦੇ ਆਪ ਨਾਲ ਕਮਿਟਮੈਂਟ ਕਰ ਲਈ ਕਿ ਜ਼ਿੰਦਗੀ ਦੀ ਪਹਿਲੀ ਗੱਡੀ ਇਹ ਲੈਣੀ ਆ। ਹੁਣ ਮੈਂ ਕੈਬਾਂ 'ਤੇ ਵੀ ਜਾਂਦਾ, ਇੱਥੇ ਕਿਸੇ ਨੇ ਮੋਟਰਸਾਈਕਲ 'ਤੇ ਵੀ ਚੱਲ ਜਾਈਦਾ ਜਿੱਥੇ ਜਾਣਾ, ਲੋਕ ਜੱਜ ਵੀ ਕਰਦੇ ਆ, ਕਈ ਵਾਰ ਮੀਟਿੰਗ ਕਰਨ ਕੈਬ 'ਤੇ ਚੱਲ ਜਾਈਦਾ, ਮੋਰੇ ਪੈਸਾ ਮੰਗ ਲਈਦਾ 15 ਲੱਖ ਗਾਣੇ ਦਾ, ਉਹ ਕਹਿੰਦਾ ਆਇਆ ਕੈਬ 'ਚ ਆ, ਪੈਸੇ 15 ਲੱਖ ਮੰਗੀ ਜਾਂਦਾ, ਹੁੰਦੇ ਆ ਲੋਕ ਮੈਂਟੈਲਿਟੀ ਆ। ਹੁਣ ਕੀ ਬਟ ਫਿਰ ਡੀਲ ਡਨ ਹੁੰਦੀ 15 ਲੱਖ? ਨਹੀਂ ਹੋਈ, ਨਹੀਂ ਹੁੰਦੀ, ਨਹੀਂ ਹੁੰਦੀ ਨਾ, ਇਸ ਕਰਕੇ ਕਿ ਤੁਸੀਂ ਨਹੀਂ, ਮਤਲਬ ਲਾਈਫਸਟਾਈਲ ਦੇਖ ਕੇ। ਇਹ ਤਾਂ ਆਪਦੀ ਪਰਸੈਪਸ਼ਨ ਹੈ ਨਾ ਬੰਦੇ ਦੀ ਕਿ ਯਾਰ ਸ਼ਾਇਦ ਉਹਨੇ ਤਾਂ ਜੱਜ ਕਰ ਲਿਆ, ਮੈਂ ਨਹੀਂ ਕਹਿੰਦਾ ਵੀ ਉਹਦੇ ਕਰਕੇ ਹੋ ਗਿਆ, ਬਟ ਫਿਰ ਵੀ ਫਰਕ ਪੈਂਦਾ ਕਿ ਜਜਮੈਂਟ ਰਹਿੰਦੀ ਹੈ। ਜਜਮੈਂਟ ਤਾਂ ਰਹਿੰਦੀ ਆ, ਦੇਖੋ ਨਾ ਬੰਦਾ ਕਹਿੰਦਾ ਹੁਣ ਮੈਂ, ਮੇਰੇ ਕੋਲ ਆਪਦੀ ਗੱਡੀ ਨਹੀਂ ਜਾਂ ਕੁਛ ਆ, ਮੈਂ ਕਿਤੇ ਕਿਸੇ ਨਾਲ ਡੀਲ ਕਰਨ ਜਾਊਂਗਾ। ਹਾਂ, ਜਿਹੜਾ ਬੰਦਾ ਮੈਚਿਓਰ ਆ ਮੋਰਿਓ, ਜਿਹਨੂੰ ਟੈਲੈਂਟ ਦਾ ਪਤਾ ਕਿ ਹਾਂ ਟੈਲੈਂਟ ਕੀ ਚੀਜ਼ ਆ, ਟੈਲੈਂਟ ਨੇ ਵਿਕਣਾ ਆਹ ਚੀਜ਼ਾਂ ਨਹੀਂ, ਹੈ ਨਾ, ਜਦੋਂ ਨਵੀਆਂ ਕੰਪਨੀਆਂ ਵਾਲੇ ਜਾਂ ਜੋ ਵੀ ਅਗਲਾ ਦੇਖਦਾ ਹੀ ਆ ਸਾਰਾ ਕੁਛ, ਮੈਂਟੈਲਿਟੀ 'ਤੇ ਡਿਪੈਂਡ ਕਰਦਾ ਬੰਦੇ। ਅੱਛਾ, ਕੈਬ ਵਾਲੇ ਪਛਾਣਦੇ ਹੋਣਗੇ ਤੁਹਾਨੂੰ? ਪਛਾਣਦੇ ਫੋਟੋਆਂ, ਕੱਲ੍ਹ ਦੀ ਗੱਲ ਆ, ਇੱਕ ਕਹੀ ਆ ਵੀ ਕਹਿੰਦਾ ਯਾਰ ਕੈਂਬੀ ਲੱਗਦਾ ਭੁਲੇਖਾ ਬਾਈ, ਉਹਨਾਂ ਨਾਲ ਮੇਰੇ ਹੋਰ 2 ਸੱਜਣ ਆਏ ਸੀਗੇ ਮੁੱਖ ਉੱਥੋਂ ਤਰਨ ਤਾਰਨ ਤੋਂ, ਆਪਣਾ ਭਰਾਈ ਆ ਗਰਚਾਲ ਰੈਪ ਕਰਦਾ ਇੱਕ ਜੱਸ, ਅਤੇ ਉਹ ਆਏ ਹੋਏ ਸੀ ਨਾਲ, ਅਸੀਂ ਉਹ ਸੀ ਪੂਰਾ ਫਨ ਕਰਿਆ ਉਹਦੇ 'ਚ, ਉਹ ਕਹਿੰਦਾ ਨਹੀਂ ਬਾਬਾ, ਉਹਨੇ ਵੀ ਗਮਛਾ ਜਿਹਾ ਬੰਨਿਆ ਸੀ ਸਿਰ 'ਤੇ, ਉਹਨਾਂ ਚੇਲਾ ਉਹਨੇ ਉਹਨੂੰ ਵੀ ਨਹੀਂ ਪਛਾਣਿਆ, ਉਹਨੂੰ ਕਹਿੰਦਾ ਤਾਂ ਦੇਖਿਆ ਲੱਗਦਾ ਅਸੀਂ ਪੂਰਾ ਫਨ ਕਰਦੇ ਹਾਂ। ਇਹਨੇ ਚੀਜ਼ਾਂ ਨੂੰ ਤੁਸੀਂ ਇੰਜੋਏ ਕਰਦੇ ਹੋ? ਬਿਲਕੁਲ ਜੀ, ਬਿਲਕੁਲ। ਤੁਸੀਂ ਇੱਕਦਮ ਪਿਓਰ ਹੋ ਕੇ ਤੁਰਨ ਦੀ ਕੋਸ਼ਿਸ਼ ਕੀਤੀ ਆ ਸ਼ੁਰੂ ਤੋਂ, ਅਤੇ ਹੁਣ ਵੀ ਤੁਸੀਂ ਉਸੇ ਲੀਕ 'ਤੇ ਤੁਰਨ ਦੀ ਗੱਲ ਕਰ ਰਹੇ ਹੋ, ਹੈ ਨਾ, ਬਟ ਇਹ ਤਾਂ ਚਲੋ ਇੱਕ ਗੱਲ ਹੈ, ਤਾਂ ਹੈ ਹੀ ਹੈ ਕਿ ਦੇਖ ਬੰਦੇ ਦੇ, ਕਹਿੰਦੇ ਨੇ ਵੀ ਜੋ ਦਿਖਤਾ ਹੈ ਉਹ ਵਿਕਦਾ ਹੈ, ਇੱਕ ਉਹ ਹੀ ਬਣ ਗਈ ਹੋਈ ਹੈ ਕਹਾਵਤ ਜੇ, ਔਰ ਸੱਚ ਵੀ ਹੋ ਰਹੀ ਹੈ ਕਿਤੇ ਨਾ ਕਿਤੇ। ਇਸ ਤੋਂ ਇਲਾਵਾ ਵੀ ਤੁਸੀਂ ਪਹਿਲੇ ਜਿੱਦਾਂ ਗੱਲ ਕੀਤੀ ਕਿ ਮੈਂ ਬਹੁਤ ਸਟ੍ਰੇਟ ਫਾਰਵਰਡ ਹਾਂ, ਮੂੰਹ ਫਟਾ ਉਹਦੇ ਕਰਕੇ ਬੜਾ ਕੰਮ ਖਰਾਬ ਹੁੰਦਾ, ਹੈ ਨਾ, ਇਸ ਤੋਂ ਇਲਾਵਾ ਵੀ ਕਿਹੜੀ ਕਿਹੜੀ ਚੀਜ਼ ਦੇ ਫੱਟ ਜਿਹੜੇ ਆ ਤੁਹਾਨੂੰ ਜਰਨੇ ਪਏ ਆ,
ਆਪਣੇ ਕਰੀਅਰ ਨੂੰ ਲੈ ਕੇ ਖਾਸ ਕਰ ਲੋਕਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਬਦਲਦੇ ਹੋਏ ਦੇਖਿਆ ਖੁਦ ਨੂੰ ਲੈ ਕੇ? ਕਹਿੰਦੇ ਨੇ ਜਿਹੜੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ, ਬਾਕੀਆਂ ਨੂੰ ਤਾਂ ਸਟਰਗਲ ਹੀ ਕਰਨਾ ਪੈਂਦਾ। ਸੋ ਉਹ ਕਿਸ ਤਰ੍ਹਾਂ ਫੇਸ ਕਰ ਰਹੇ ਹੋ ਤੁਸੀਂ ਕਰਮ ਆਪਣੀ ਲਾਈਫ ਦੇ ਵਿੱਚ ਹੁਣ ਕੁਝ ਸਾਲਾਂ ਤੋਂ ਤੇ ਇਸ ਸਮੇਂ? ਗਲਤੀਆਂ ਆਪਦੀਆਂ ਵੀ ਹੁੰਦੀਆਂ ਬੰਦੇ ਦੀਆਂ, ਹਮੇਸ਼ਾ ਦੂਆ ਗਲਤ ਨਹੀਂ ਹੁੰਦਾ। ਇਹ ਆ ਕਿ ਜਦੋਂ ਪਿੱਛੇ ਫੇਸ ਲੰਘਾਇਆ ਉਦੋਂ ਆਪਦੇ ਆਪ ਨਾਲ ਵੀ ਗੱਲਾਂ ਕੀਤੀਆਂ, ਆਪਦੀ ਗਲਤੀ ਕੱਢਣੀ ਵੀ ਸਿੱਖੀ, ਸਾਰੇ ਦੋਸ਼ ਆਪਣੇ 'ਤੇ ਮੜਤੇ ਕਿ ਤੇਰੀ ਗਲਤੀ ਸੀ, ਦੂਜੇ ਦੀ ਗਲਤੀ ਕੋਈ ਨਹੀਂ ਸੀ। ਆਪਦੇ ਆਪ ਨੂੰ ਬੈਟਰ ਕਰਿਆ ਕਿ ਯਾਰ, ਕਿਉਂਕਿ ਆਏ ਬਲੀਵ ਕਿ 99% ਤੁਹਾਡੀ ਉਹ ਗਲਤੀ ਹੁੰਦੀ। ਕਿਹੜੀ ਗਲਤੀਆਂ ਦੀ ਤੁਸੀਂ ਗੱਲ ਕਰ ਰਹੇ ਹੋ? ਗਲਤੀ ਐਜ਼ ਇਨ ਕਿਸੇ ਨਾਲ ਰਿਲੇਸ਼ਨ ਖਰਾਬ ਹੋ ਗਿਆ, ਕਿਸੇ ਨਾਲ ਬਿਜ਼ਨਸ ਖਰਾਬ ਹੋ ਗਿਆ ਜਾਂ ਕੁਛ ਵੀ ਆ, ਹਮੇਸ਼ਾ ਆਪਦੀ ਗਲਤੀ ਕੱਢੋ। ਜੇ ਨਹੀਂ ਵੀ ਹੈਗੀ ਤਾਂ ਵੀ ਕੱਢੋ, ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਬਟ ਜੇ ਤੁਸੀਂ ਖੁਦ ਨੂੰ ਹਰ ਚੀਜ਼ ਦੇ ਵਿੱਚ ਗਲਤ ਠਹਿਰਾਓਗੇ ਤੇ ਹੁਣ ਤਾਂ ਜ਼ਮਾਨਾ ਉਹ ਆ ਗਿਆ ਨਾ ਕਿ ਸਾਹਮਣੇ ਵੱਲ ਤਾਂ ਸਹੀ ਬੰਦੇ ਨੂੰ ਨਹੀਂ ਬਖਸ਼ਦਾ, ਤੇ ਜਿਹੜਾ ਖੁਦ ਹੀ ਕਹਿ ਦੂਗਾ ਕਿ ਗਲਤ ਹੀ ਮੈਂ ਆ, ਤੇ ਫਿਰ ਉਹਦੇ ਲਈ ਆਈ ਮੀਨ ਹੋਰ ਔਖਾ ਨਹੀਂ ਹੋ ਜਾਏਗਾ ਸਰਵਾਈਵ ਕਰਨਾ? ਉੱਤੇ ਛੱਡ ਦੋ ਨਾ, ਜਦੋਂ ਬਦਲਾ ਆਪਾਂ ਆਪ ਲੈਣ ਲਈ ਮੂਹਰੇ ਹੋ ਜਾਂਦੇ ਫਿਰ ਉਹ ਪਿੱਛੇ ਹਟ ਜਾਂਦਾ। ਅੱਛਾ ਕਰਮ, ਬੜੇ ਸਾਰੇ ਨਾ ਮਿਰੇਕਲਸ ਹੁੰਦੇ ਆ, ਖਾਸ ਕਰ ਜਿਹੜੇ ਸਾਡੇ ਤੁਹਾਡੇ ਵਰਗੇ ਲੋਕ ਹੁੰਦੇ ਨਾ ਜੋ ਰੱਬ ਤੇ ਛੱਡ ਕੇ ਤੁਰੇ ਹੁੰਦੇ ਕਿ ਕੋਈ ਗੱਲ ਨਹੀਂ ਛੱਡੋ ਦੁਨੀਆਦਾਰੀ, ਹੈ ਨਾ? ਕਿਹੜੇ ਕਿਹੜੇ ਮਿਰੇਕਲਸ ਤੁਸੀਂ ਇਹਨਾਂ ਸਾਲਾਂ ਦੇ ਵਿੱਚ ਹੁੰਦੇ ਵੇਖਿਆ? ਕਿੱਥੇ ਕਿੱਥੇ ਲੱਗਿਆ ਕਿ ਯਾਰ ਮਤਲਬ ਮੈਂ ਨਹੀਂ ਸੀ ਸੋਚਿਆ ਪਰ ਵਾਹਿਗੁਰੂ ਆਪ ਆ ਕੇ ਖੜਿਆ? ਹੋਏ ਨੇ, ਬਹੁਤ ਹੋਏ ਨੇ, ਬਹੁਤ ਜ਼ਿਆਦਾ ਪਰਸਨਲ ਨੇ ਉਹ, ਤਾਂ ਮੈਂ ਡਿਸਕਸ ਨਹੀਂ ਕਰ ਸਕਦਾ। ਸ਼ਾਇਦ ਕਿਸੇ ਇੱਕ ਬੰਦੇ ਨੂੰ ਦੱਸ ਕੇ ਜਾਊਂਗਾ ਤਾਂ ਕਿ ਉਹ ਰਾਜ਼ ਹੀ ਨਾ ਰਹਿ ਜਾਣ, ਹੈ ਨਾ, ਕਿਉਂਕਿ ਜ਼ਿੰਦਗੀ ਦਾ ਕੁਛ ਨਹੀਂ ਪਤਾ। ਦੱਸ ਕੇ ਜਾਵਾਂਗੇ, ਕਿਸੇ ਇੱਕ ਨੂੰ ਦੱਸ ਕੇ ਜਾਵਾਂਗੇ। ਬਹੁਤ ਹੋਈਆਂ, ਬਹੁਤ ਬਹੁਤ ਮਰੇਕਲ ਹੀ ਸੀਗੇ ਉਹ, ਇੱਦਾਂ ਦੀਆਂ ਚੀਜ਼ਾਂ ਹੋਈਆਂ। ਸੋ ਇਸ ਕਰਕੇ ਮੇਰਾ ਤਾਂ ਬਹੁਤ ਵਿਸ਼ਵਾਸ ਆ ਰੱਬ। ਕੌਣ ਹੋਏਗਾ ਇੱਕ ਬੰਦਾ? ਹੋਊਗਾ ਕੋਈ, ਬੰਦਾ ਹੀ ਹੋਏਗਾ। ਬੰਦਾ ਹੈ, ਬੰਦੀ ਨਹੀਂ ਹੋ ਸਕਦੀ? ਬੰਦੀ ਵੀ ਹੋ ਸਕਦੀ ਹੈ, ਹੋ ਸਕਦੀ ਹੈ, ਮਤਲਬ ਪਰ ਬੰਦੀ ਤਾਂ ਨਹੀਂ ਹੋ ਸਕਦੀ। ਮੈਂ ਆਪਦੀ ਪਰਸਨਲ ਲਾਈਫ ਬਹੁਤ ਲੋਕ ਹੀ ਰੱਖਦਾ, ਬਹੁਤ ਜ਼ਿਆਦਾ ਲੋਕ ਹੀ ਰੱਖਦਾ ਆਪਦੀ ਪਰਸਨਲ ਲਾਈਫ। ਵੈਸੇ ਤਾਂ ਵਿਆਹ ਕਰਾਉਣਾ ਨਹੀਂ, ਕਿਉਂ? ਜੇ ਕਰਾਇਆ ਫਿਰ ਕਿਸੇ ਨੂੰ ਦੱਸਣਾ ਨਹੀਂ, ਕਿਉਂ? ਬਸ ਪਰਸਨਲ ਲਾਈਫ ਲੋਕ ਹੀ ਰੱਖਦਾ। ਨਹੀਂ ਕਰਾਉਣਾ ਕਿਉਂ ਨਹੀਂ? ਬੰਡ ਹੀ ਨਹੀਂ ਕਿਸੇ ਦਾ। ਪਰ ਤੁਸੀਂ ਤਾਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਆਪ ਨੂੰ ਹੁਣ ਬਹੁਤ ਚੇਂਜ ਕੀਤਾ ਹੈ। ਉਸ ਮਾਮਲੇ 'ਚ ਨਹੀਂ ਕਰ ਸਕਦਾ। ਉਸ ਮਾਮਲੇ 'ਚ ਨਹੀਂ ਕਰ ਸਕਦੇ? ਇਹ ਕਿਹੜੇ ਮਾਮਲੇ 'ਚ ਚੇਂਜ ਕੀਤਾ ਹੈ? ਪਤਾ ਨਹੀਂ ਉਹ ਮਾਮਲਾ ਕਿਹੜਾ ਆ, ਮੈਨੂੰ ਤਾਂ ਮਾਮਲਾ ਹੀ ਨਹੀਂ ਪਤਾ ਕਿਹੜਾ ਆ, ਪਰ ਉਹ ਹੈ, ਬਣਦੀ ਨਹੀਂ, ਮਾਮਲਾ ਗੜਬੜ ਹੈ, ਗੜਬੜ ਹੈ। ਓਕੇ, ਸੋ ਜੋ ਵੀ ਹੁਣ ਜਿਸ ਤਰ੍ਹਾਂ ਆਪਣੀ ਆਪਾਂ ਦੇਖ ਰਹੇ ਬਹੁਤ ਫਾਸਟ ਹੋ ਚੁੱਕਿਆ ਹੈ, ਹੈ ਨਾ, ਕੰਪੀਟੀਸ਼ਨ ਵੀ ਓਨਾ ਹੀ ਹੈ, ਮੈਨੂੰ ਲੱਗਦਾ ਖੁਦ ਨਾਲ ਘੱਟ ਅਤੇ ਦੂਜਿਆਂ ਨਾਲ ਜ਼ਿਆਦਾ ਰਹਿੰਦਾ ਹੈ। ਸੋਸ਼ਲ ਮੀਡੀਆ ਦਾ ਅਲੱਗ ਕੰਪੀਟੀਸ਼ਨ ਚੱਲ ਰਿਹਾ, ਗੀਤਾਂ ਦਾ ਵੱਖ ਚੱਲ ਰਿਹਾ, ਕਲਮ ਦਾ ਵੱਖ ਚੱਲ ਰਿਹਾ, ਅਤੇ ਕਿਸ ਤਰ੍ਹਾਂ ਖੁਦ ਨੂੰ ਪ੍ਰਿਪੇਅਰ ਕਰ ਰਹੇ ਹੋ ਹੁਣ, ਕਿਉਂਕਿ ਜਿਹੜਾ ਕਮਬੈਕ ਹੋਣਾ ਹੈ ਉਹ ਸਾਰਿਆਂ ਦੇ ਮਤਲਬ ਓਬਵੀਅਸਲੀ ਗੱਲ ਹੈ ਕਿ ਸਾਰਿਆਂ ਦੇ ਨਾਲ ਹੀ ਮਾਰਕੀਟ 'ਚ ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਰੱਖੋਗੇ? ਸੋਸ਼ਲ ਮੀਡੀਆ ਵਾਲਾ ਤਾਂ ਕੰਪੀਟੀਸ਼ਨ ਮੈਂ ਕੰਪੀਟੀਸ਼ਨ ਮੰਨਦਾ ਹੀ ਨਹੀਂ, ਕਿਉਂਕਿ 90% ਫੇਕ ਲਾਈਕ ਫੇਕ ਵਿਊ ਨੇ। ਪਤਾ ਲੱਗਦਾ ਅਖਾੜਿਆਂ 'ਚ, ਕਹਿੰਦਾ ਅਖਾੜਿਆਂ ਦਾ ਇਕੱਠ ਦੱਸਦਾ ਜਾਂ ਰੌਲਾ ਦੱਸਦਾ ਕਿਹੜਾ ਕਿੰਨੇ ਕੁ ਪਾਣੀ 'ਚ ਮੁਟਿਆ ਰਹੇ। ਸੋਸ਼ਲ ਮੀਡੀਆ 'ਤੇ ਤਾਂ 6-6 ਲੱਖ ਲਾਈਕ ਜੋ ਮਰਜ਼ੀ ਕਰੀ ਜਾਓ, ਮੈਂ ਨਹੀਂ ਕਹਿੰਦਾ ਜਿਹਨਾਂ ਦੇ ਆਉਂਦੇ ਫੇਕ ਆਉਂਦੇ ਆ, ਬਟ ਬਹੁਤ ਕੁਛ ਆ, ਸਾਰਿਆਂ ਨੂੰ ਪਤਾ ਹੀ ਆ, ਜਿਹੜੇ ਇਸ ਇੰਡਸਟਰੀ ਦੇ ਉਹਨਾਂ ਨੂੰ ਪਤਾ ਆ, ਜਾਂ ਜਿਹਨਾਂ ਨੂੰ ਗੇਮ ਰੀਲਾਂ ਵਾਲੀ ਗੇਮ ਪਤਾ ਉਹਨਾਂ ਨੂੰ ਵੀ ਪਤਾ ਆ। ਬਾਕੀ ਜੋ ਕਲਮ ਦੀ ਅਤੇ ਗਾਇਕੀ ਦੀ ਗੱਲ ਰਹਿ ਗਈ, ਉਹ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਸੁਣ ਲੈਣਾ ਕੀ ਕੁਛ ਲਈ ਬੈਠੇ ਹਾਂ। ਅੱਗ ਲਾ ਦਾਂਗੇ, ਅੱਗ ਪਿਛਲੇ ਗਾਣੇ ਭੁੱਲ ਜੂੰਗੇ ਕੀ ਸੀਗਾ, ਇੱਦਾਂ ਦੇ ਗਾਣੇ ਆਉਣ ਵਾਲੇ। ਮੈਂ ਨਹੀਂ ਕਹਿੰਦਾ ਬਹੁਤ ਬਿਗ ਹਿੱਟ ਹੋਣੇ ਆ, ਕਿਉਂਕਿ ਮੈਨੂੰ ਨਹੀਂ ਪਤਾ ਮੈਨੂੰ ਕੋਈ ਵੀਰ ਭਰਾ ਮਿਲਣਾ ਫੇਕ ਲਾਈਕਾਂ ਵਾਲਾ ਜਾਂ ਨਹੀਂ ਮਿਲਣਾ। ਜੇ ਮੈਨੂੰ ਲੱਭ ਗਿਆ ਮੈਂ ਵੀ ਕਰਾ ਲੈਣੇ ਆ, ਕਿਉਂਕਿ ਸਾਰੇ ਕਰਾਉਂਦੇ, ਆਪਾਂ ਕਿਉਂ ਨਾ ਕਰਾਈਏ। ਪਰ ਵਿਊਆਂ 'ਤੇ ਨਾ ਜਾਏ, ਉਹ ਇੰਨੀ ਗਰੰਟੀ ਆ ਵੀ ਘੱਟੋ ਘੱਟ 5-6 ਗਾਣੇ ਇੱਦਾਂ ਦੇ ਆ 20 ਦੇ ਵਿੱਚੋਂ ਘਰ ਕਰਨਗੇ ਦਿਲ 'ਚ। ਬਹੁਤ ਵਧੀਆ ਗੱਲ ਹੈ, ਤੁਸੀਂ ਜੋ ਸੋਚਦੇ ਹੋ ਇੱਦਾਂ ਹੋਵੇ। ਅਤੇ ਮੈਨੂੰ ਦੱਸੋ ਵੀ ਗਾਣਿਆਂ ਦੀ ਤਾਂ ਗੱਲ ਰਹਿ ਗਈ ਇੱਕ ਪਾਸੇ, ਹੈ ਨਾ, ਉੱਦਾਂ ਕੀ ਨਜ਼ਰੀਆ ਹੁਣ ਤੁਹਾਡਾ ਦੁਨੀਆ ਨੂੰ ਲੈ ਕੇ, ਇੰਡਸਟਰੀ ਨੂੰ ਲੈ ਕੇ? ਤੁਹਾਡੇ ਲਈ ਹਿਟ ਐਂਡ ਫਲੋਪ ਕੀ ਹੈ? ਵਾਈਬ ਆ, ਜਿਹੜੀ ਵਾਈਬ ਚੱਲ ਗਈ, ਭਾਵੇਂ ਉਹ ਨਵਾਂ ਬੰਦਾ ਭਾਵੇਂ ਪੁਰਾਣਾ ਬੰਦਾ, ਜਿਹੜੀ ਵਾਈਬ ਚੱਲ ਗਈ, ਜਿਹਦੇ 'ਚ ਬੰਦੇ ਨੂੰ ਘੈਂਟ ਤਾਂ ਚੜ੍ਹ ਰਿਹਾ ਜਾਂ ਕੋਈ ਸੈਡ ਸੌਂਗ ਆ ਬੰਦੇ ਨੂੰ ਉਹ ਲੈ ਗਿਆ, ਉਹਦੇ ਖਿਆਲਾਂ 'ਚ ਰੋਮੈਂਟਿਕ ਆ ਬੰਦੇ ਨੂੰ ਫੀਲ ਆ ਰਿਹਾ। ਮਿਊਜ਼ਿਕ, ਆਈ ਗੈਸ ਮਿਊਜ਼ਿਕ ਦਾ ਬਹੁਤ ਜ਼ਿਆਦਾ ਇੰਪੈਕਟ ਆ ਅੱਜ ਦੇ ਟਾਈਮ 'ਚ। ਮਿਊਜ਼ਿਕ ਅੱਗੇ ਪਹਿਲਾਂ ਵੀ ਸੀਗਾ, ਬਟ ਇਸ ਵੇਲੇ ਮਿਊਜ਼ਿਕ ਲੀਡ ਕਰ ਰਿਹਾ। ਓਕੇ, ਤੇ ਮਿਊਜ਼ਿਕ ਕਿਹਦਾ ਮਿਊਜ਼ਿਕ ਤੁਹਾਨੂੰ ਵਾਈਬ ਦਿੰਦਾ? ਮੈਂ ਉਹੀ ਫਿਰ ਸੇਮ ਆਨਸਰ ਕਿ ਵਾਈਬ ਨਵਾਂ ਬੰਦਾ ਵੀ ਬਣਾ ਸਕਦਾ,
ਪੁਰਾਣਾ ਵੀ ਬਣਾ ਸਕਦਾ। ਜ਼ਰੂਰੀ ਨਹੀਂ ਵੀ ਇੱਕ ਬੰਦਾ ਘੈਂਟੀ ਚੀਜ਼ਾਂ ਲਿਖਦਾ, ਘੈਂਟੀ ਚੀਜ਼ਾਂ ਬਣਾਉਂਦਾ, ਘੈਂਟੀ ਚੀਜ਼ਾਂ ਗਾਉਂਦਾ। ਰਾਈਟ ਨਾ ਕੋਈ ਗਾਣਾ ਹੈ ਜਿਹੜਾ ਇੱਕਦਮ ਜ਼ਹਿਨ ਦੇ ਵਿੱਚ ਆ, ਭਾਵੇਂ ਆਪਣਾ ਹੀ ਹੋਵੇ ਜਿਹੜਾ ਜ਼ਹਿਨ 'ਚ ਆ? ਕੱਲ੍ਹ ਹੀ ਮੈਨੂੰ ਇੱਕ ਗਾਣਾ ਮੈਂ ਸੁਣਿਆ ਨਵਾਂ, ਜੱਟ ਗੱਡੀ ਵਿੱਚ ਬੈਠਾ ਨਿਗਾ ਗੱਡੀ ਤੇਰੇ 'ਤੇ, ਉਹਦੇ 'ਚ ਟਿਊਨ ਜੀ ਵਾਲੀ ਘੈਂਟ ਸੀ, ਤਾਂ ਮੈਨੂੰ ਘੈਂਟ ਲੱਗਾ, ਮੈਂ ਸ਼ੇਅਰ ਵੀ ਕੀਤਾ। ਨਹੀਂ ਤਾਂ ਹੁਣ ਤੁਸੀਂ ਤਾਂ ਮੈਨੂੰ ਕਨਫਿਊਜ਼ ਹੀ ਕਰਤਾ ਹੈ, ਜਦੋਂ ਤੁਸੀਂ ਮੈਨੂੰ ਪਹਿਲੇ ਇੱਕ ਦੋ ਗਾਣੇ ਸੁਣਾਏ ਤਾਂ ਮੈਨੂੰ ਬੜੀ ਸੋਹਣੀ ਆਵਾਜ਼ ਲੱਗੀ, ਬਹੁਤ ਹੀ ਕਮਾਲ, ਮਤਲਬ ਇੰਨੀ ਜ਼ਿਆਦਾ। ਹਾਂ ਮਤਲਬ ਕਹਿੰਦੇ ਪੁਰਾਣੇ ਭੁੱਲ ਜੂੰਗੇ, ਨਵੇਂ ਹਜੇ ਸੁਣਾਉਣੇ ਨਹੀਂ ਆ, ਫਿਰ ਕਿਹੜੇ ਸੁਣਾਓਗੇ? ਨਵੇਂ ਤੁਹਾਨੂੰ ਸੁਣਾਤੇ, ਇੱਧਰ ਨਹੀਂ ਸੁਣਾਉਣੇ, ਠੀਕ ਹੈ, ਚੋਰ ਵਾਲੇ ਬੈਠੇ ਆ। ਪਰ ਆਈ ਮਸਟ ਸੇ, ਹਾਂ ਮੈਂ ਕਹਿ ਸਕਦੀ ਹਾਂ ਕਿ ਉਹ ਗਾਣੇ ਤੁਹਾਨੂੰ ਸੱਚੀ ਪਸੰਦ ਆਉਣਗੇ, ਮੈਂ ਬਹੁਤ ਜ਼ਿਆਦਾ, ਮੈਨੂੰ ਸੋਹਣੇ ਲੱਗੇ ਉਹ ਗੀਤ, ਬਹੁਤ ਸੋਹਣੀ ਕਲਮ, ਬਹੁਤ ਸੋਹਣੇ, ਮਤਲਬ ਇਹਨਾਂ ਨੇ ਰੂਹ ਰੱਖੀ ਆਪਣੀ ਕੱਢ ਕੇ, ਇੱਦਾਂ ਕਹਿ ਸਕਦੇ ਹਾਂ। ਅਤੇ ਹੁਣ ਸਾਨੂੰ ਕੀ ਸੁਣਾਉਣੇ? ਕਿੱਦਾਂ ਦਾ ਸੁਣਨਾ ਉਹ ਸੁਣਾ ਦਿੰਦੇ, ਜਿੱਦਾਂ ਦਾ ਤੁਹਾਨੂੰ ਪਸੰਦ ਹੈ, ਤੁਸੀਂ ਤਾਂ ਕਨਫਿਊਜ਼ ਹੀ ਕਰਤਾ ਮੈਨੂੰ, ਕਿਉਂ ਮੈਂ ਖੁਦ ਕਨਫਿਊਜ਼ ਹਾਂ ਨਾ, ਥੋੜ੍ਹਾ ਜਿਹਾ ਪ੍ਰੋਪਰ ਨਹੀਂ ਨਿਕਲੇ ਫੇਸ 'ਚੋਂ, ਜੇ ਮਾੜਾ ਜਿਹਾ ਹੱਥ ਹੀ ਲੰਘ ਗਿਆ ਪੂਛ ਰਹਿ ਗਈ, ਉਹ ਵੀ ਨਿਕਲ ਜਾਏਗੀ। ਮੈਂ ਕਿਹਾ ਚੱਕ ਲਾਂਗੇ ਫੱਟੇ, ਦੇਖੀ ਤੂੰ। ਇਹ ਕੀ ਤੁਸੀਂ ਜਿਹੜਾ ਬਾਰ ਬਾਰ ਕਹਿੰਦੇ ਹੋ, ਕੀ ਇਹ ਖੁਦ ਨੂੰ ਮੋਟੀਵੇਟ ਕਰਨ ਦਾ ਇੱਕ ਤਰੀਕਾ ਹੈ? ਨਹੀਂ, ਮੇਰਾ ਸ਼ੁਰੂ ਤੋਂ ਸੁਭਾਅ ਇੱਦਾਂ ਦਾ ਰਿਹਾ, ਜਦੋਂ ਮੈਂ ਕੈਨੇਡਾ ਵੀ ਸੀ ਉੱਥੇ ਵੀ ਬੰਦਿਆਂ ਨੂੰ ਮੈਂ ਇੱਦਾਂ ਮਿਲਦਾ ਸੀਗਾ, ਕਦੀ ਬਦਲੋ ਨਾ ਆਪਦੇ ਆਪ ਨੂੰ, ਮੈਂ ਗਲਤੀ ਕੀਤੀ ਬਦਲ ਕੇ, ਮੈਂ ਸ਼ੁਰੂ ਤੋਂ ਇੱਦਾਂ ਦਾ ਸੀ, ਹੁਣ ਮੈਂ ਦੁਬਾਰਾ ਜੋ ਸੀਗਾ ਉੱਥੇ ਆ ਰਿਹਾ। ਮੈਨੂੰ ਬਾਅਦ 'ਚ ਇੱਥੇ ਤੁਹਾਡਾ ਸਰਕਲ ਕਈ ਵਾਰੀ ਇੱਦਾਂ ਦਾ ਹੋ ਜਾਂਦਾ, ਮੋਸਟਲੀ ਇੰਡਸਟਰੀ ਤਾਂ ਐਵੇਂ ਦੀ ਆ, ਕੋਈ ਹੁੰਦਾ ਵਿਰਲਾ ਵਾਂਝਾ ਜਿਹੜਾ ਤੁਹਾਡੇ ਨਾਲ ਦਿਲੋਂ ਆ, ਜਿਹੜਾ ਤੁਸੀਂ ਗੇਟ ਟੱਪਦੇ ਆ, ਗੇਟ ਭਿੜਦਾ ਆ, ਪੌੜੀਆਂ ਤੱਕ ਨਹੀਂ ਪਹੁੰਚਦੇ, ਇੱਥੇ ਬੈਕ ਬਿਚਿੰਗ ਸਟਾਰਟ ਹੋ ਜਾਂਦੀ ਆ। ਉਹ ਮੇਰੀ ਆਦਤ ਆ, ਮੈਨੂੰ ਆਦਤ ਕਹਿ ਲਓ, ਬਾਬੇ ਦੀ ਮਿਹਰ ਕਹਿ ਲਓ, ਮੈਨੂੰ ਇੰਟਿਊਸ਼ਨ ਜੀ ਆ ਜਾਂਦੀ ਆ ਮੁੜ ਕੇ ਦੁਬਾਰਾ ਬੰਦੇ ਦੇ ਵਿੱਚ ਬਹਿ ਕੇ, ਕਿ ਕੀ ਸੋਚ ਰਿਹਾ, ਕੀ ਕਹਿ ਰਿਹਾ, ਮੈਂ ਕਹਿੰਦਾ ਨਹੀਂ, ਪਰ ਇੰਟਿਊਸ਼ਨ ਆ ਜਾਂਦੀ ਆ। ਫਿਰ ਹੌਲੀ ਹੌਲੀ ਸਮੇਂ ਦੇ ਨਾਲ ਉਹ ਚੀਜ਼ਾਂ ਕਲੀਅਰ ਵੀ ਹੋ ਜਾਂਦੀਆਂ ਕਿ ਹਾਂ ਜੋ ਸੋਚ ਰਹੇ ਸੀ ਇਹ ਨਹੀਂ ਸੀਗਾ, ਇੱਦਾਂ ਸੀਗਾ। ਕੀ ਇੱਕ ਆਰਟਿਸਟ ਹੋਣ ਦੇ ਨਾਤੇ ਤੁਸੀਂ ਵੀ ਇਹ ਗੱਲਾਂ ਅੱਖੀ ਦੇਖੀਆਂ ਅਤੇ ਕੰਨੀ ਸੁਣੀਆਂ ਨੇ? ਕੰਨੀ ਸੁਣੀਆਂ ਤਾਂ ਨਹੀਂ, ਮੈਂ ਤਾਂ ਫੀਲ ਕੀਤੀਆਂ, ਹੰਡਾਈਆਂ ਆਪਦੇ 'ਤੇ, ਫਿਰ ਮੈਂ ਆਪਦੇ ਆਪ ਨੂੰ ਬਦਲ ਲਿਆ, ਮੈਂ ਐਵੇਂ ਹੀ ਸੀ। ਉਹ ਲੋਕ ਕਹਿੰਦੇ ਹਵਾ 'ਚ ਫਿਰਦਾ ਐਵੇਂ ਫੁਕਰੀ ਮਾਰੀ ਜਾਂਦਾ, ਇਹ ਆਪਦੇ ਆਪ ਨੂੰ ਮੋਟੀਵੇਟ ਕਰਨ ਵਾਲੀ ਗੱਲ ਨਹੀਂ ਹੁੰਦੀ, ਇਹ ਅੰਦਰ ਇੱਕ ਐਨਰਜੀ ਉੱਠਦੀ ਆ। ਦੂਜੀ ਗੱਲ ਇਹ ਵੀ ਆ, ਮੈਂ ਆਪਦੇ ਇੰਸਟਾ 'ਤੇ ਲਿਖ ਕੇ ਵੀ ਪਾਇਆ, ਇਹ ਚੀਜ਼ ਗਲਤ ਵੀ ਆ, ਗਲਤ ਤਾਂ ਆ, ਮੈਂ ਮੇਰਾ ਖੁਦ ਦਾ ਕੋਟ ਆ ਕਿ ਇਫ ਯੂ ਕੈਂਟ ਹੋਲਡ ਇਟ ਵਿਦ ਇਨ ਯੂ, ਯੂ ਆਰ ਨੋਟ ਰੈਡੀ ਇਨਫ। ਜਿਹੜੀ ਐਨਰਜੀ ਤੁਸੀਂ ਆਪਦੇ ਅੰਦਰ ਹੋਲਡ ਹੀ ਨਹੀਂ ਕਰਕੇ ਰੱਖ ਸਕਦੇ, ਤੁਸੀਂ ਉਹਦੇ ਲਈ ਰੈਡੀ ਨਹੀਂ ਹੈਗੇ। ਜੇ ਮੈਂ ਵਾਰ ਵਾਰ ਕਹਿ ਰਿਹਾ ਵੀ ਮੈਂ ਕਰ ਦੂੰਗਾ, ਐਂ ਕਰ ਦੂੰਗਾ, ਤਾਂ ਮੇ ਬੀ ਸ਼ਾਇਦ ਮੈਂ ਚੁੱਪ ਰਹਿਣਾ ਸਿੱਖਾਂ, ਉਹਨੂੰ ਮੈਂ ਅੰਦਰ ਹੋਲਡ ਕਰਾਂ, ਦੇਖਾਂ ਤਾਂ ਸਹੀ ਕਿੰਨੀ ਕੁ ਬਣਦੀ ਆ, ਹੋਰ ਜ਼ਿਆਦਾ ਹੋਰ ਬਣੂਗੀ ਉਹ ਐਨਰਜੀ, ਮੈਂ ਰਾਈਟ ਵੇ ਉਹਨੂੰ ਮੈਂ ਰਿਵੀਲ ਕਰ ਦਿੰਦਾ ਜਦੋਂ ਬਣਦੀ ਆ। ਇਹ ਵੀ ਗਲਤੀ ਆ, ਖੁਦ ਦੀ ਗਲਤੀ ਮੈਂ ਅੱਜ ਇੰਟਰਵਿਊ 'ਚ ਫੜੀ ਆ, ਸੋਰੀ। ਓਕੇ, ਨਹੀਂ ਇਟਸ ਗੁੱਡ, ਮੇਰੇ ਤਾਂ ਮੰਮੀ ਕਹਿੰਦੇ ਤੁਸੀਂ ਜੋ ਇੰਨਾ ਖੁਦ ਨੂੰ ਕ੍ਰਿਟਿਕਸ ਅੱਛੇ ਬਣ ਸਕਦੇ ਹੋ, ਖੁਦ ਦੇ ਕੋਈ ਨਹੀਂ ਬਣ ਸਕਦਾ, ਜਾਂ ਤੁਹਾਡੇ ਬਹੁਤ ਜਿਹੜੇ ਨਜ਼ਦੀਕੀ ਹੁੰਦੇ। ਇਹੀ ਤਾਂ ਮੈਂ ਗੱਲ ਕਰ ਰਿਹਾ ਸੀ, ਉਦੋਂ ਆਪਦੀ ਗਲਤੀ ਕੱਢੋ, ਆਪਦੇ 'ਚ ਕਮੀਆਂ ਲੱਭੋ। ਪਰ ਇੰਨੀਆਂ ਵੀ ਨਹੀਂ ਲੱਭਣੀਆਂ ਚਾਹੀਦੀਆਂ ਕਿ ਡੀਮੋਟੀਵੇਟ ਨਹੀਂ, ਡੀਮੋਟੀਵੇਟ ਨਹੀਂ, ਲੈਟ ਇਟ ਗੋ, ਆਪਦੀ ਗਲਤੀ ਕਰਕੇ ਲੈਟ ਇਟ ਗੋ, ਕਿ ਹਾਂ ਯਾਰ ਚੱਲ ਮੇਰੀ ਉਹ ਗਲਤੀ ਸੀ, ਛੱਡ ਕਰਾਂ। ਓਕੇ, ਇਹ ਤਾਂ ਹੋਈ ਨਾ ਪੋਜ਼ਿਟਿਵ ਗੱਲ, ਹੁਣ ਗਾਣਾ ਸੁਣੀਏ, ਚਲੋ। ਤੇਰੇ ਨਾਲ ਮੁਹੱਬਤ ਸੀ ਜਦ ਯਾਰਾਂ ਨੂੰ, ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ, ਤੇਰੇ ਨਾਲ ਮੁਹੱਬਤ ਸੀ ਜਦ ਯਾਰਾਂ ਨੂੰ, ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ, ਨੀ ਤੈਨੂੰ ਤਾਂ ਮੈਂ ਕਿਸੇ ਬਹਾਨੇ ਭੁੱਲ ਜਾਊਂਗਾ, ਭੁੱਲ ਨਹੀਂ ਹੋਣਾ ਪਿੱਠ ਤੇ ਕੀਤੇ ਵਾਰਾਂ ਨੂੰ, ਹੈ ਤੇਰੇ ਨਾਲ ਮੁਹੱਬਤ ਸੀ ਜਦ ਯਾਰਾਂ ਨੂੰ, ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ, ਨੀ ਰੋਜ਼ ਤੇਰੇ ਨਾਲ ਗੱਲਾਂ ਕਰਕੇ ਸੌਣ ਦੀ ਆਦਤ ਪੈ ਗਈ ਸੀ, ਨਾਮ ਤੇਰੇ ਤੇ ਗੀਤ ਬਣਾ ਕੇ ਗਾਉਣ ਦੀ ਆਦਤ ਪੈ ਗਈ ਸੀ, ਰੋਜ਼ ਤੇਰੇ ਨਾਲ ਗੱਲਾਂ ਕਰਕੇ ਸੌਣ ਦੀ ਆਦਤ ਪੈ ਗਈ ਸੀ, ਨਾ ਤੇਰੇ ਤੇ ਗੀਤ ਬਣਾ ਕੇ ਗਾਉਣ ਦੀ ਆਦਤ ਪੈ ਗਈ ਸੀ, ਨੀ ਜਿਸ ਦਿਨ ਦਾ ਤੂੰ ਮੈਨੂੰ ਦਿਲੋਂ ਭੁਲਾਇਆ ਮੈਂ ਮਹਿਬੂਬ ਬਣਾ ਲਿਆ ਇਸ਼ਕ ਗਿਟਾਰਾਂ ਨੂੰ, ਹੈ ਤੇਰੇ ਨਾਲ ਮੁਹੱਬਤ ਸੀ ਜਦ ਯਾਰਾਂ ਨੂੰ। ਬਿਊਟੀਫੁਲ, ਥੈਂਕ ਯੂ, ਥੈਂਕ ਯੂ। ਬੜੇ ਬੜੇ ਜਿਹਨਾਂ ਜਿਹੜੇ ਜਿਹੜੇ ਦਿਲ ਲਈ ਬੈਠੇ ਆ ਅਤੇ ਜਿਹਨਾਂ ਦੇ ਦਿਲਾਂ 'ਤੇ ਫੱਟ ਵੱਜਿਆ ਉਹ ਤਾਂ ਇਸ ਗਾਣੇ ਨੂੰ ਬਹੁਤ ਇੰਜੋਏ ਕਰਦੇ ਆ। ਜਦੋਂ ਕਰਮ ਤੁਸੀਂ
ਕੈਂਬੀ ਨਹੀਂ ਜਦੋਂ ਕਰਮ ਆਪਣੇ ਪੁਰਾਣੇ ਗੀਤ ਸੁਣਦਾ ਜਿਹੜੇ ਬੜੇ ਪਸੰਦ ਕੀਤੇ ਗਏ ਬੜੇ ਹਿੱਟ ਹੋਏ ਨੇ ਤੇ ਕੀ ਸੋਚਦਾ ਕੁਛ ਨਹੀਂ ਵਾਲਾ ਨਹੀਂ ਸੋਚਦਾ ਮੈਂ ਸੁਣਦੇ ਨਹੀਂ ਆਪਦੇ ਪੁਰਾਣੇ ਗਾਣੇ ਕੋਈ ਨਹੀਂ ਸੁਣਦੇ ਨਵੇਂ ਸੁਣਦਾ ਬੈਕ ਟੂ ਬੈਕ ਲੂਪ ਤੇ ਦਿਮਾਗ ਖਰਾਬ ਹੋ ਜਾਂਦਾ ਇੰਨੇ ਸੁਣਦਾ ਜਦੋਂ ਆ ਜਾਂਦਾ ਜਿੱਦਣ ਰਿਲੀਜ਼ ਹੋ ਗਿਆ ਉਦੋਂ ਬਾਅਦ ਨਹੀਂ ਸੁਣਦਾ ਉਹ ਮਾੜਾ ਲੱਗਣ ਲੱਗ ਜਾਂਦਾ ਓਕੇ ਆਪਦੀ ਵੀਡੀਓ ਨਹੀਂ ਦੇਖੀ ਜਾਂਦੀ ਕਿਉਂ ਗਲਤੀਆਂ ਲੱਗਣ ਲੱਗ ਜਾਂਦਾ ਯਾਰ ਮੈਂ ਇੱਥੇ ਐਕਟ ਗੁੱਡ ਨਹੀਂ ਕੀਤਾ ਪਤਾ ਨਹੀਂ ਸਹੀ ਗੱਲ ਆ ਜਾਂ ਮਾੜੀ ਗੱਲ ਆ ਤਾਂ ਹੁਣ ਅਗਲੇ ਗਾਣਿਆਂ 'ਤੇ ਜਦੋਂ ਐਕਟ ਕਰਨਾ ਜਾਂ ਕੁਛ ਵੀ ਹੈ ਫਿਰ ਤੁਸੀਂ ਉਸਦੇ ਲਈ ਸੈਲਫ ਗਰੂਮਿੰਗ ਲਈ ਕੀ ਕਰ ਰਹੇ ਹੋ ਕੁਛ ਵੀ ਨਹੀਂ ਪਹਿਲਾਂ ਮੈਂ ਪਲੈਨਿੰਗਾਂ ਕਰਦਾ ਹੁੰਦਾ ਸੀ ਹੁਣ ਮੈਂ ਸਿੱਧਾ ਸੈੱਟ 'ਤੇ ਜਾਂਦਾ ਅਤੇ ਕੀ ਐਟੀਟਿਊਡ ਰਹਿੰਦਾ ਕਿਉਂਕਿ ਕਿਉਂਕਿ ਮੈਂ ਬਲੀਵ ਕਰਦਾ ਕਿ ਹਮੇਸ਼ਾ ਤੁੱਕੇ ਹਿੱਟ ਹੁੰਦੇ ਆ ਕਿਉਂਕਿ ਪਲੈਨਿੰਗਾਂ ਕੌਣ ਨਹੀਂ ਕਰਦਾ ਪਲੈਨਿੰਗਾਂ ਤਾਂ ਹਰ ਕੋਈ ਕਰਦਾ ਅੱਖਾਂ ਵੀ ਉੱਡ ਕੇ ਚੱਲਣਾ ਹੁਣ ਸੋਚ ਲਿਆ ਹੋਇਆ ਪਹਿਲਾਂ ਹਿੱਟ ਹੋਣ ਲਈ ਚੱਲਦਾ ਸੀ ਹੁਣ ਫਲੋਪ ਹੋਣ ਲਈ ਚੱਲਣਾ ਇਹ ਕਿਹੜਾ ਮਤਲਬ ਮੈਨੂੰ ਮੈਨੀ ਨਹੀਂ ਸਮਝ ਆਈ ਤੁਹਾਡੀ ਗੱਲ ਦੋ ਜਿਹੜੇ ਪੁਰਾਣੇ ਜੁੜੇ ਉਹਨਾਂ ਨੂੰ ਪਤਾ 2013 ਦਾ ਮੈਂ ਫਲੋਪ ਆਰਟਿਸਟ ਲਿਖਦਾ ਆਪਦੇ ਨਾਮ ਦੇ ਵਿੱਚ ਕਿਉਂ ਦੱਸਾਂਗੇ ਜਲਦੀ ਤੇ ਫਿਰ ਇੱਥੇ ਕੀ ਗੱਲ ਕਰੋਗੇ ਲੈ ਰਾਜ਼ ਆਏ ਕੋਈ ਫਿਰ ਉਹੀ ਗੱਲ ਆ ਨਾ ਦੱਸ ਤਾਂ ਆਈਡੀਆ ਚੋਰੀ ਹੋ ਜਾਣਾ ਅੱਛਾ ਆਈਡੀਆ ਕਰਮ ਤੁਹਾਡੇ ਅੰਦਰ ਹਜੇ ਵੀ ਇੱਕ ਨਾ ਉਹ ਇਨੋਸੈਂਟ ਜਿਹਾ ਬੱਚਾ ਹੈ ਜਿਹੜਾ ਮਤਲਬ ਐਕਚੁਅਲੀ ਹੋਣਾ ਚਾਹੀਦਾ ਕਿਸੇ ਇਨਸਾਨ ਦੇ ਅੰਦਰ ਜ਼ਿੰਦਗੀ ਜੀਣ ਦਾ ਸਵਾਦ ਆਉਂਦਾ ਸੋ ਹੁਣ ਸਵਾਦ ਆ ਰਿਹਾ ਹੁਣ ਤੁਸੀਂ ਕਮ ਬੈਕ ਕਰ ਰਹੇ ਹੋ ਜਦੋਂ ਖੁਦ ਦੀਆਂ ਗਲਤੀਆਂ ਤੋਂ ਸਿੱਖ ਕੇ ਖੁਦ ਵਾਪਿਸ ਆਉਣ ਦੀ ਕੋਸ਼ਿਸ਼ ਕਰ ਰਹੇ ਹੋ ਬਿਲਕੁਲ ਸਵਾਦ ਆ ਰਿਹਾ ਰੱਬ ਹੁਣ ਹੱਥ ਫੜ ਕੇ ਆਪ ਲਿਖਾ ਰਿਹਾ ਸਵਾਦ ਆ ਰਿਹਾ ਇੱਦਾਂ ਇੱਦਾਂ ਦੀਆਂ ਚੀਜ਼ਾਂ ਲਿਖਾ ਰਿਹਾ ਸੱਚੀ ਮਜ਼ਾ ਆ ਰਿਹਾ ਕਿ ਯਾਰ ਤੂੰ ਆਹ ਵੀ ਕਰ ਸਕਦਾ ਸੀ ਤੂੰ ਆਹ ਵੀ ਲਿਖ ਸਕਦਾ ਸੀ ਵਾਹ ਤੁਹਾਨੂੰ ਕਿਉਂ ਲੱਗਦਾ ਕਰਮਵੀਰ ਕਿ ਆਰਟਿਸਟ ਲੋਕਾਂ ਨੂੰ ਜੱਜ ਕਰਨਾ ਸੌਖਾ ਹੋ ਗਿਆ ਖਾਸ ਕਰ ਟ੍ਰੋਲਰਸ ਵਾਸਤੇ ਰਿਸ਼ਤੇਦਾਰਾਂ ਵਾਸਤੇ ਆਂਢ ਗੁਆਂਢ ਵਾਸਤੇ ਜੇ ਤੁਸੀਂ ਅੱਛਾ ਕੰਮ ਕਰ ਰਹੇ ਹੋ ਤਾਂ ਵੀ ਤੁਸੀਂ ਨਸ਼ਾ ਕਰਕੇ ਕਰ ਰਹੇ ਹੋ ਜੇ ਤੁਸੀਂ ਕੰਮ ਨਹੀਂ ਕਰ ਰਹੇ ਹੋ ਤਾਂ ਵੀ ਤੁਸੀਂ ਨਸ਼ੇ 'ਚ ਡੁੱਬੇ ਹੋਏ ਹੋ ਇਸ ਚੀਜ਼ ਦੇ ਲਈ ਕਰਮ ਕੀ ਮਹਿਸੂਸ ਕਰਦੇ ਹੋ ਔਰ ਇਹ ਕੀ ਤੁਹਾਨੂੰ ਵੀ ਇਹਨਾਂ ਚੀਜ਼ਾਂ ਦਾ ਜਾਂ ਪਰਿਵਾਰ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਆਰਟਿਸਟ ਲਈ ਨਹੀਂ ਇਕੱਲੇ ਲਈ ਮੈਨੂੰ ਲੱਗਦਾ ਕੋਈ ਵੀ ਬੰਦਾ ਜ਼ਿੰਦਗੀ 'ਚ ਕੁਛ ਕਰਦਾ ਨਾ ਵਧੀਆ ਕਰ ਰਿਹਾ ਗਰੋ ਹੋ ਰਿਹਾ ਉਹਨੂੰ ਜੱਜ ਉਹਨੇ ਹੋਣਾ ਹੀ ਆ ਇਹ ਰੀਤ ਆ ਜ਼ਮਾਨੇ ਦੀ ਅੱਜ ਦਾ ਨਹੀਂ ਹੈਗਾ ਸ਼ੁਰੂ ਤੋਂ ਐਵੇਂ ਆ ਹੁਣ ਥੋੜ੍ਹਾ ਜਿਹਾ ਇਹ ਆ ਵੀ ਸੋਸ਼ਲ ਮੀਡੀਆ ਨੇ ਦੁਨੀਆ ਨਿੱਕੀ ਕਰਤੀ ਸਾਰੀ ਇੱਕ ਉਰੇ ਪਰੇ ਗੱਲ ਪਹੁੰਚ ਜਾਂਦੀ ਹਰ ਬੰਦਾ ਹਰ ਪਿੰਡ ਪਹੁੰਚ ਗਿਆ ਹਰ ਬੰਦਾ ਹਰ ਸ਼ਹਿਰ ਪਹੁੰਚ ਗਿਆ ਅਤੇ ਜੱਜ ਕਰਨਾ ਤਾਂ ਲੋਕਾਂ ਲਈ ਥੋੜ੍ਹਾ ਜਿਹਾ ਸੌਖਾ ਅਤੇ ਹਰ ਬੰਦੇ ਨੂੰ ਕਰਦੇ ਹੀ ਆ ਜਵਾਬ ਤਾਂ ਜਿਹੜੇ ਕਿਹਨੂੰ ਦਵੇ ਬੰਦਾ ਬਟ ਜਿਨ੍ਹਾਂ ਦੇ ਤੁਹਾਨੂੰ ਡੀਐਮਸ ਆਉਂਦੇ ਤੇ ਤੁਹਾਨੂੰ ਪਿਆਰ ਕਰਦੇ ਸੀ ਕਿਉਂਕਿ ਕੁਝ ਪਿਆਰ ਕਰਦੇ ਨੇ ਐਕਚੁਅਲ ਸ਼ਖਸੀਅਤ ਨੂੰ ਕੁਝ ਪਿਆਰ ਕਰਦੇ ਨੇ ਸਿਰਫ ਸੋਸ਼ਲ ਮੀਡੀਆ ਤੇ ਵਿਖਾਉਣ ਵਾਸਤੇ ਹੈ ਨਾ ਜਿਨ੍ਹਾਂ ਦੇ ਮੈਸੇਜਸ ਆਉਂਦੇ ਸੀ ਵੀ ਭਾਈ ਤੂੰ ਤਾਂ ਗਲਤ ਰਸਤੇ ਤੇ ਆ ਵੀ ਭਾਈ ਤੂੰ ਤਾਂ ਤੇ ਅੱਖਾਂ ਦੇਖ ਸ਼ਕਲ ਦੇਖ ਨਸ਼ੇ ਆ ਫਲਾਣਾ ਟਿਮਕਣਾ ਤੇ ਉਹਨਾਂ ਚੀਜ਼ਾਂ ਨੂੰ ਤੁਸੀਂ ਕਦੀ ਰਿਪਲਾਈ ਕੀਤਾ ਉਹਨਾਂ ਨੂੰ ਕਰਿਆ ਮੈਂ ਕਮੈਂਟਾਂ 'ਚ ਕਰ ਦਿੰਦਾ ਹੁੰਦਾ ਸੀ ਪਹਿਲਾਂ ਲੋਕ ਸਵਾਦ ਵੀ ਬਹੁਤ ਲੈਂਦੇ ਸੀ ਕਿਉਂਕਿ ਮੈਂ ਤੱਤਾ ਹੀ ਚੱਲਦਾ ਸ਼ੁਰੂ ਤੋਂ ਹੁਣ ਥੋੜ੍ਹਾ ਜਿਹਾ ਉਹਨੂੰ ਅਵੋਇਡ ਕਰਤਾ ਮੈਂ ਚੀਜ਼ ਨੂੰ ਕਿਉਂ ਐਵੇਂ ਆਪਦੀ ਐਨਰਜੀ ਖਰਾਬ ਕਰਨੀ ਆ ਪਹਿਲਾਂ ਤਾਂ ਮੈਂ ਕਮੈਂਟ ਪੜੂੰਗਾ ਮੈਨੂੰ ਗੁੱਸਾ ਚੜੂੰਗਾ ਫਿਰ ਮੈਂ ਗੁੱਸੇ 'ਚ ਰਿਪਲਾਈ ਲਿਖੂੰਗਾ ਫਿਰ ਮੈਂ ਵਾਰ ਵਾਰ ਉਹਦੇ ਰਿਪਲਾਈ ਦੇ ਥੱਲੇ ਦੇਖਣ ਜਾਊਂਗਾ ਕਿ ਇਹਨੇ ਕੀ ਕਿਹਾ ਓਬਵੀਅਸਲੀ ਰਿਐਲਿਟੀ ਆ ਬੰਦਾ ਜਾਂਦਾ ਹੀ ਆ ਜਿੱਡਾ ਮਰਜ਼ੀ ਸਟਾਰ ਹੋਵੇ ਅਤੇ ਹਾਰ ਕੇ ਮੈਂ ਕਿਹਾ ਐਨਰਜੀ ਵੇਸਟ ਆ ਟਾਈਮ ਵੇਸਟ ਆ ਇਹਦੇ ਨਾਲੋਂ ਆਪਦੇ ਮਨ ਨੂੰ ਆਪਦੇ ਥੋਟ ਨੂੰ ਕਲੀਨ ਰੱਖੋ ਘਰਦਿਆਂ ਨੇ ਫੇਸ ਕੀਤੀਆਂ ਇਹ ਚੀਜ਼ਾਂ ਨਹੀਂ ਨੈਵਰ ਕਦੀ ਕਿਸੇ ਨੇ ਜਾ ਕੇ ਉਹਨਾਂ ਨੂੰ ਕੋਈ ਲਾਮਾ ਨਹੀਂ ਦਿੱਤਾ ਸਾਡੇ ਘਰ ਦੇ ਵੀ ਮੇਰੇ ਅਰਗੇ ਹੀ ਆ ਮੈਨੂੰ ਲੱਗਦਾ ਉਹਨਾਂ ਨੂੰ ਵੀ ਜਵਾਬ ਦੇਣਾ ਆਉਂਦਾ ਮੂਰੇ ਵੈਰੀ ਗੁੱਡ ਤੇ ਕਿਸੇ ਦੀਆਂ ਗੱਲਾਂ 'ਚ ਆਉਣ ਵਾਲੇ ਨੇ ਕਰਮਵੀਰ ਕਦੀ ਤੁਸੀਂ ਪਾਠ 'ਚ ਰੱਬ 'ਚ ਗੁਰੂ ਘਰ ਜਾਣ 'ਚ ਕਿੰਨਾ ਕੁ ਬਿਲੀਵ ਰੱਖਦੇ ਹੋ ਰੱਬ 'ਚ ਬਹੁਤ ਬਿਲੀਵ ਰੱਖਦਾ ਮੈਂ ਪਰ ਮੈਨੂੰ ਗੁਰੂ ਘਰੇ ਗਏ ਨੂੰ ਮੈਨੂੰ ਲੱਗਦਾ ਪਿਛਲੇ 2 ਸਾਲਾਂ 'ਚ ਇੱਕ ਵਾਰ ਗਿਆ ਮੈਂ ਕੀ ਰੋਸਾ ਹੈ ਤੁਹਾਨੂੰ ਵਾਹਿਗੁਰੂ ਨਾਲ ਰੋਸਾ ਤਾਂ ਨਹੀਂ ਹੈਗਾ ਮੈਂ ਇਹ ਵੀ ਨਹੀਂ ਕਹਿੰਦਾ ਗੁਰੂ ਘਰੇ ਜੇ ਆਪਾਂ ਕਹਿ ਦਈਏ ਰੱਬ ਸਾਰੇ ਹਰ ਜਗ੍ਹਾ ਆ ਇਹ ਵੀ ਗੱਲ ਨਹੀਂ ਹੈਗੀ ਕਿਉਂਕਿ ਜਿਹੜਾ ਸਕੂਨ ਮੈਨੂੰ ਗੁਰੂ ਘਰ ਜਾ ਕੇ ਬਹਿ ਕੇ ਮਿਲਣਾ ਉਹ ਫਿਰ ਇੱਥੇ ਤਾਂ ਮਿਲਣਾ ਨਹੀਂ ਜੇ ਹਰ ਜਗ੍ਹਾ ਆ ਤਾਂ ਕਿਉਂਕਿ ਉੱਥੇ ਬਾਣੀ ਹਰ ਵੇਲੇ ਪੜ੍ਹੀ ਜਾਂਦੀ ਆ ਜੋ ਆਪਾਂ ਬੋਲਦੇ ਹਾਂ ਉਹ ਆਲੇ ਦੁਆਲੇ ਘੁੰਮਦਾ ਹਨਾ ਬਾਣੀ ਚੱਲੀ ਜਾਣੀ ਆ ਉਹੀ ਫ੍ਰੀਕੁਐਂਸੀ ਉਹੀ ਵਾਈਬ ਉੱਥੇ ਘੁੰਮ ਰਹੀ ਆ ਬਾਰ ਬਾਰ ਹਨਾ ਤਾਂ ਤੁਹਾਨੂੰ ਉੱਥੇ ਜਾ ਕੇ ਸਕੂਨ ਮਿਲਦਾ ਚਾਹੀਦਾ ਮੈਨੂੰ ਜਾਣਾ ਐਟਲੀਸਟ ਕਿਉਂਕਿ ਇਕੱਲਾ ਰਹਿੰਦਾ ਕਰਕੇ ਗੱਡੀ ਗੁੱਡੀ ਨਹੀਂ ਕਰਕੇ ਉਹ ਥੋੜ੍ਹੇ ਉਹ ਚੱਕਰ ਹੋ ਜਾਂਦੇ ਆ ਬਾਕੀ ਕਰਨਾ ਮੈਂ ਬਾਹਲੇ ਟਾਈਮ ਦਾ ਸੋਚੀ ਜਾਂਦਾ ਵੀ ਦੁਬਾਰਾ ਸਟਾਰਟ ਕਰਨਾ ਸ਼ਾਇਦ ਉਹਦੇ 'ਤੇ ਗੇਮ ਅੜੀ ਆ ਕਰਮਵੀਰ ਵੀ ਬ੍ਰੇਕਡਾਊਨ ਹੁੰਦਾ ਹੈ ਆਈ ਮੀਨ ਰੋਂਦਾ ਹੈ ਅਥਰੂ ਪਹੁੰਚਦਾ ਹੈ ਖੁਦ ਦੇ ਆਈ ਮੀਨ ਮੈਂ ਸੱਚੀ ਜਾਣਨਾ ਚਾਹੁੰਦੀ ਹਾਂ ਕਿ ਇਕੱਲੇ ਇਨਸਾਨ ਦੇ ਬੜੇ ਇਮੋਸ਼ਨਸ ਅਸੀਂ ਰਿਪੀਟ ਹੁੰਦੇ ਨੇ ਬਾਰ ਬਾਰ ਹਾਊ ਯੂ ਸਰਵਾਈਵ ਹਾਊ ਯੂ ਡੀਲ ਵਿਦ ਯੋਰ ਸੈਲਫ ਵਿਦ ਯੋਰ ਇਮੋਸ਼ਨਸ ਤੁਸੀਂ ਇੱਕ ਥੈਰੇਪੀ ਯਾਦ ਕਰਾਤੀ ਮੈਨੂੰ
ਰੋਇਆ ਨਹੀਂ ਮੈਂ ਬਾਹਲਾ ਟਾਈਮ ਹੋ ਗਿਆ ਮੈਨੂੰ ਲੱਗਦਾ ਰੋਣਾ ਚਾਹੀਦਾ ਕਿਉਂ ਜ਼ਰੂਰੀ ਆ ਪਤਾ ਨਹੀਂ ਪੜ੍ਹਿਆ ਸੀ ਕਿਤੇ ਕਿਉਂ ਨਹੀਂ ਰੋਏ ਅਤੇ ਹੁਣ ਕਿਉਂ ਰੋਣਾ ਚਾਹੀਦਾ ਹੁਣ ਤਾਂ ਸਹੀ ਹੋ ਰਿਹਾ ਸਾਰਾ ਕੁਛ ਨਹੀਂ ਫਿਰ ਉਹ ਇਮੋਸ਼ਨ ਆਊਟ ਹੋ ਜਾਂਦੇ ਆ ਰੋਇਆ ਤਾਂ ਨਹੀਂ ਪਤਾ ਨਹੀਂ ਰੋਇਆ ਹੀ ਨਹੀਂ ਪਤਾ ਨਹੀਂ ਮੁੱਕ ਤਾਂ ਨਹੀਂ ਗਿਆ ਜ਼ਿਆਦਾ ਰੋ ਲਿਆ ਪਹਿਲਾਂ ਤੁਸੀਂ ਨਾ ਨਾ ਇੰਨੇ ਨਹੀਂ ਰੋਏ ਰੋਏ ਪਕਦੇ ਨਹੀਂ ਕਈ ਵਾਰੀ ਇੱਦਾਂ ਹੋ ਜਾਂਦਾ ਇਮੋਸ਼ਨ ਜੇ ਜਦੋਂ ਭਰ ਜਾਣਾ ਮੈਂ ਬਹੁਤ ਸੁਪਰ ਇਮੋਸ਼ਨਲ ਬੰਦਾ ਹਾਂ ਛੇਤੀ ਨਿਕਲ ਆਉਂਦਾ ਰੋਣਾ ਓਕੇ ਪਰ ਹੁਣ ਟਾਈਮ ਹੋ ਗਿਆ ਕੀ ਅੱਛਾ ਸਾਈਨ ਹੈ ਤੁਹਾਡੇ ਲਈ ਖੁਦ ਦੀ ਪਰਸਨੈਲਿਟੀ ਦੇ ਲਈ ਕਿ ਤੁਸੀਂ ਸਟਰੋਂਗ ਹੋ ਰਹੇ ਹੋ ਕੀ ਚੀਜ਼ਾਂ ਤੁਹਾਨੂੰ ਛੋਟੀਆਂ ਲੱਗਣ ਲੱਗੀਆਂ ਸਟਰੋਂਗ ਹੋ ਰਹੇ ਹੋ ਓਕੇ ਪਰ ਇਦਾਂ ਸਟਰੋਂਗ ਤਾਂ ਹੈਗਾ ਹੀ ਆ ਮੈਂ ਵੱਡੀ ਗੱਲ ਤੇ ਮੈਂ ਰੋਣਾ ਰੋਕ ਲਊਂਗਾ ਛੋਟੀ ਤੇ ਨਹੀਂ ਰੋਕਦਾ ਮਤਲਬ ਕਹਿਣ ਦਾ ਦੁੱਖ ਤੇ ਰੋਕ ਲਊਂਗਾ ਬਹੁਤ ਵੱਡੇ ਦੁੱਖ ਤੇ ਨਿੱਕੀਆਂ ਗੱਲਾਂ ਤੇ ਹਾਂ ਜਿਹੜੇ ਸਾਡੇ ਵਰਗੇ ਜਜ਼ਬਾਤੀ ਹੁੰਦੇ ਨੇ ਨਿੱਕੀਆਂ ਗੱਲਾਂ ਜ਼ਿਆਦਾ ਚੁੱਕਦੀਆਂ ਹੁਣ ਸੋ ਹੁਣ ਤੁਸੀਂ ਜਿੱਦਾਂ ਤੁਹਾਡੇ ਮੰਮਾ ਨੇ ਕਿਹਾ ਕਿ ਤੁਹਾਡੀ ਰੂਹ ਕੈਨੇਡਾ ਹੈ ਕੈਨੇਡਾ ਦਾ ਕਿਹੜਾ ਕਿਹੜੀ ਚੀਜ਼ਾਂ ਜਿਹੜੀਆਂ ਤੁਹਾਨੂੰ ਹਜੇ ਵੀ ਯੂ ਨੋ ਫੈਸੀਨੇਟ ਕਰਦੀਆਂ ਨੇ ਜਾਂ ਤੁਹਾਨੂੰ ਇਮੋਸ਼ਨਲ ਕਰਦੀਆਂ ਨੇ ਜਾਂ ਇਮੋਸ਼ਨਲੀ ਆਪਣੇ ਨਾਲ ਜੋੜਦੀਆਂ ਨੇ ਵਾਕ ਤੁਸੀਂ ਉੱਥੇ ਵਾਕ ਕਰਦੇ ਸੀ ਇਕੱਲੇ ਜਿਹੜਾ ਮੈਂ ਰਾਤ ਨੂੰ ਸੁੱਤਾ ਉੱਠ ਕੇ ਟਿਮ ਹੋਟਲ 'ਤੇ ਕਿਉਂਕਿ ਇੰਟਰਨੈਟ ਵੀ ਨਹੀਂ ਸੀ ਹੁੰਦਾ ਉਹ ਵੀ ਫੇਸ ਸੀਗਾ ਮੈਂ ਸਿਰਫ ਇੰਟਰਨੈਟ ਸਟੇਟਸ ਪਾਉਣ ਟਿਮ ਹੋਟਲ ਜਾਂਦਾ ਹੁੰਦਾ ਸੀ ਅਤੇ ਨਾਲੇ ਇੰਟਰਨੈਟ ਜੋੜ ਲਵਾਂਗੇ ਨਾਲੇ ਕੌਫੀ ਵੀ ਆਵਾਂਗੇ ਆਪਦੇ ਆਪ ਨਾਲ ਗੱਲਾਂ ਕੁਦਰਤ ਨਾਲ ਗੱਲਾਂ ਉਹ ਚੀਜ਼ਾਂ ਥੋੜ੍ਹੀਆਂ ਹੀ ਆ ਦੂਜਾ ਮੈਂ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਪਾਇਆ ਹੋਵੇ ਇੱਥੇ ਮੈਨੂੰ ਵਧੀਆ ਚੀਜ਼ਾਂ ਪਾ ਕੇ ਬਾਹਰ ਜਾਣਾ ਪਊਗਾ ਹੂ ਟੋਲਡ ਯੂ ਹੁੰਦਾ ਤੁਸੀਂ ਹੁਣ ਇਹ ਨਾ ਕਹੋ ਤੇਰੀ ਆਪਦੀ ਸੋਚ ਹੈ ਨਹੀਂ ਨਹੀਂ ਮੈਂ ਤਾਂ ਐਗਰੀ ਕਰਦੀ ਹਾਂ ਪਤਾ ਕਿਵੇਂ ਹੁੰਦਾ ਦੱਸਾਂ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਸੀ ਮੈਂ ਦੇਖਣਾ ਜੱਜ ਕਰਦੇ ਦੱਸਾਂ ਕਿਵੇਂ ਹੁੰਦਾ ਜਦੋਂ ਤੁਰਿਆ ਜਾਂਦਾ ਇੱਦਾਂ ਤੁਹਾਨੂੰ ਨਹੀਂ ਪਤਾ ਕਿੱਥੋਂ ਕਿਹਨੇ ਵੀਡੀਓ ਬਣਾ ਲਈ ਕਿੱਥੋਂ ਕਿਹਨੇ ਵੀਡੀਓ ਪਾਤੀ ਹਰ ਬੰਦਾ ਯਾਰ ਵਧੀਆ ਦੇਖਣਾ ਚਾਹੁੰਦਾ ਸੋਸ਼ਲ ਮੀਡੀਆ 'ਤੇ ਕੋਈ ਵੀ ਨਹੀਂ ਚਾਹੁੰਦਾ ਉਹਦੀ ਅਨਕੰਫਰਟੇਬਲ ਚੀਜ਼ ਕੋਲ ਜਾਵੇ ਕੋਈ ਚਾਹੁੰਦਾ ਦੱਸੋ ਨਹੀਂ ਚਾਹੁੰਦਾ ਨਾ ਬਸ ਫਿਰ ਉੱਥੇ ਉੱਥੇ ਬੰਦਾ ਕੋਈ ਜਾਣਦਾ ਨਹੀਂ ਕੋਈ ਕੁਛ ਨਹੀਂ ਹੈ ਨਾ ਮਤਲਬ ਹਰ ਤਰ੍ਹਾਂ ਦੀ ਕਮਿਊਨਿਟੀ ਰਹਿੰਦੀ ਆ ਮੈਨੂੰ ਇਹ ਲੱਗਦਾ ਮੇ ਬੀ ਇਹ ਮੇਰੀ ਸੋਚ ਦਾ ਛੋਟਾ ਦਾਇਰਾ ਹੋਊਗਾ ਇੱਦਾਂ ਕਹਿਣਾ ਇੱਦਾਂ ਕਹਿ ਲਓ ਇਵੇਂ ਹੀ ਆ ਤੁਸੀਂ ਇੱਕ ਥੋੜ੍ਹੀ ਸੈਂਸਿਟਿਵ ਜੀ ਸਟੇਟਮੈਂਟ ਦਿੱਤੀ ਪਹਿਲਾਂ ਕਿ ਮੇਰੇ ਗੀਤਾਂ ਦੇ ਵਿੱਚ ਹੁਣ ਉਸ ਪਾਕ ਦੇਖਣ ਨੂੰ ਮਿਲੇਗਾ ਕਿ ਸ਼ਾਇਦ ਪੁਤਲੇ ਫੂਕੇ ਜਾਣਗੇ ਪਰ ਕੀ ਤੁਸੀਂ ਇਸ ਗੱਲ ਤੋਂ ਵਾਕਿਫ ਹੋ ਕਿ ਸੋਸ਼ਲ ਮੀਡੀਆ ਦੇ ਕਰਕੇ ਹੀ ਅੱਜ ਕੱਲ੍ਹ ਜਿਹੜਾ ਅੱਜ ਕੱਲ੍ਹ ਨਹੀਂ ਵੈਸੇ ਬਹੁਤ ਪੁਰਾਣੇ ਟਾਈਮ ਤੋਂ ਜਿਹੜਾ ਸੱਚ ਬੋਲਣ ਵਾਲਾ ਜਾਂ ਜਿਹੜਾ ਆਲਾ ਦੁਆਲਾ ਵਿਖਾਉਣ ਵਾਲਾ ਆਰਟਿਸਟ ਹੁੰਦਾ ਈਜ਼ੀ ਟਾਰਗੇਟ ਹੁੰਦਾ ਔਰ ਤੁਸੀਂ ਜਾਣਦੇ ਹੋ ਕਿ ਸਾਡੇ ਇੰਡਸਟਰੀ ਦਾ ਇਸ ਟਾਈਮ ਕੀ ਮਾਹੌਲ ਚੱਲ ਰਿਹਾ ਚੱਲੀ ਜਾਣਾ ਜਿੰਨੀ ਲਿਖੀ ਆ ਜਿਹਦੀ ਲਿਖੀ ਆ ਉਹਦੀ ਉੱਨੀ ਹੋਈ ਆ ਬਥੇਰਾ ਆਪਦੇ ਆਪ ਨੂੰ ਸਿਆਣੇ ਬਣ ਕੇ ਚੱਲ ਕੇ ਦੇਖ ਲਿਆ ਹੁਣ ਦੂਜੀ ਸਾਈਡ ਵੀ ਦਿਖਾ ਦਈਏ ਪਰ ਤੁਸੀਂ ਤਾਂ ਹੁਣੇ ਕਿਹਾ ਕਿ ਤੁਸੀਂ ਜੋ ਹੁਣ ਉਹ ਤੁਸੀਂ ਪਹਿਲੇ ਵਾਲੇ ਉਹ ਵਿੱਚ ਬਦਲ ਗਏ ਸੀਗੇ ਜਿਹੜਾ ਬਦਲੇ ਸੀ ਆਰਟੀਫਿਸ਼ੀਅਲ ਵਾਲਾ ਕੁਝ ਟਾਈਮ ਲਈ ਉਹ ਕਰਮਵੀਰ ਸੀ ਜਾਂ ਉਹ ਕੈਂਬੀ ਸੀ ਤੇ ਉਹ ਕਿਹੋ ਜਿਹਾ ਸੀ ਉਹ ਇਦਾਂ ਹੋ ਗਿਆ ਸੀ ਵੀ ਯਾਰ ਇਹ ਬੰਦੇ ਐਵੇਂ ਕਹਿ ਰਹੇ ਨੇ ਇਹ ਬੰਦਿਆਂ ਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਸ਼ਾਇਦ ਮੇਰੀ 'ਚ ਗਲਤੀ ਤਾਂ ਨਹੀਂ ਫਿਰ ਮੈਂ ਆਪਦੇ ਆਪ ਨੂੰ ਬਦਲਣਾ ਫਿਰ ਮੈਂ ਬਦਲਿਆ ਫਿਰ ਉਸ ਚੀਜ਼ ਨੇ ਮੈਨੂੰ ਸਕੂਨ ਨਹੀਂ ਦਿੱਤਾ ਉਹਦੇ 'ਚੋਂ ਮੈਂ ਆਪਦੇ ਆਪ 'ਚੋਂ ਬਦਲ ਗਿਆ ਮੈਂ ਆਪਦਾ ਆਪ ਖੋਣ ਲੱਗ ਗਿਆ ਮੈਨੂੰ ਐਂ ਲੱਗ ਰਿਹਾ ਸੀ ਉਦੋਂ ਨਹੀਂ ਸੀ ਫੀਲ ਹੋ ਰਿਹਾ ਪਰ ਹੁਣ ਜਦੋਂ ਮੈਂ ਦੁਬਾਰਾ ਬੇਸਿਕ ਆਪਦੀ ਚੀਜ਼ 'ਤੇ ਆਇਆ ਫਿਰ ਹੁਣ ਫੀਲ ਹੋ ਰਿਹਾ ਕਿ ਹਾਂ ਯਾਰ ਉਹ ਤਾਂ ਤੂੰ ਆਫ ਟਰੈਕ ਤੁਰਿਆ ਫਿਰਦਾ ਸੀ ਅਤੇ ਹੁਣ ਦੂਜਾ ਪਾਸਾ ਕਿਹੜਾ ਹੈ ਦੱਸੋਗੇ ਸਾਨੂੰ ਦੂਜਾ ਪਾਸਾ ਫਿਰ ਚੀਜ਼ਾਂ ਟਾਰਗੇਟ ਹੋ ਜਾਣੀਆਂ ਜੇ ਦੱਸਦਾ ਅਤੇ ਜਦੋਂ ਕਰੋਂਗੇ ਉਦੋਂ ਨਹੀਂ ਟਾਰਗੇਟ ਹੋਣੀਆਂ ਨਹੀਂ ਕਾਰਨ 'ਚ ਗਾਣਿਆਂ 'ਚ ਥੋੜ੍ਹੀ ਉਹ ਚੀਜ਼ਾਂ ਲਿਖੀਆਂ ਉੱਦਾਂ ਦੇ ਗਾਣੇ ਨਹੀਂ ਲਿਖੇ ਇਹ ਸਿਸਟਮ ਨਹੀਂ ਹੈਗਾ ਵੀ ਕਿਸੇ ਦੇ ਖਿਲਾਫ ਗਾਣੇ ਚੱਕ ਦੂੰ ਮਾਰ ਦੂੰ ਉਹ ਸਰੀਰੇ ਹੈ ਨਹੀਂ ਉੱਦਾਂ ਦਾ ਮੈਂ ਕੀ ਗਾਵਾਂ ਮੈਂ ਤੁਹਾਨੂੰ ਇੱਕ ਦੱਸਦਾ ਕਦੀ ਗੱਲ ਸ਼ੇਅਰ ਨਹੀਂ ਕੀਤੀ ਮੈਂ ਸਿੱਧੂ ਨੂੰ ਇੱਕ ਵਾਰ ਮਿਲਿਆ ਜ਼ਿੰਦਗੀ 'ਚ ਜੰਡੂ ਭਾਈ ਦੇ ਸਟੂਡੀਓ ਅਤੇ ਉੱਥੇ ਉਹ ਗਾਣਾ ਡੱਬ ਕਰਨ ਆਇਆ ਸੀ ਜੰਡੂ ਨੂੰ ਗਾਣਾ ਦੇਣ ਆਇਆ ਸੀ ਆ ਗਿਆ ਨੂੰ ਹੀ ਬਿਲੋ ਟਾਈਮ ਜੰਡੂ ਕਹਿੰਦਾ ਮੈਂ ਗਾਣਾ ਇਹਦੇ ਤੋਂ ਲੈਣਾ ਅਤੇ ਇਹਦਾ ਗਾਣਾ ਵੀ ਕਰ ਰਹੇ ਹਾਂ ਰਿਲੀਜ਼ ਹੋਣਾ ਨਾ ਗਾਣਾ ਸੀਗਾ ਟੋਰਾਂਟੋ ਤੇਰੇ ਨਹੀਂ ਅਫੋਰਡ ਹੋਣੀ ਜੋਬਰ ਆ ਹੈ ਨਾ ਅਤੇ ਇੱਦਾਂ ਗਾਣੇ ਵੀਰਾ ਸੁਣਾਉਣ ਲੱਗ ਗਿਆ ਕਹਿੰਦਾ ਵੀ ਜੰਡੂ ਵੀਰਾ ਕਹਿੰਦਾ ਵੀ ਨਿੰਜੇ ਦਾ ਗਾਣਾ ਕਰਿਆ ਲਸਾਂਸ ਹੈ ਨਾ ਦੇੜ ਦੀਆਂ ਹਿੱਕਾਂ ਮੈਂ ਕਿਹਾ ਯਾਰ ਬਹੁਤ ਵਧੀਆ ਗਾਣਾ ਇੱਦਾਂ ਇੱਦਾਂ ਕਹਿੰਦਾ ਵੀ ਮੈਂ ਕਿਹਾ ਕਹਿੰਦਾ ਤੂੰ ਵੀ ਲੈ ਲਾ ਗਾਣਾ ਮੈਂ ਇੱਦਾਂ ਸੁਣਨ ਲੱਗ ਗਿਆ ਵੀਰੇ ਨੇ ਮੈਨੂੰ ਗਾਣਾ ਸੁਣਾਇਆ ਖਬਰਿਆਂ ਦੇ ਨਾਲ ਖਹਿ ਨਾ ਬੱਲਿਆ ਵੱਢਿਆ ਜਾਵੇਗਾ ਮੈਂ ਮਤਲਬ ਮਿਊਜ਼ਿਕ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਮੈਂ ਉਹਨੂੰ ਇਹੀ ਗੱਲ ਕਹੀ ਮੈਂ ਕਿਹਾ ਵੀ ਮੈਂ ਕਿਹਾ ਯਾਰ ਵੀਰੇ ਤੇਰੀ ਆਵਾਜ਼ ਬਹੁਤ ਵਧੀਆ ਵੀ ਤੂੰ ਆਪ ਗਾਣ ਵਾਲੇ ਮੈਂ ਕਿਹਾ ਯਾਰ ਮੇਰਾ ਸਰੀਰ ਹੀ ਹੈ ਨਹੀਂ ਇੱਦਾਂ ਦੇ ਗਾਣੇ ਗਾਉਣ ਵਾਲਾ ਮੈਂ ਯਾਰ ਗਾ ਨਹੀਂ ਸਕਦਾ ਇਹ ਨਹੀਂ ਵੀ ਉਹ ਮੈਨੂੰ ਦੇ ਰਿਹਾ ਸੀ ਮੈਂ ਕਿਹਾ ਮੈਂ ਗਾ ਨਹੀਂ ਸਕਦਾ ਮਤਲਬ ਮੈਂ ਆਪ ਕਿਹਾ ਮੈਂ ਕਿਹਾ ਯਾਰ ਮੈਂ ਗਾਣਾ ਲੈ ਲੈਂਦਾ ਪਰ ਯਾਰ ਮੇਰਾ ਸਰੀਰ ਹੀ ਹੈ ਨਹੀਂ ਉਸ ਜਸਟੀਫਾਈ ਨਹੀਂ ਹੋਣੀ ਚੀਜ਼ ਅਤੇ ਫਿਰ ਵੀਰਾ ਕਹਿੰਦਾ ਮੈਂ ਕਿਹਾ ਯਾਰ ਤੂੰ ਆਪ ਗਾ ਜੰਡੂ ਵੀਰਾ ਕਹਿੰਦਾ ਹਾਂ ਕਹਿੰਦਾ ਬਾਈ ਦੇ ਗਾਣੇ ਵੀ ਰਿਕਾਰਡ ਆਪਾਂ ਕਰ ਰਹੇ ਹਾਂ
ਤੇ ਉੱਥੇ ਗਾਣਾ ਮੈਂ ਡਬਿੰਗ ਕਰੀ ਜਾਂਦਾ ਸੀਗਾ ਗਾਣੇ ਦੀ, ਟਰੂਡੋ ਤੇਰਾ ਯਾਰ ਹੋਵੇ ਸਿੱਧੂ ਨੂੰ, ਮੈਂ ਕਿਹਾ ਵੀਰੇ ਕਿੱਦਾਂ ਉੱਦਾਂ ਹੀ ਹੈ ਨਾ, ਮੈਨੂੰ ਤਾਂ ਹੁਣ ਨੋਰਮਲ ਇੱਕ ਨੋਰਮਲ ਰਾਈਟਰ ਸੀਗਾ ਜਾਂ ਨੋਰਮਲ ਇਨਸਾਨ ਸੀ, ਮੇਰੇ ਗਾਣੇ ਗੁਣੇ ਚੱਲੇ ਹੋਏ ਸੀ, ਮੈਂ ਫਿਰ ਵੀ ਉਹਨੂੰ ਉਸ ਹਿਸਾਬ ਨਾਲ ਮੈਂ ਕਿਹਾ ਕਿੱਦਾਂ ਵੀਰੇ ਗਾਣਾ ਵਧੀਆ, ਕਹਿੰਦਾ ਵੀਰੇ ਬਹੁਤ ਵਧੀਆ ਹੈ ਨਾ, ਬਸ ਆਹ ਇੱਕ ਮੁਲਾਕਾਤ ਜ਼ਿੰਦਗੀ 'ਚ, ਚਲੋ ਇਹ ਵੀ ਗੱਲ ਹੋ ਗਈ, ਸ਼ਾਇਦ ਤੁਸੀਂ ਇੱਧਰ ਨੂੰ ਆਉਣਾ ਹੀ ਸੀਗਾ, ਇਹ ਵੀ ਘਰ ਹੋ ਗਈ। ਇੱਦਾਂ ਦੇ ਤਾਂ ਬਹੁਤ ਸਾਰੀ ਮੈਮਰੀਜ਼ ਹੋਣੀਆਂ ਤੁਹਾਡੀਆਂ ਹੋਰ। ਹਾਂ ਕਿਸੇ ਆਰਟਿਸਟ ਨਾਲ? ਹਾਂ ਓਬਵੀਅਸਲੀ, ਤੁਸੀਂ ਇੰਨਾ ਕੰਮ ਕੀਤਾ ਹੈ, ਮੈਨੂੰ ਉਹਦੇ ਬਾਰੇ ਵੀ ਦੱਸੋ ਥੋੜ੍ਹਾ ਥੋੜ੍ਹਾ। ਉਹ ਤਾਂ ਅਸੀਂ ਸੁਣੀਆਂ ਹੀ ਨਹੀਂ ਗੱਲਾਂ, ਅਸੀਂ ਤਾਂ ਸਾਰੀਆਂ ਇੰਟਰਵਿਊ ਅਤੇ ਰਿਪੋਰਟ ਦੀ ਕਹਾਣੀ ਸੁਣਦੇ ਰਹਿ ਗਏ। ਹੈਗੀਆਂ ਆ ਬਹੁਤ, ਉਹ ਹੈ ਗੈਰੀ ਵੀਰਾ ਪਹਿਲੀ ਵਾਰ ਮਿਲਿਆ ਟੋਰਾਂਟੋ, ਉਹ ਆਪਣਾ ਵਨ ਆਫ ਦੀ ਫੇਵਰੇਟ ਆਰਟਿਸਟ, ਉਹ ਸਭ ਦੀ ਫੇਵਰੇਟ, ਉਹ ਬੜੀ ਪਿਓਰ ਜੀ ਸੋਲ ਹੈ, ਬਹੁਤ ਐਕਚੁਅਲ ਰੀਅਲ। ਦੁਆਬੇ ਵਾਲੇ ਘੈਂਟ ਹੀ ਹੁੰਦੇ ਆ, ਇਹ ਆਪਣੇ ਆਪ ਨੂੰ ਕਹਿ ਰਹੇ ਹੋ ਨਾਲ? ਉਹ ਹੈਗੇ ਆ ਤਾਂ ਕਹਿੰਦੇ ਨਹੀਂ, ਬਹੁਤ ਅੱਛੀ ਗੱਲ ਹੈ। ਅੱਛਾ ਫਿਰ ਮਿਲਿਆ ਤੇ ਗੈਰੀ ਭਾਈ ਮਿਲੇ ਉੱਥੇ ਪਹਿਲੀ ਵਾਰੀ, ਤੇ ਸ਼ੋਅ ਸਾਡਾ ਇਕੱਠਿਆਂ ਦਾ ਹੀ ਸੀਗਾ, ਤੇ ਹੋਰ ਕੈਂਬੀ ਇੱਦਾਂ ਇੱਦਾਂ ਕਹਿੰਦਾ ਕੈਂਬੀ ਤੇਰਾ ਗਾਣਾ ਬਹੁਤ ਵਧੀਆ ਲੱਗਾ, ਫੁਕਰੇ ਫੁਕਰਾ ਗਾਣਾ ਉਦੋਂ ਆਇਆ ਸੀ, ਹਾਂਜੀ ਅਸੀਂ ਫੁਕਰੇ ਹਾਂ। ਅਤੇ ਭਾਅ ਜੀ ਕਹਿੰਦਾ ਮੈਨੂੰ ਗਾਣਾ, ਕਹਿੰਦਾ ਮੈਨੂੰ ਭੇਜਦਿਆ ਕਰ ਸ਼ੇਅਰ ਸ਼ੁਰੂ ਕਰਨ ਨੂੰ। ਮੈਂ ਕਿਹਾ ਭਾਅ ਜੀ ਆਹ ਵਾਲਾ ਭੇਜਿਆ ਸੀ ਮੈਂ? ਕਹਿੰਦਾ ਨਹੀਂ। ਮੈਂ ਕਿਹਾ ਕੀਤਾ ਸੀ ਨਾ? ਮੈਂ ਕਿਹਾ ਹਾਂ। ਮੈਂ ਕਿਹਾ ਅਗਲੀ ਵਾਰੀ ਜਿਹੜਾ ਪਸੰਦ ਆਊਗਾ ਆਹ ਵੀ ਕਰ ਦਿਓ। ਕਹਿੰਦਾ ਯਾਰ, ਕਹਿੰਦਾ ਮਸਤ ਬੰਦਾ ਸਿੱਧਾ ਹੀ ਬੰਦਾ, ਕਹਿੰਦਾ ਉਦੋਂ ਤੋਂ ਪਿਆਰ ਪੈ ਗਿਆ ਵੀ ਅਗਲੇ ਨੇ ਵੀ ਹਿਸਾਬ ਲਾ ਲਿਆ ਹਨਾ ਵੀ ਕੀ ਸਿਸਟਮ ਆ। ਉਹ ਆਪ ਵੀ ਇੱਦਾਂ ਦੇ ਹੀ ਆ, ਆਪ ਵੀ ਭਾਅ ਜੀ ਇੱਦਾਂ ਦਾ ਹੀ ਆ, ਸਾਡੇ ਤੁਹਾਨੂੰ ਦੱਸਿਆ ਦੁਆਬੇ ਵਾਲੇ ਘੈਂਟ ਹੀ ਹੁੰਦੇ ਆ। ਦਿੱਖ ਤੋਂ ਬਹੁਤ ਕੰਮ ਮਿਲਦਾ ਤੇ ਨਹੀਂ ਮਿਲਦਾ, ਇਹ ਬਹੁਤ ਸਾਡਾ ਇੱਕ ਇੰਡਸਟਰੀ ਦਾ ਦੁਖਾਂਤ ਹੈ ਵੈਸੇ, ਠੀਕ ਹੈ। ਉਹ ਵੀ ਸਮਾਂ ਸੀ ਤੇ ਕੁਰਤੇ ਚਾਦਰੇ ਚ ਹੀ ਹੈ ਨਾ, ਪੂਰੀਆਂ ਸਟੇਜਾਂ ਲੱਗ ਜਾਂਦੀਆਂ ਸੀ ਤੇ ਅੱਜ ਤੱਕ ਨਾਮ ਉਹਨਾਂ ਦੇ ਅਮਰ ਹੋ ਚੁੱਕੇ ਨੇ, ਬਟ ਅੱਜ ਬ੍ਰਾਂਡਸ ਹੋ ਗਏ ਨੇ, ਬੋਡੀ ਹੋ ਗਈ ਹੈ ਤੁਹਾਡੀ, ਆਲਾ ਦੁਆਲਾ ਹੋ ਗਿਆ, ਬੋਡੀ ਸ਼ੇਮਿੰਗ ਵੀ ਫੇਸ ਕੀਤੀ ਹੈ ਤੁਸੀਂ ਗੀਤਾਂ ਦੇ ਚੱਲਦੇ, ਆਡੀਅੰਸ ਤੋਂ ਥੱਲੇ ਕਮੈਂਟਸ ਦੇ ਵਿੱਚ ਜਾਂ ਨਹੀਂ? ਕੱਪੜੇ ਸਿਸਟਮ, ਮੈਂ ਉਸ ਗੱਲ 'ਤੇ ਵੀ ਉਹਨਾਂ ਦੁਆਰਾ ਇਹ ਨਹੀਂ, ਮੈਂ ਕਹਿੰਦਾ ਵੀ ਵਧੀਆ ਹੀ ਕੱਪੜੇ ਪਾਉਣੇ ਚਾਹੀਦੇ ਆ, ਕੱਪੜੇ ਤੁਸੀਂ ਮਨ ਮਰਜ਼ੀ ਦੇ ਪਾਓ, ਪਰ ਮੈਨੂੰ ਪ੍ਰੋਬਲਮ ਇਹ ਆ ਕਿ ਜਦੋਂ ਮੈਂ ਮਨ ਮਰਜ਼ੀ ਦੇ ਕੱਪੜੇ ਪਾਏ ਹੋਏ ਨੇ, ਵਿੱਚ ਮਾੜਾ ਕੱਪੜਾ ਪਾਇਆ ਹੋਇਆ ਜਾਂ ਕੁਛ ਵੀ ਆ, ਮੇਰੀ ਪਰਸਨਲ ਸਪੇਸ ਨਾ ਕੋਈ ਇਨਵੇਡ ਕਰੇ। ਮਤਲਬ ਇਹ ਨਹੀਂ ਵੀ ਮੇਰੀ ਫੋਟੋ ਖਿੱਚ ਕੇ ਨਾ ਯਾਰ ਮੈਂ ਪਾਇਆ, ਮੈਂ ਆਪਦੀ ਮਨ ਦੀ ਸੰਤੁਸ਼ਟੀ ਲਈ ਪਾਇਆ, ਮੈਂ ਲੋਕਾਂ ਨੂੰ ਦਿਖਾਉਣ ਲਈ ਥੋੜੀ ਪਾਇਆ, ਉਹ ਗੱਲ ਮੈਂ ਕਰ ਰਿਹਾ, ਪਾ ਕੇ ਤਾਂ ਮੈਂ ਜੋ ਮਰਜ਼ੀ ਫਿਰੀ ਜਾਵਾਂ। ਨਹੀਂ ਮੈਂ ਐਗਰੀ ਕਰ ਰਹੀ ਤੁਹਾਡੀ ਗੱਲ, ਜੇ ਤੁਸੀਂ ਕਹਿੰਦੇ ਵੀ ਤੁਸੀਂ ਆਪੇ ਹੀ ਕਹਿ ਤਾ, ਸਾਡੇ ਲੋਕਾਂ ਦਾ ਤਾਂ ਵੈਸੇ ਹੁੰਦਾ ਆਪਣੀ ਕਮੀ ਆਪੇ ਹੀ ਬੋਲ ਦਿੰਦੇ ਜਾਂ ਆਪਣੀ ਜਿਹੜੀ ਚੀਜ਼ ਨਹੀਂ ਰਿਲੇਟ ਕਰਦੀ, ਤੁਸੀਂ ਕਿਹਾ ਵੀ ਇਹ ਗਾਣਾ ਮੈਂ ਨਹੀਂ ਗਾ ਸਕਦਾ ਵੀ ਮੈਂ ਤਾਂ, ਹੈ ਨਾ, ਕੀ ਇਹ ਚੀਜ਼ ਤੁਸੀਂ ਬਾਹਰੋਂ ਵੀ ਫੇਸ ਕੀਤੀ ਹੈ ਕ੍ਰਿਟੀਸਾਈਜ਼ ਤੌਰ 'ਤੇ? ਉਹ ਲੋਕ ਤੁਹਾਨੂੰ, ਜੱਜ ਤਾਂ ਤੁਹਾਨੂੰ ਪਤਾ ਹੀ ਆ, ਕਰਦੇ ਹੀ ਆ। ਹੁਣ ਮੈਂ ਫੋਟੋ ਵਾਲਰ ਰਿਹਾ, ਮੈਂ ਅੰਡਰ 16 ਨੈਸ਼ਨਲ ਫੁੱਟਬਾਲ ਖੇਲਿਆ ਹੋਇਆ, ਹਾਂਜੀ, ਲੋਕਾਂ ਨੂੰ ਮੈਂ ਮਹੀਨਾ ਪ੍ਰੈਕਟਿਸ ਕਰ ਲਵਾਂ, ਜਿਹੜੇ ਮਰਜ਼ੀ ਮੈਨੂੰ ਕਹਿੰਦੇ ਕਹਾਉਂਦੇ ਪਲੇਅਰਾਂ 'ਚ ਛੱਡ ਦਿਓ, ਰੱਬ ਤੋਂ ਡਰ ਕੇ ਇਹ ਗੱਲ ਕਹਿੰਦਾ, ਪ੍ਰੂਫ ਵੀ ਕਰ ਦਾਂਗੇ ਲੋਕਾਂ ਦੇ ਸਾਹਮਣੇ ਲੈ ਆਵਾਂ, ਅਤੇ ਤਾਂ ਸਰੀਰ ਇੱਦਾਂ ਦਾ ਆ। ਹੁਣ 40 ਕਿਲੋਮੀਟਰ ਇੱਕ ਦਿਨ ਦਾ ਸਾਈਕਲ ਹੁੰਦਾ ਸੀ ਮੇਰੇ ਪਿੰਡੋਂ, ਮੇਰਾ ਸਕੂਲ 10 ਕਿਲੋਮੀਟਰ ਸੀਗਾ, ਗਰਮੀ ਦੀਆਂ ਛੁੱਟੀਆਂ ਜਦੋਂ ਨਾਨਕੇ ਬੈਠੀ ਹੁੰਦੀ ਨਾ, ਜਾਂ ਤਾਂ ਅਸੀਂ ਪ੍ਰੈਕਟਿਸ ਕਰਨ ਜਾਂਦੇ ਸੀ ਦੋ ਟਾਈਮ। ਅੱਛਾ, ਹੁਸ਼ਿਆਰਪੁਰ? ਮੈਂ ਪੜ੍ਹਿਆ SVVS ਇੰਟਰਨੈਸ਼ਨਲ ਸਕੂਲ ਜੱਬੜ ਖਿਆਲਾ। ਦੁਬਾਰਾ ਗਏ ਹੋ ਸਕੂਲ, ਮਿਲੇ ਹੋ ਟੀਚਰਾਂ ਨੂੰ? ਚੇਂਜ ਹੋ ਜਾਂਦਾ ਸਾਰਾ ਕੁਝ, ਪਰ ਫਿਰ ਵੀ ਕੁਝ ਪੁਰਾਣੇ ਟੀਚਰਸ, ਕੁਝ ਯਾਰ ਦੋਸਤ ਸਕੂਲ ਵਾਲੇ, PN ਸਰਵੈਂਟਸ? ਸਿਸਟਮ ਇਦਾਂ ਆ, ਮੈਨੂੰ ਆਏ ਨੂੰ 5 ਸਾਲ ਹੋ ਗਿਆ, ਮੈਂ ਆਪਦੇ ਸਕੂਲ ਪੈਰ ਨਹੀਂ ਪਾਇਆ, ਕਿਉਂਕਿ ਮੇਰੀ ਆਪਦੇ ਆਪ ਨਾਲ ਕਮਿਟਮੈਂਟ ਸੀ ਵੀ ਮੈਂ ਹੁਣ ਜਦੋਂ ਜਾਊਂਗਾ ਸ਼ੋਅ ਲਾਉਣ ਜਾਊਂਗਾ। ਸ਼ੋਅ ਮਿਲਿਆ ਨਹੀਂ, ਆਪਾਂ ਗਏ ਨਹੀਂ। ਸ਼ੋਅ ਤਾਂ ਛੱਡੇ ਵੀ ਬਹੁਤ ਹੈ ਤੁਸੀਂ ਆਪਣੀ ਮਰਜ਼ੀ ਨਾਲ, ਕਿਉਂਕਿ ਉਹ ਸਾਡਾ ਨਾ ਸਕੂਲ, ਉੱਥੇ ਪੱਗ ਕੰਪਲਸਰੀ ਆ। ਓਕੇ, ਸੰਤਾਂ ਨੇ ਸਕੂਲ ਖੋਲ੍ਹਿਆ ਹੋਇਆ ਆ, ਅਤੇ ਉੱਥੇ ਮੇਰੀਆਂ ਬਹੁਤ ਯਾਦਾਂ ਆ, ਬਹੁਤ ਕਰਾਮਾਤਾਂ ਆ ਉਸ ਡੇਰੇ ਨਾਲ, ਉਸ ਸਕੂਲ ਨਾਲ, ਉਸ ਧਰਤੀ ਨਾਲ, ਕਿਉਂਕਿ ਉਹ ਸੰਤ ਹੁਣ ਪੂਰੇ ਹੋ ਗਏ ਪਿੱਛੇ ਜੇ, ਉਹ ਵੱਖਰੀ ਰੂਹ ਸੀਗੇ ਜੀ। ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਅੱਗੇ ਸਿਰ ਨਹੀਂ ਝੁਕਾਉਂਦੇ, ਗੱਲ ਇਹ ਨਹੀਂ ਹੈਗੀ, ਪਰ ਹੁਣ ਪੈਰੀ ਹੱਥ ਤਾਂ ਆਪਾਂ ਆਪਦੇ ਬਾਬੇ ਦੇ ਨਾਨੇ ਦੇ ਵੀ ਲਾਉਂਦੇ ਹੀ ਹਾਂ। ਜਿਹੜੀ ਰੂਹ, ਜਿਹਨਾਂ ਨੂੰ ਜ਼ਿੰਦਗੀ ਦੀ ਸਮਝ ਆ, ਰਿਸਪੈਕਟ ਬਣਦੀ ਆ। ਬਿਲਕੁਲ। ਸੋ ਹੋਰ ਕਰਮ, ਕੌਣ ਤੁਹਾਨੂੰ ਐਕਚੁਅਲ 'ਚ ਲੱਗਦਾ ਕਿ ਤੁਹਾਨੂੰ ਬਿਨਾਂ ਬੋਲੇ ਵੀ ਸਮਝਦਾ ਹੈ? ਕੋਈ ਯਾਰ ਦੋਸਤ? ਸਾਡੀ ਆਂਟੀ ਆ ਗਈ ਕੰਮ ਵਾਲੀ। ਯਾਰ ਆਂਟੀ ਆ ਜਾਓ, ਤੁਹਾਡੀ ਇੰਟਰਵਿਊ ਕਰਾਈਏ, ਇੱਧਰ ਆਓ। ਸਤਿ ਸ਼੍ਰੀ ਅਕਾਲ। ਇੱਥੇ ਬੈਠੋ ਮਾੜਾ ਜਿਹਾ, ਆ ਜਾਓ ਇੱਥੇ, ਦੱਸੋ। ਇਹ ਮੇਰੇ, ਮੈਨੂੰ ਪੁੱਛੀ ਜਾਂਦੇ ਵੀ ਤੂੰ ਕਿੱਦਾਂ ਦਾ ਬੰਦਾ ਆ, ਦੱਸੋ ਮਾੜਾ ਜਿਹਾ, ਮਾੜਾ ਦੱਸ ਬੈਠੋ ਇੱਥੇ। ਫੋਟੋ ਨਹੀਂ ਲਾਉਂਦੇ ਤੁਹਾਡੀ? ਇੱਥੇ ਬੈਠੋ, ਐਵੇਂ ਬੰਦ ਕਰਦੇ, ਲੋਕਾਂ ਨੂੰ ਵੀ ਦਿਖਾ ਦਈਏ। ਦੱਸੋ, ਸਾਹ ਪਾਣੀ ਪਿਲਾਈਏ।
ਹੁਣ ਤਾਂ ਆਂਟੀ ਇੱਕ ਫਲੋਰ ਥੱਲੇ ਵੀ ਕਰ ਲਿਆ ਤੁਹਾਡੇ ਕਰਕੇ ਤੁਸੀਂ ਇਹਨਾਂ ਕਰਕੇ ਥੱਲੇ ਕੀਤਾ ਆਂਟੀ ਕਹਿੰਦੇ ਉੱਚਾ ਵਾਲਾ ਫਲੈਟ ਫੇਰ ਇੱਧਰ ਕਰਨਾ ਪਿਆ ਇੱਕ ਫਲੋਰ ਥੱਲੇ ਹੁਣ ਠੀਕ ਹੈ ਹੁਣ ਵੀ ਔਖੇ ਚੜ ਕੇ ਆਏ ਹੋ ਹਫੇ ਪਏ ਹੋ ਪਾਣੀ ਪੀਓਗੇ ਨਹੀਂ 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 ਠੀਕ ਆ ਅੱਛਾ ਹੁਣ ਮੈਨੂੰ ਪਹਿਲਾਂ ਦੱਸੋ ਵੀ ਇਹਦੇ ਬਾਰੇ ਦੱਸੋ ਮੈਨੂੰ ਭਾਈ ਇਹਦਾ ਠੀਕ ਆ ਲੱਖਾ ਸਾਡਾ ਚਲ ਗਿਆ ਉਹ ਖਰਾਬ ਸੀ ਨਾ ਉਹ ਖਰਾਬ ਉਹ ਚਲ ਗਿਆ ਕੈਨੇਡਾ ਕਹਿਣੇ ਘਰ ਪੁੱਤ ਹੈ ਕਹਿਣੇ ਘਰ ਹੈ ਪੁੱਤ ਨਾ ਕਹਿਣੇ ਘਰ ਨੀ ਆਏਗਾ ਨਹੀਂ ਹੈਗਾ ਪਛਾਣੇ ਪੰਜਾਬੀ ਹਰ ਜਗ੍ਹਾ ਹੈ ਨਾ ਪਰ ਹੁੰਦਾ ਫਿਰ ਵੀ ਬਾਹਰ ਜਾ ਕੇ ਜ਼ਿਆਦਾ ਖੁਸ਼ ਹਾਂ ਬਾਹਰ ਜਾ ਕੇ ਖੁਸ਼ ਹੂੰ ਸੁਪਨਾ ਹੈ ਆਪਦੇ ਆਪ ਨਾਲ ਮਤਲਬ ਉੱਥੇ ਆਪਦੇ ਆਪ ਨਾਲ ਕਿਤੇ ਵੀ ਤੁਰਿਆ ਫਿਰਾਂ ਕਿਵੇਂ ਮਰਜ਼ੀ ਹੁਣ ਸੁਪਨੇ ਦੇ ਜਿਹੜੇ ਬਾਲੇ ਕਲੋਜ਼ ਆ ਉਹਨਾਂ ਨੂੰ ਪਤਾ ਵੀ ਹੈ ਸੁਖੀ ਆਪਣਾ ਸੁਖੀ ਨੂੰ ਪਤਾ ਮਿਊਜ਼ੀਕਲ ਡਾਕਟਰ ਉਹਨੂੰ ਪਤਾ ਇਹ ਗੱਲ ਮੈਨੂੰ ਕਹਿੰਦਾ ਹੁੰਦਾ ਬਹੁਤ ਵਾਰੀ ਕਹਿੰਦਾ ਤੇਰਾ ਅਸਲੀ ਟਾਈਮ ਉਦੋਂ ਸਟਾਰਟ ਹੋਣਾ ਜਦੋਂ ਤੂੰ ਦੁਬਾਰਾ ਕੈਨੇਡਾ ਗਿਆ ਹੁਣ ਫਿਰ ਕੋਈ ਪਲੈਨਿੰਗ ਚੱਲ ਰਹੀ ਹੈ ਤੁਹਾਡੀ ਪਲੈਨਿੰਗ ਤਾਂ ਨਹੀਂ ਹੈਗੀ ਅਜੇ ਪਰ ਇਹ ਆ ਵੀ ਟਾਈਮ ਤਾਂ ਹੋ ਗਿਆ ਸਵਾ ਕੁ ਪੰਜ ਸਾਲ ਹੋ ਗਏ ਆ ਚੀਜ਼ਾਂ ਕਲੀਅਰ ਹੀ ਹੋ ਗਈਆਂ ਆ ਪੱਕੇ ਪੈਰੀ ਕਰਾਂਗੇ ਤੇ ਉਹਨਾਂ ਨਾਲ ਹੀ ਮੈਮਰੀ ਦੱਸ ਦਿਓ ਕੋਈ ਸੁਖੀ ਦੇ ਨਾਲ ਤਾਂ ਤੁਹਾਡੀਆਂ ਅੱਛੀਆਂ ਮੈਮਰੀਜ਼ ਹੋਣਗੀਆਂ ਜੇ ਤੁਹਾਨੂੰ ਇੰਨਾ ਸਮਝਦੇ ਆ ਤੇ ਸੁਖੀ ਨਾਲ ਦਾ ਤਾਂ ਭਰਾ ਆ ਸਾਰੇ ਚਲੋ ਭਰਾ ਆ ਬੰਦੇ ਐਵੀ ਵੀ ਆਪਣਾ ਭਰਾ ਆ ਤੇ ਸੁਖੀ ਨਾਲ ਥੋੜ੍ਹੀ ਜ਼ਿਆਦਾ ਨੇੜਤਾ ਕਿਉਂਕਿ ਉਹ ਪਹਿਲਾਂ ਦਾ ਜਾਣਦਾ ਉਹਦੇ ਥਰੂ ਹੀ ਇੱਦਾਂ ਮੈਨੂੰ ਮੁੜ ਕੇ ਐਵੀ ਮਿਲਿਆ ਸੀ ਅੱਗੇ ਐਵੀ ਵੀ ਪੂਰਾ ਖਾਸ ਭਰਾ ਆਪਣਾ ਤੇ ਵਧੀਆ ਮਤਲਬ ਸਾਰੇ ਮੈਂ ਲੱਕੀ ਹਾਂ ਇਸ ਚੀਜ਼ ਨੂੰ ਲੈ ਕੇ ਵੀ ਇੰਡਸਟਰੀ ਦੇ ਵਿੱਚੋਂ ਵਧੀਆ ਬੰਦੇ ਮਤਲਬ ਇਕੱਲੇ ਕੰਮ ਨੂੰ ਲੈ ਕੇ ਨਹੀਂ ਭਰਾ ਵੀ ਮੈਨੂੰ ਟੱਕਰੇ ਆ ਜਿਨ੍ਹਾਂ ਨੇ ਔਖੇ ਸੌਖੇ ਵੇਲੇ ਨਾਲ ਖੜੇ ਆ ਸਾਥ ਦਿੱਤਾ ਹੈ ਨਾ ਹਰ ਵੇਲੇ ਤਾਂ ਕੋਈ ਵੀ ਨਹੀਂ ਖੜ ਸਕਦਾ ਕਿਸੇ ਨਾਲ ਸਗਾ ਭਰਾ ਵੀ ਨਹੀਂ ਖੜ ਸਕਦਾ ਅਤੇ ਅੱਛਾ ਉਹਦਾ ਸਿਸਟਮ ਵਿੱਚ ਆਉਂਦਾ ਤਾਂ ਨਹੀਂ ਹੋਊਗਾ ਖੜਾਕਾ ਭਾਂਡਿਆਂ ਦਾ ਹੁਣ ਉਹ ਤਾਂ ਧੋਣੇ ਹੀ ਹੈ ਚੱਲੀ ਜਾਊ ਇਦਾਂ ਹਾਂ ਹਾਂ ਤੇ ਹੁਣ ਸਟੂਡੀਓ ਸੈਸ਼ਨਸ ਦੀ ਜੇਕਰ ਗੱਲ ਕਰੀਏ ਹੁਣ ਜਦੋਂ ਸਟੂਡੀਓ 'ਚ ਸ਼ੂਟ ਕਰਦੇ ਹੋ ਅਤੇ ਪੁਰਾਣੇ ਜਦੋਂ ਗਾਣੇ ਸ਼ੂਟ ਕਰਦੇ ਸੀ ਡਿਫਰੈਂਸ ਫੀਲ ਕਰਦੇ ਹੋ ਕੋਈ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਜਾਂ ਆਡੀਓ ਆਡੀਓ ਡਬਿੰਗ ਸੈਕਸ਼ਨ ਆਪਣਾ ਜਾਣਾ ਸਟੂਡੀਓ ਦੇ ਵਿੱਚ ਆਪਣੇ ਵਰਤਾਓ ਦੇ ਵਿੱਚ ਜਾਂ ਮਾਹੌਲ ਦੇ ਵਿੱਚ ਜਾਂ ਕੈਨੇਡਾ ਵਾਲਾ ਟਾਈਮ ਜਾਂ ਇੱਥੋਂ ਵਾਲਾ ਜਿਹੜਾ ਹੁਣ ਕਰ ਰਹੇ ਹੋ ਹੈ ਫਰਕ ਤਾਂ ਹੈ ਕਿਉਂਕਿ ਪਹਿਲਾਂ ਸਮਝ ਹੀ ਨਹੀਂ ਸੀ ਚੀਜ਼ਾਂ ਦੀ ਕੁਛ ਵੀ ਸਮਝ ਨਹੀਂ ਸੀ ਹੁਣ ਹੌਲੀ ਹੌਲੀ ਬੰਦਾ ਆਪਦੇ ਕੰਮ 'ਚ ਬੰਦਾ ਚੀਜ਼ਾਂ ਸਿੱਖਦਾ ਹੀ ਆ ਹੈ ਨਾ ਹੁਣ ਚੀਜ਼ਾਂ ਨਵੀਆਂ ਸਮਝ ਆਉਂਦੀਆਂ ਕਿ ਯਾਰ ਆਹ ਵੀ ਕਰ ਸਕਦੇ ਹਾਂ ਐਡ ਆਪਾਂ ਆਹ ਵੀ ਐਡ ਆਨ ਕਰ ਸਕਦੇ ਹਾਂ ਗਾਉਣ ਦੇ ਸਟਾਈਲ 'ਚ ਇੱਦਾਂ ਕਰ ਸਕਦੇ ਹਾਂ ਹੈ ਨਾ ਇਹ ਆ ਵੀ ਥੋੜ੍ਹਾ ਜਿਹਾ ਡਿਵੈਲਪਮੈਂਟ ਹੀ ਅੱਗੇ ਤੋਂ ਅੱਗੇ ਪਰ ਤੁਹਾਨੂੰ ਇਹ ਲੱਗਦਾ ਜਿਹੜਾ ਟਾਈਮ ਤੁਸੀਂ ਪਹਿਲਾਂ ਕੱਢਿਆ ਕੈਨੇਡਾ ਵਾਲਾ ਮੈਂ ਗੱਲ ਕਰ ਰਹੀ ਹਾਂ ਗਾਣੇ ਵੀ ਦਿੱਤੇ ਆ ਉਹ ਬੇਫਿਕਰੀ ਵਾਲਾ ਜ਼ਿਆਦਾ ਵਧੀਆ ਸੀ ਹੁਣ ਤੁਸੀਂ ਜ਼ਿਆਦਾ ਸੋਚਣ ਲੱਗ ਗਏ ਓਬਵੀਅਸਲੀ ਇਹੀ ਤਾਂ ਗੱਲ ਆ ਬੇਫਿਕਰੀ ਜਦੋਂ ਬੰਦਾ ਚੱਲਦਾ ਉਦੋਂ ਬਸ ਬੱਲੇ ਬੱਲੇ ਤਾਂ ਹੀ ਤਾਂ ਤੁਹਾਨੂੰ ਦੱਸਦਾ ਤੁਹਾਡੇ ਆ ਵੀ ਹੁਣ ਨਹੀਂ ਸੋਚਣਾ ਹੁਣ ਬੇਫਿਕਰੀ ਵਾਲਾ ਕੰਮ ਆ ਪਹਿਲੇ ਵਾਲਾ ਕਰਮ ਵਾਪਸ ਆਏਗਾ ਕੰਮ 'ਚ ਤਾਂ ਫੋਕਸ ਚਾਹੀਦਾ ਹੀ ਆ ਅਪਗ੍ਰੇਡੇਸ਼ਨ ਤਾਂ ਚਾਹੀਦੀ ਆ ਹਰ ਕੰਮ ਦੇ ਵਿੱਚ ਹੈ ਨਾ ਜੇ ਆਪਾਂ ਸਮੇਂ ਦੇ ਨਾਲ ਨਹੀਂ ਚੱਲਾਂਗੇ ਨਵੀਆਂ ਚੀਜ਼ਾਂ ਅਡਾਪਟ ਨਹੀਂ ਕਰਾਂਗੇ ਤਾਂ ਪਿੱਛੇ ਰਹਿ ਜਾਂਗੇ ਓਕੇ ਐਂਡ ਲਾਸਟ ਲਿਸਟ ਲਾਈਫ ਨੂੰ ਲਾਈਫ ਦੀ ਡੈਫੀਨੇਸ਼ਨ ਨੂੰ ਤੁਹਾਡੇ ਲਈ ਕੀ ਹੈ ਲਾਈਫ ਨਜ਼ਾਰਾ ਆ ਸਿਖਾਉਂਦੀ ਆ ਸਿੱਖੋ ਮਜ਼ਾ ਲਓ ਕਿਸੇ ਨਾਲ ਕੋਈ ਕੱਢਣ ਪਾਉਣ ਨੂੰ ਇਹ 'ਚ ਹੈ ਨਹੀਂ ਕੁਛ ਆਪਦੀ ਜ਼ਿੰਦਗੀ ਨਜ਼ਾਰੇ ਲੈ ਕੇ ਜਾਓ ਇੱਥੋਂ ਜਿੰਨੀ ਵੀ ਰੱਬ ਨੇ ਲਿਖੀ ਆ ਅਤੇ ਖੁਸ਼ ਰਹੋ ਸਮਾਂ ਆ ਜਾਂਦਾ ਬਿਜ਼ਨਸ ਡਿੱਗ ਜਾਂਦਾ ਜੇ ਐਟਲੀਸਟ ਰੋਟੀ ਤਾਂ ਮਿਲ ਰਹੀ ਆ ਲੈ ਕੇ ਕੀ ਆਏ ਸੀ ਲੈ ਕੇ ਕੀ ਜਾਣਾ ਪ੍ਰੂਵ ਕਿਹਨੂੰ ਕਰਨਾ ਆਪਾਂ ਇਹ ਤਾਂ ਸੁਸਾਇਟੀ ਨੇ ਸਿਸਟਮ ਘੁਮਾ ਤਾ ਕਿ ਪੈਸਾ ਮੁੱਖ ਬਣਾ ਤਾ
ਮਟੀਰੀਅਲਿਸਟਿਕ ਚੀਜ਼ਾਂ ਮੁੱਖ ਬਣਾਤੀਆਂ। ਹੁਣ ਮਾਤਾ ਗੱਲ ਕਰਦੀ ਹਟੀ ਆ, ਇਹਨਾਂ ਦੀ ਬੀਬੀ ਆ, ਉਹਦਾ ਕੋਠਾ ਚੌਂਦਾ ਰਿਹਾ, ਮੁੜ ਕੇ ਇਹਨਾਂ ਨੇ ਸਹੀ ਸੁਹੀ ਕਰਿਆ ਪੈ ਗਿਆ, ਉਹ ਵੀ ਤਾਂ ਜੀਅ ਜਾਂਦੀ ਆ ਉਹਦੇ, ਉਹਨੇ ਵੀ ਇੱਦਾਂ ਆਪਦੀ ਕੱਟ ਕੇ ਚੱਲ ਜਾਣਾ। ਜਿਹੜਾ ਕੋਈ ਸੁਪਰ ਸਟਾਰ ਆ ਜਿਹੜਾ ਮਹਿਲਾਂ 'ਚ ਰਹਿੰਦਾ ਉਹਨੇ ਵੀ ਚੱਲ ਜਾਣਾ, 5 ਸਾਲਾਂ ਬਾਅਦ ਕਿਸੇ ਨੇ ਨਹੀਂ ਪੁੱਛਣਾ, ਟੌਪ ਦੇ ਬੰਦੇ ਨੂੰ ਵੀ 5 ਸਾਲਾਂ ਬਾਅਦ, 10 ਸਾਲਾਂ ਬਾਅਦ, ਕਿਉਂਕਿ ਦੁਨੀਆਂ ਨੇ ਤਾਂ ਅੱਗੇ ਤੋਂ ਅੱਗੇ ਆਈ ਜਾਣਾ ਜਾਈ ਜਾਣਾ ਹੈ ਨਾ। ਸੋ ਐਟਲੀਸਟ ਜਿਹੜੀ ਹੈਗੀ ਆ ਉਹਨੂੰ ਖੁਸ਼ੀ ਨਾਲ ਕੱਢੋ। ਪੈਸਾ ਤੁਹਾਨੂੰ ਲੱਗਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਾਂ ਨਹੀਂ ਹੈ ਲਾਈਫ ਲਈ? ਤੁਹਾਡੀਆਂ ਉਹਨਾਂ 'ਤੇ ਆ ਵਾਸ਼ਨਾਵਾਂ 'ਤੇ, ਤੁਸੀਂ ਕਿੰਨੀਆਂ ਤੁਹਾਡੀਆਂ ਮੰਗਾਂ ਆ, ਤੁਹਾਨੂੰ ਕੀ ਚਾਹੀਦਾ। ਕੈਂਬੀ ਦੇ ਲਈ ਪੈਸਾ ਕਿੰਨਾ ਇੰਪੋਰਟੈਂਟ ਆ? ਹੈਗਾ, ਮੈਂ ਤਾਂ ਇੱਕ ਬਸ ਘਰ ਲੈਣਾ ਕੈਨੇਡਾ 'ਚ, ਇੱਕ ਚੈਲੈਂਜਰ ਗੱਡੀ ਲੈਣੀ ਆ, ਬਸ ਇੰਨਾ ਕੁ ਹੀ ਆ। ਇੱਕ ਕੋਠੀ ਮੰਮੀ ਨੂੰ ਵੀ ਪਾ ਕੇ ਦੇਣੀ ਆ, ਉਹ ਵੀ ਪਾਉਣੀ, ਕੈਨੇਡਾ ਦੀ ਗੱਲ ਦੱਸੀ ਆ ਜੇ ਮੈਂ। ਤੇ ਹਾਂ, ਇੱਕ ਮੈਂ ਅਕੈਡਮੀ ਖੋਲਣੀ ਆ ਆਪਦੇ ਪਿੰਡ, ਮੈਨੂੰ ਰੱਬ ਪਹਿਲਾ ਕੰਮ ਉਹ ਕਰਨਾ ਜਿੱਦਣ ਮੇਰੇ ਕੋਲ ਇੰਨਾ ਪੈਸਾ ਆਇਆ। ਮਿਊਜ਼ਿਕ ਅਕੈਡਮੀ, ਫੁੱਟਬਾਲ ਦੀ, ਫੁੱਟਬਾਲ ਅਕੈਡਮੀ ਫ੍ਰੀ ਆਫ ਕੋਸਟ ਪਿੰਡ ਰਾਜਪੁਰ ਭਾਈਆਂ 'ਚ ਅਕੈਡਮੀ ਖੋਲਣੀ। ਓਕੇ, ਜਿੱਥੇ ਨਿਆਣਿਆਂ ਨੂੰ ਸਿਰਫ ਖੇਲਣਾ ਨਹੀਂ ਸਿਖਾਇਆ ਜਾਊਗਾ, ਜਿੱਥੇ ਉਹਨਾਂ ਨੂੰ ਇਹ ਵੀ ਦੱਸਿਆ ਜਾਊਗਾ ਵੀ ਡਾਈਟ ਵੀ ਜ਼ਰੂਰੀ ਆ। ਅੱਛਾ, ਤੇ ਇਹ ਕੌਣ ਦੱਸੇਗਾ? ਸਾਰਾ ਕੁਝ ਅਰੇਂਜ ਕਰਾਂਗੇ ਨਾ, ਉੱਥੇ ਮੈਨੇਜ ਕਰੋਗੇ, ਮਤਲਬ ਬੰਦੇ ਰੱਖਾਂਗੇ। ਸਾਡੇ ਪਿੰਡ ਦਾ ਹੀ ਸਾਡਾ ਗਵਾਂਢੀ ਬਹੁਤ ਘੈਂਟ ਕੋਚ ਆ ਫੁੱਟਬਾਲ ਦਾ, ਰਾਜਾ ਭਾਜੀ, ਉਹ ਹੁਣ ਮਾਲਪੁਰ ਵੀ ਕੋਚਿੰਗ ਕਰਦਾ ਰਿਹਾ, ਮੁੜ ਕੇ ਜਿਹੜੇ ਸਕੂਲ ਦੀ ਮੈਂ ਪੜ੍ਹਿਆ ਜੱਬੜ, ਉੱਥੇ ਵੀ ਕਾਲਜ ਨੂੰ ਕੋਚਿੰਗ ਕਰਦਾ ਰਿਹਾ, ਬਹੁਤ ਗ੍ਰੇਟ ਕੋਚ ਆ ਉਹ। ਜਦੋਂ ਤੁਸੀਂ ਹੁਣ ਬੜੇ ਟਾਈਮ ਬਾਅਦ ਪਿੰਡ ਗਏ ਸੀਗੇ, ਹੈ ਨਾ, ਤੇ ਤੁਹਾਨੂੰ ਨੋਸਟੈਲਜੀਆ ਫੀਲ ਨਹੀਂ ਆਉਂਦਾ? ਜਿੱਦਾਂ ਤੁਸੀਂ ਸਟਾਰ ਬਣਨ ਤੋਂ ਬਾਅਦ ਜਿੱਦਾਂ ਬਹੁਤ ਕੁਛ ਫੇਸ ਕਰਕੇ ਫਿਰ ਹੁਣ ਗਏ ਸੀਗੇ, ਕਿ ਇੱਕ ਕਰਮ ਗਲੀਆਂ 'ਚੋਂ ਭੱਜਦਾ ਆ ਰਿਹਾ, ਸਾਈਕਲ ਚਲਾ ਰਿਹਾ, ਇੱਥੇ ਖੜਦਾ, ਉੱਥੇ ਖੜਦਾ, ਸ਼ਰਾਰਤਾਂ ਕਰਦਾ, ਆਹ ਕਰਦਾ, ਕੋਨਾ ਜਿੱਥੇ ਕਰਮ ਬਹਿ ਕੇ ਰੋਂਦਾ ਸੀ, ਹੱਸਦਾ ਸੀ, ਪੜ੍ਹਦਾ ਸੀ ਜਾਂ ਨਹੀਂ ਪੜ੍ਹਦਾ ਸੀ, ਉਹ ਫੀਲ ਨਹੀਂ ਆਉਂਦੀ ਪਿੰਡ ਜਾ ਕੇ ਵਾਪਸ? ਮੈਨੂੰ ਲੱਗਦਾ ਵੀ ਗਲਤੀ ਮੇਰੀ ਆ, ਆਉਂਦੀ ਨਹੀਂ ਹੁਣ, ਪਿੰਡ ਜਾਣ ਨੂੰ ਜੀ ਨਹੀਂ ਕਰਦਾ, ਪਤਾ ਨਹੀਂ ਕਿਉਂ। ਜਦੋਂ ਜਾਂਦੇ ਹੋ ਜੀ ਲੱਗਦਾ ਉੱਥੇ ਜਾਂ ਜੀ ਵੀ ਨਹੀਂ ਲੱਗਦਾ? ਨਹੀਂ ਲੱਗਦਾ। ਇੱਦਾਂ ਹੁੰਦਾ ਵੀ ਬਸ ਘਰੇ ਮਿਲ ਲਿਆ ਘਰਦਿਆਂ ਨੂੰ। ਮੈਂ ਜੇ ਘਰੇ 10 ਵਾਰੀ ਗਿਆ ਹੋਊਗਾ, 7 ਵਾਰੀ ਇੱਦਾਂ ਹੋਇਆ ਵੀ ਮੈਂ 1/2 ਘੰਟੇ ਲਈ ਗਿਆ। ਪੇਰੈਂਟਸ ਨਹੀਂ ਡਿਮਾਂਡ ਜਾਂ ਸ਼ਿਕਾਇਤ ਕਰਦੇ ਵੀ ਰੁਕ ਜਾ ਕਰਮ, ਇੰਨੇ ਟਾਈਮ ਬਾਅਦ ਆਇਆ, ਕੁਝ ਸਮਾਂ ਸਾਡੇ ਨਾਲ ਕੱਢ ਲੈ? ਨਹੀਂ ਕਹਿੰਦੇ, ਉਹ ਵਿਚਾਰੇ ਵੀ ਧੰਨ ਹੀ ਆ ਜਿਹੜੇ ਨਹੀਂ ਕਹਿੰਦੇ, ਸ਼ਾਇਦ ਉਹਨਾਂ ਨੂੰ ਪਤਾ ਹੀ ਆ, ਉਹ ਸਮਝਦਾਰ ਨੇ, ਸੱਚੀ ਸਮਝਦਾਰ ਨੇ, ਉਹਨਾਂ ਨੂੰ ਪਤਾ ਵੀ ਦਿਸ ਇਜ਼ ਲਾਈਫ। ਕਦੇ ਕਰਮ ਤੁਸੀਂ ਨਿਆਣਾ ਜੰਮਤਾ, ਉਹਨੇ ਰੋਟੀ ਲਈ ਨਿਕਲਣਾ ਹੀ ਆ ਘਰੋਂ ਬਾਹਰ, ਘਰੇ ਤਾਂ ਬੈਠਾ ਨਹੀਂ ਰਹਿ ਸਕਦਾ, ਜ਼ਮੀਨਾਂ ਜਾਇਦਾਦਾਂ ਵਾਲੇ ਤਾਂ ਅਸੀਂ ਹੈ ਨਹੀਂ ਵੀ ਸਰ ਜੂਗਾ ਸਾਡਾ, ਹਨਾ, ਨਿਕਲਣਾ ਹੀ ਪੈਣਾ ਰੋਟੀ ਲਈ ਤਾਂ, ਜੰਗ ਆ, ਤੇ ਹੁਣ ਸੁਪਨੇ ਵੱਡੇ ਦੇਖ ਲੈ, ਉਹ ਪੂਰੇ ਕਰ ਲੈ, ਕਰਨ ਲਈ ਤਾਂ ਬਹੁਤ ਕੁਛ ਕਰਨਾ ਪੈਣਾ। ਲਾਸਟ ਟਾਈਮ ਮੰਮੀ ਪਾਪਾ ਦੇ ਨਾਲ ਬੈਠ ਕੇ ਕਦੋਂ ਦਿਲ ਦੀਆਂ ਗੱਲਾਂ ਕੀਤੀਆਂ ਤੇ ਸੁਣੀਆਂ ਨੇ, ਯਾਦ ਹੈ? ਲੜ ਕੇ ਹੀ ਆਇਆ 3 ਵਾਰੀ ਮੈਂ, ਹੁਣ ਸੋ ਡਿਵੈਲਪ ਹੋ ਰਿਹਾ ਨਾ ਹੌਲੀ ਹੌਲੀ। ਬਾਅਦ ਚ ਜਦੋਂ ਵੀ ਫੋਨ ਤੇ ਗੱਲ ਹੁੰਦੀ ਹੈ, ਪਹਿਲੀ ਸਟੇਟਮੈਂਟ ਦੋਨਾਂ ਦੀ ਕੀ ਹੁੰਦੀ ਹੈ? ਮਾਤਾ ਦੀ ਇਹੀ ਹੁੰਦੀ ਆ, ਕਿਵੇਂ ਆ ਪੁੱਤ, ਸਿਹਤ ਕਿਵੇਂ ਤੇਰੀ, ਸਿਹਤ ਬਾਰੇ ਪੁੱਛਦੇ, ਠੀਕ ਆ। ਤੇ ਹੁਣ ਭਰਾ ਮੇਰਾ, ਉਹਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ, ਹੁਣ ਮਾਤਾ ਨੂੰ ਇਹ ਆ ਵੀ ਬਸ ਪੁੱਤ ਤੇਰਾ ਆ, ਮੈਨੂੰ ਕੈਨੇਡਾ ਦਾ ਲੱਗ ਜੇ, ਮੈਂ ਲੱਗ ਜੂਗਾ, ਕੋਈ ਚੱਕਰ ਨਹੀਂ, ਆਪਣਾ ਹੈ ਹੀ ਨਹੀਂ, ਖਿੱਚ ਹੈ ਨਹੀਂ ਮੈਨੂੰ, ਮੈਂ ਤਾਂ ਗਾਣਿਆਂ ਵੱਲ ਨੂੰ ਖਿੱਚਾਂ, ਮਤਲਬ ਪ੍ਰਾਇਓਰਟੀ 'ਤੇ ਨਹੀਂ ਹੈਗਾ, ਜਾਣਾ ਉੱਥੇ ਹੈਗਾ ਆ, ਪ੍ਰਾਇਓਰਟੀ ਨਹੀਂ ਰੱਖੀ ਹੋਈ, ਕਿਉਂਕਿ ਮੇਨ ਜੋ ਕੰਮ ਆ ਉਹ ਕਰੀਏ, ਹੈ ਨਾ, ਗਾਣੇ ਗੁਣੇ ਵੱਡੇ ਕਰੀਏ, ਕੈਨੇਡਾ ਹੋਣੀ ਤਾਂ ਪਿੱਛੇ ਪਿੱਛੇ ਫਿਰਨਗੇ। ਕਿਹੜਾ ਸ਼ਖਸ ਹੈ ਜਿਹੜਾ ਦਿਲ ਦੇ ਇੰਨਾ ਨੇੜੇ ਹੈ ਕਿ ਕਦੀ ਦੂਰ ਨਹੀਂ ਜਾ ਸਕਦਾ, ਭਾਵੇਂ ਉਹਦੀ ਪ੍ਰੈਜੈਂਸ ਹੈਗੀ ਹੈ ਭਾਵੇਂ ਨਹੀਂ ਹੈਗੀ, ਐਬਸੈਂਸ 'ਚ ਵੀ ਉਹ ਦਿਲ 'ਚ ਬੜਿਆ ਹੋਇਆ? ਪਤਾ ਨਹੀਂ, ਕੋਈ ਅੰਦਰ ਹੀ ਆ ਮੇਰੇ, ਪਤਾ ਨਹੀਂ, ਹੈ ਤਾਂ ਹੈ ਅੰਦਰ ਹੀ ਆ, ਐਂ ਨਹੀਂ ਕੋਈ ਹੈਗਾ ਹੋਰ ਬੰਦਾ, ਨਹੀਂ ਕੋਈ ਕਿ ਜਿਹੜਾ ਇੰਨਾ ਨੇੜੇ ਹੋਵੇ, ਕਿਉਂਕਿ ਕਰਕੇ ਦੇਖੇ ਬਥੇਰੇ, ਫਿਰ ਐਂ 2 ਟੋਟੇ ਹੁੰਦੇ ਆ। ਚਲੋ, ਕੁਝ ਚੀਜ਼ਾਂ ਅੰਦਰ ਵੀ ਹੋਣੀਆਂ ਚਾਹੀਦੀਆਂ, ਕਲਮ ਹੋਰ ਮਜ਼ਬੂਤ ਹੁੰਦੀ ਹੈ, ਸ਼ਾਰਪ ਹੋ ਜਾਂਦੀ ਹੈ। ਹਾਂ, ਰਾਈਟ। ਸੋ ਬਹੁਤ ਅੱਛੀ ਗੱਲ ਹੈ, ਅਤੇ ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਜੋ ਕੁਛ ਵੀ ਤੁਸੀਂ ਪਲਾਨ ਕੀਤਾ, ਜੋ ਕੁਛ ਵੀ ਤੁਸੀਂ ਸੋਚਿਆ ਹੋਇਆ, ਉਹ ਹੋਰ ਵੱਧ ਚੜ੍ਹ ਕੇ ਪਰਮਾਤਮਾ ਅੱਗੇ ਲੈ ਕੇ ਆਵੇ। ਅਤੇ ਹੋਰ ਕੋਈ ਗੱਲਬਾਤ ਜਿਹੜੀ ਦਿਲ ਦੇ ਵਿੱਚ ਹੈ ਕਰਮ, ਜਿਹੜੀ ਤੁਸੀਂ ਇਕੱਲੇ ਸੋਚਦੇ ਹੋ, ਕਰ ਨਹੀਂ ਪਾਉਂਦੇ, ਤੁਸੀਂ ਕਰਨਾ ਚਾਹੁੰਦੇ ਹੋ? ਇਕੱਲਾ ਤਾਂ ਮੈਂ ਬਹੁਤ ਕੁਛ ਸੋਚਦਾ, ਪਰ ਹੁਣ ਪਤਾ ਕੀ ਆ, ਮੈਂ ਪ੍ਰਪੇਅਰ, ਸੋਰੀ ਜੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਲੱਗ ਰਿਹਾ ਵੀ ਔਫ ਜਿਹਾ ਕੰਮ ਜਾ ਰਿਹਾ,
ਕਿਉਂਕਿ ਮੈਂ ਪ੍ਰੀਪੇਅਰ ਕਰਕੇ ਨਹੀਂ ਬੈਠਾ ਇੰਟਰਵਿਊ ਲਈ ਹੈ ਨਾ। ਆਈ ਰਿਸਪੈਕਟ ਐਵਰੀ ਇਮੋਸ਼ਨ। ਮੈਨੂੰ ਸਿਗਾ ਵੀ ਨੈਚੁਰਲ ਰਵੇ ਸਾਰਾ ਕੁਝ। ਮੈਂ ਤਾਂ ਲੱਗਦਾ ਨਹੀਂ ਨਾਮ ਜਿਸ ਸੇ ਕਿ ਇਦਾਂ ਕਈ ਵਾਰੀ ਮੈਂ ਦੇਖੋ ਗੱਲ ਕਰਦਾ ਅੰਗਰੇਜ਼ੀ ਵਾਲਾ ਸਲੈਂਗ ਵਿੱਚ ਕੈਂਟਾ। ਸਹੀ ਹੈ। ਅੰਗਰੇਜ਼ੀ ਦਾ ਫਿਰ ਆਪਣੀ ਹੈ। ਅੱਛਾ ਮੇਰੀ ਗੱਲ ਸੁਣੋ, ਤੁਸੀਂ ਤੇ ਪਿੰਡੋਂ ਗਏ ਸੀਗੇ ਜਿੱਦਾਂ ਬੀਵੀਅਰ, ਤੁਹਾਨੂੰ ਇਹ ਸਲੈਂਗ ਪ੍ਰੋਪਰ ਇੰਗਲਿਸ਼ ਉੱਥੇ ਸਿੱਖਣ 'ਚ ਕਿੰਨਾ ਕੁ ਟਾਈਮ ਲੱਗਿਆ? ਇਹਦੇ ਵਿੱਚ ਵੀ ਕਹਾਣੀ ਆ। ਸੁਣਾ ਦਿਓ। ਉੱਥੇ ਕੈਨੇਡਾ ਹੁਣ ਵੀਜ਼ਾ ਆਈਲੈਟਸ ਕਰ ਲਈ, ਫੁੱਲ ਮਿਹਨਤ ਕਰਕੇ ਵੀਜ਼ਾ ਲੱਗਣ ਨੂੰ 5-6 ਮਹੀਨੇ ਲੱਗ ਗਏ ਹੈ ਨਾ, ਜਦ ਤੱਕ ਇੰਗਲਿਸ਼ ਭੁੱਲ ਗਈ। ਮੈਨੂੰ ਉੱਧਰੋਂ ਮੇਰਾ ਟਿਕਟ ਅਗਲੇ ਦਿਨ ਦੀ, ਮੈਨੂੰ ਐਂ ਸੋਚੀ ਜਾਵਾਂ, ਮੈਂ ਕਿਹਾ ਯਾਰ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ, ਮੈਂ ਬੋਲੂੰਗਾ ਕੀ ਹੈ ਨਾ ਇੱਦਾਂ। ਉਹੀ ਗੱਲ ਹੋਈ ਇਮੀਗ੍ਰੇਸ਼ਨ 'ਤੇ ਜਾ ਕੇ, ਮੈਨੂੰ ਸਵਾਲ ਪੁੱਛਣ, ਮੈਨੂੰ ਸਮਝ ਨਾ ਲੱਗੇ, ਇੱਕ ਉਹਨਾਂ ਦਾ ਐਕਸੈਂਟ ਹੋਰ, ਇੱਕ ਸਲੈਂਗ ਹੋਰ, ਕਹੀ ਜਾਂਦਾ ਇਹ। ਮੈਂ ਉਹਨੂੰ ਐਂ ਡਰੈਸ ਜਿਹਾ ਦਿਖਾਤਾ, ਮੈਂ ਪੇਪਰ 'ਤੇ ਲਿਖਿਆ ਸੀ, ਮੈਂ ਕਿਹਾ ਦਿਸ ਦਿਸ। ਅਤੇ ਉਹ ਜੇ ਅੱਜ ਦਾ ਟਾਈਮ ਹੁੰਦਾ ਮੈਨੂੰ ਮੋੜ ਦਿੰਦੇ ਵਾਪਸ। ਕਿਉਂਕਿ ਮੈਂ ਸੁਣਿਆ ਪਿੱਛੇ ਜੇ ਕੇਸ ਹੋਇਆ ਵੀ ਜਿਹਨੂੰ ਉੱਥੇ ਪਹੁੰਚਦੇ ਨੂੰ ਇੰਗਲਿਸ਼ ਨਹੀਂ ਆਈ ਨਾ, ਮੁੰਡੇ ਵਾਪਸ ਭੇਜਦੇ ਕਿ ਤੁਸੀਂ ਫੇਕ ਉਹ ਕਰਕੇ ਆਏ ਹੋ ਆਈਲੈਟਸ ਨਾ। ਅਤੇ ਫਿਰ ਉੱਥੇ ਪਿੰਡ ਆਪਣੇ ਸੱਜਣ ਸੀਗੇ ਗੁਆਂਢੀ, ਉਹਨਾਂ ਕੋਲ ਰਿਹਾ ਮੈਂ, ਉਹਨਾਂ ਦੇ ਨਿੱਕੇ ਨਿੱਕੇ ਜਵਾਕ, ਉਹ ਸਕੂਲੇ ਜਾਂਦੇ ਸੀ ਉੱਥੇ। ਇੱਕ ਦੋ ਵਾਰ ਉਹਨਾਂ ਨੇ ਮੇਰਾ ਮਜ਼ਾਕ ਉਡਾਇਆ, ਤੇਰੀ ਇੰਗਲਿਸ਼ ਬੜੀ ਫਨੀ ਆ। ਮੈਂ ਉਹ ਵੀ ਗੱਲ ਦਿਲ 'ਤੇ ਲਾ ਲਈ, ਮੈਂ ਕਿਹਾ ਯਾਰ ਬੇਇੱਜ਼ਤੀ ਹੋ ਗਈ ਹੈ ਨਾ। ਫਿਰ ਮੈਂ ਨਾ ਬੱਸਾਂ ਦੇ ਵਿੱਚ ਜਦੋਂ ਕੰਮ 'ਤੇ ਜਾਣਾ ਜਾਂ ਸਕੂਲ ਜਾਣਾ, ਬੱਸ 'ਚ ਬਹਿ ਜਾਣਾ ਅਤੇ ਬੈਠ ਕੇ ਬਟਨਾਂ ਵਾਲਾ ਫੋਨ ਹੁੰਦਾ ਸੀ, ਉਹੀ ਗੱਲ ਆ ਗਈ ਨਾ ਕਿ ਪ੍ਰੋਡਕਟੀਵਿਟੀ ਆਈ ਆ। ਜੇ ਫੋਨ ਹੁੰਦਾ ਫਿਰ ਸ਼ਾਇਦ ਮੇਰੇ ਹੈੱਡਫੋਨ ਲੱਗੇ ਹੁੰਦੇ, ਗਾਣਾ ਸੁਣ ਰਿਹਾ ਹੁੰਦਾ ਜਾਂ ਫੋਨ 'ਚ ਵੜਿਆ ਹੁੰਦਾ, ਰੀਲਾਂ ਦੇਖ ਰਿਹਾ ਹੁੰਦਾ, ਇਕੱਲਾ ਆਪਦਾ ਬੱਸ 'ਚ ਬਹਿ ਜਾਣਾ, ਆਲੇ ਦੁਆਲੇ ਗੋਰੇ ਕਾਲੇ ਜੋ ਵੀ ਗੱਲਾਂ ਕਰ ਰਹੇ ਨੇ ਨਾਲ ਦੀ ਸੀਟ ਵਾਲਾ, ਉਹਦੀਆਂ ਗੱਲਾਂ ਸੁਣੀ ਜਾਣੀਆਂ। ਉਹਨੇ ਕੀ ਕਿਹਾ, ਉਹਨੇ ਕੀ ਕਿਹਾ, ਕਿਸ ਤਰੀਕੇ ਨਾਲ ਕਿਹੜਾ ਵਰਡ ਕਿਹਾ, ਕਿਹੜੀ ਗੱਲ ਕੀਤੀ। ਫਿਰ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਬੱਸ ਵੈਸਟਵੁੱਡ ਮਾਲ ਤੋਂ ਮੇਰਾ ਘਰ ਸੀ ਮਿਸੀਸਾਗਾ 'ਚ, ਜਦੋਂ ਫਿਰ ਤੁਰੇ ਜਾਣਾ, ਫਿਰ ਉਹ ਗੱਲਾਂ ਰਿਪੀਟ ਕਰਨੀਆਂ, ਆਪਦੇ ਆਪ ਨਾਲ ਗੱਲਾਂ ਕਰਨੀਆਂ, ਆਪ ਹੀ ਸਵਾਲ ਕਰਨਾ, ਆਪ ਹੀ ਜਵਾਬ ਕਰਨਾ, ਇੱਦਾਂ ਇੰਗਲਿਸ਼ ਡਿਵੈਲਪ ਕੀਤੀ। ਅਤੇ ਟੱਚ ਬੋਰਡ ਫਿਰ ਇੱਦਾਂ ਦੀ ਕੀਤੀ ਕਿ ਫਿਰ ਕੋਈ ਹੱਸਿਆ ਨਹੀਂ। ਕਿਆ ਬਾਤ ਹੈ। ਸੋ ਮੈਨੂੰ ਲੱਗਦਾ ਕਿ ਜ਼ਿੰਦਗੀ ਸਿਖਾਉਂਦੀ ਹੈ ਨਾ, ਉਹੀ ਗੱਲ ਫਿਰ ਉੱਥੇ ਆ ਜਾਂਦੀ। ਅੱਛਾ ਤੁਸੀਂ ਜਦੋਂ ਕੁਛ ਸਟੇਜ 'ਤੇ ਪਰਫੋਰਮ ਕਰਦੇ ਹੋ, ਤੁਸੀਂ ਗਾਉਂਦੇ ਹੋ, ਤੁਸੀਂ ਗੱਲਾਂ ਮਾਰਦੇ ਹੋ, ਦੁਨੀਆ ਬੜੀ ਹੂਟਿੰਗ ਕਰਦੀ ਹੈ, ਬੜੀ ਹੱਲਾਸ਼ੇਰੀ, ਬਹੁਤ ਖੁਸ਼ ਹੁੰਦੀ ਆ। ਜਦੋਂ ਤੁਸੀਂ ਕੈਨੇਡਾ ਵਿੱਚ ਸੀਗੇ ਅਤੇ ਜਦੋਂ ਤੁਸੀਂ ਸਟੂਡੈਂਟ ਹੀ ਸੀਗੇ ਐਕਚੁਅਲ ਦੇ ਵਿੱਚ, ਹੈ ਨਾ, ਤੁਸੀਂ ਕਿਸੇ ਦਾ ਸ਼ੋਅ ਵੇਖਣ ਗਏ? ਹਾਂਜੀ। ਕਿਹਦਾ? ਮੈਂ ਉੱਥੇ ਗਿਆ ਸੀਗਾ, ਵੰਡਰਲੈਂਡ ਮੇਲਾ ਦੇਖਣ ਗਿਆ ਸੀਗਾ ਮੈਂ, ਪਰ ਉਹ ਮੈਂ ਪਰਫੋਰਮ ਕੀਤਾ ਸੀ ਉਦੋਂ ਸ਼ਾਇਦ ਮੇਲੇ 'ਤੇ। ਹਾਂ, ਪਰਫੋਰਮ ਕਰਕੇ ਮੈਂ ਅੱਗੇ ਜਾ ਕੇ ਬਹਿ ਗਿਆ ਸੀਗਾ, ਦਲਜੀਤ ਭਾਈ ਦੀ ਪਰਫੋਰਮੈਂਸ ਦੇਖੀ ਸੀ, ਅਤੇ ਮੈਂ ਸ਼ੋਅ 'ਤੇ ਵੀ ਗਿਆ ਸੀਗਾ ਉੱਥੇ। ਆਪ ਮੇਰਾ ਖੁਦ ਦਾ ਸ਼ੋਅ ਸੀ, ਮੈਂ ਪਰਫੋਰਮ ਉੱਥੇ, ਆਰਟਿਸਟ ਵੱਡਾ ਮੇਲਾ ਹੁੰਦਾ, ਹੁਣ ਤਾਂ ਨਹੀਂ ਹੁੰਦਾ ਉਹ ਵਾਲਾ ਵੰਡਰਲੈਂਡ ਵਾਲਾ, ਅਤੇ ਆਪ ਪਰਫੋਰਮ ਕਰਕੇ ਇੱਦਾਂ ਮੂਹਰੇ ਬਹਿ ਗਿਆ ਸੀਗਾ, ਮੈਂ ਫਰੰਟ ਸੀਟ 'ਤੇ, ਅਤੇ ਫੁੱਲ ਇੰਜੋਏ ਕੀਤਾ ਭਾਈ ਦਾ। ਹੋਰ ਆਰਟਿਸਟ ਦਾ ਮੈਂ, ਹੋਰ ਨਹੀਂ ਕਦੀ ਮੈਂ ਕਿਸੇ ਆਰਟਿਸਟ ਦਾ ਦੇਖਣ ਗਿਆ ਸ਼ੋਅ। ਓਕੇ, ਕਿਸੇ ਦੇ ਇੱਛੁਕ ਹੈਗੇ ਹੋ ਕਿਸੇ ਪੁਰਾਣੇ ਦੇ ਕਿ ਮੈਂ ਉਹਨਾਂ ਨੂੰ ਮਿਲਾਂ? ਮਾਨ ਸਾਹਿਬ ਦਾ ਦੇਖਣਾ, ਦੇਖਣਾ ਇੱਕ, ਮਨਮੋਹਨ ਵਾਰਸ ਭਾਈ ਹੁਣਾਂ ਦਾ ਦੇਖਣਾ, ਹਾਂਜੀ, ਅਤੇ ਇੱਕ ਸਰਤਾਜ। ਕਮਾਲ। ਇੱਕ ਮੈਂ ਗੱਲ ਹੋਰ ਐਡ ਅਪ ਕਰਨੀ ਚਾਹੁੰਦਾ, ਮੇਰੀ ਕਲਮ ਸਟਾਰਟ ਸਤਿੰਦਰ ਸਰਤਾਜ ਹੁਣਾਂ ਤੋਂ, ਉਹਨਾਂ ਨੂੰ ਸੁਣ ਕੇ ਹੋਈ ਆ। ਕਿਉਂਕਿ ਜਦੋਂ ਮੈਂ ਐਲਟਸ ਕਰਨ ਜਾਂਦਾ ਸੀ, ਸਾਡੇ ਪਿੰਡੋਂ ਫਗਵਾੜੇ ਤੱਕ ਬੱਸ ਜਾਂਦੀ ਸੀ, ਅਤੇ ਉੱਥੇ ਆਉਣ ਜਾਣ ਦੋਵੇਂ ਵੇਲੇ ਇੱਕੋ ਹੀ ਸੀਡੀ ਚੱਲਦੀ ਹੁੰਦੀ ਸੀ, ਸਾਈਂ ਜਦੋਂ ਐਲਬਮ ਆਈ ਸੀ ਨਾ ਜੀ, ਸਾਡੀ ਫਰਿਆਦ, ਉਹ ਇੰਨੀ ਕੁ ਸੁਣੀ, ਉੱਥੋਂ ਸ਼ਾਇਦ ਅੱਖਰਾਂ ਦੀ ਪਛਾਣ, ਅੱਖਰਾਂ ਦੀ ਡੂੰਘਾਈ ਤੱਕ ਜਾਣਾ, ਮੈਨੂੰ ਇਹ ਲੱਗਦਾ, ਮੇਰਾ ਦਿਲ ਇਹ ਕਹਿੰਦਾ ਵੀ ਹਾਂ ਉੱਥੋਂ ਸਟਾਰਟ ਹੋਇਆ। ਅਤੇ ਗਾਣਾ ਵੀ ਦੱਸ ਦਿਓ ਜੇ ਕਲਮ ਦੱਸੀ ਹੈ, ਅਤੇ ਖੁਦ ਨੂੰ ਕਦੋਂ ਪਹਿਲੀ ਵਾਰ ਗਾ ਕੇ ਸੁਣਾਇਆ ਸੀ ਤਾਂ ਲੱਗਿਆ ਸੀਗਾ ਕਿ ਨਹੀਂ ਐਕਚੁਅਲ ਇਹੀ ਮੇਰਾ ਇਸ਼ਕ ਹੈ, ਇੱਥੇ ਹੀ ਦੁਨੀਆ ਹੈ, ਇੱਥੇ ਹੀ ਦੁਨੀਆ ਵਸਾਉਣੀ ਹੈ? ਮੈਂ ਨਿੱਕਾ ਹੁੰਦਾ ਗਾਉਂਦਾ ਹੁੰਦਾ ਸੀਗਾ, ਸ਼ਬਦ ਗਾਉਂਦਾ ਹੁੰਦਾ ਜੀ, ਮਾਤਾ ਨੇ ਲਿਖਣੇ, ਤੁਹਾਡੇ ਮੰਮਾ ਨੇ, ਮਤਲਬ ਲਿਖਣੇ ਨਹੀਂ, ਲਿਖਣੇ ਕਹਿਤਾ ਮੇਰੇ ਲਈ, ਲਿਖਣੇ ਮਤਲਬ ਸੁਣ ਕੇ, ਹਾਂ ਸੁਣ ਕੇ ਲਿਖਣੇ ਵੀ ਤੁਸੀਂ ਤੁਹਾਡੇ ਲਈ, ਹਾਂ ਮੇਰੇ ਲਈ, ਮੈਨੂੰ ਲਿਖ ਕੇ ਦੇਣੇ ਸ਼ਬਦ, ਕਿ ਫਿਰ ਮੈਨੂੰ ਮਾਤਾ ਨੇ ਤਿਆਰ ਕਰਾਉਣਾ, ਗਾਉਣਾ ਸਿਖਾਉਣਾ, ਹੈ ਨਾ, ਅਤੇ ਮਾਤਾ ਨੇ ਸਿਖਾਉਣਾ, ਨੋਟ ਲਾਉਣਾ ਸਿਖਾਉਣਾ, ਮੈਂ ਵਿੱਚ ਆਪਦਾ ਲਾ ਦੇਣਾ। ਅੱਛਾ। ਅਤੇ ਉਦੋਂ ਮਾਤਾ ਨੇ ਕਹਿਣਾ ਇੱਦਾਂ ਨਹੀਂ, ਇੱਦਾਂ ਨਹੀਂ, ਇੱਦਾਂ, ਮੈਂ ਕਿਹਾ ਨਹੀਂ ਮੈਂ ਤਾਂ ਆਹ ਲਾਊਂਗਾ, ਆਪਦਾ ਲਾਊਂਗਾ, ਆਪਦੀ ਕ੍ਰੀਏਟੀਵਿਟੀ, ਸ਼ੁਰੂ ਤੋਂ ਹੀ ਇਵੇਂ ਸੀ ਆਪਦੀ ਮਰਜ਼ੀ ਵਾਲਾ। ਅਤੇ ਉੱਥੋਂ ਫਿਰ ਗਾਉਣ ਲੱਗ ਗਏ, ਪਿੰਡ 'ਚ ਲੋਕਾਂ ਨੂੰ ਹੋਇਆ ਵੀ ਹਾਂ ਆਵਾਜ਼ ਇੱਦਾਂ ਇੱਦਾਂ ਨਾ, ਸਾਡੇ ਉੱਥੇ ਇੱਕ ਢੋਲਕੀ ਜਿਹੀ ਵਜਾਉਂਦਾ ਹੁੰਦਾ ਸੀ ਬੰਦਾ, ਸ਼ੁਰੂਆਤ ਫੇਰੀ 'ਤੇ ਹੁੰਦੇ ਹੀ ਆ, ਸਾਜੋ ਸਾਜੀ ਨਾਲ, ਉਹ ਮੈਨੂੰ ਕਹਿੰਦਾ ਆਵਾਜ਼ ਵਧੀਆ, ਸਿੰਗਰ ਬਣ ਸਕਦਾ,
ਮੈਂ ਉਹਨੂੰ ਕਿਹਾ ਲੈ ਮੈਂ ਕਿਹਾ ਸਿੰਗਰ ਹੀ ਬਣਨਾ, ਮੈਂ ਉਹਨੂੰ ਇੱਦਾਂ ਕਹਿ ਦਿੱਤਾ ਮੂੰਹ 'ਤੇ ਉਹਦੇ, ਮੈਂ ਕਿਹਾ ਲੈ ਸਿੰਗਰ ਹੀ ਬਣਨਾ ਮੈਂ ਕਿਹਾ, ਪਰ ਉਹ ਮੇਰੇ ਦਿਲ ਗੱਲ ਦਿਲ 'ਚ ਆਈ ਹੈ ਨਾ। ਫਿਰ ਕਨੇਡਾ ਗਿਆ, ਕਨੇਡਾ ਜਾ ਕੇ ਲਿਖਣਾ ਸਟਾਰਟ ਕਰਤਾ, ਸਕੂਲ ਵੀ ਇੱਕ ਵਾਰ ਮੈਂ ਐਨੂਅਲ ਫੰਕਸ਼ਨ 'ਤੇ ਗਾਇਆ ਸੀਗਾ 12ਵੀਂ 'ਚ, ਕਨੇਡਾ ਜਾ ਕੇ ਲਿਖਣਾ ਸਟਾਰਟ ਕਰਤਾ, ਫੇਸਬੁੱਕ 'ਤੇ ਗਾਣੇ ਪਾਉਣ ਲੱਗ ਗਿਆ, ਲੋਕਾਂ ਨੇ ਅਪਰੀਸ਼ੀਏਟ ਕਰਨਾ ਸਟਾਰਟ ਕਰਤਾ, ਯਾਰ ਤੇਰੀ ਆਵਾਜ਼ ਵਧੀਆ, ਤੂੰ ਜ ਇੱਕ ਲਿਖਦਾ ਆਪ ਸੀਗਾ ਉਹ ਚੀਜ਼ ਪਲੱਸ ਪੁਆਇੰਟ ਹੋ ਗਈ ਹੈ ਨਾ। ਅਤੇ ਬਸ ਫਿਰ ਚੱਕ ਥੱਲ ਕੇ ਯਾਰਾਂ ਬੇਲੀਆਂ ਨੇ ਪੂਰਾ ਕੰਮ ਜਦੋਂ ਭਰਿਆ ਪੰਪ ਵੱਡਾ, ਆਪਾਂ ਫਿਰ ਸਮੈਸਟਰ 'ਚ ਡਰੋਪ ਲੈ ਕੇ ਫੀਸ ਇਕੱਠੀ ਕੀਤੀ ਸੀ, ਉਹਦਾ ਗਾਣਾ ਰਿਕਾਰਡ ਕਰਾ ਲਿਆ। ਅਤੇ ਜੇ ਉਹ ਰਿਕਾਰਡ ਨਾ ਕਰਾਇਆ ਹੁੰਦਾ, ਜੇ ਉਹ ਰਿਕਾਰਡ ਨਾ ਕਰਾਇਆ ਹੁੰਦਾ ਤਾਂ ਮੈਂ ਅੱਜ ਕਨੇਡਾ ਪੀ ਆਰ ਹੁੰਦਾ, ਪਰ ਸਿੰਗਰ ਨਾ ਹੁੰਦਾ। ਓਕੇ, ਫਿਰ ਮੇਰਾ ਉਹ ਸਮੈਸਟਰ ਹੋ ਜਾਣਾ ਸੀ। ਪੀ ਆਰ ਕੀ ਕਰਨੀ, ਮੈਂ ਚੱਟਣੀ ਪੀ ਆਰ, ਉਹਦੇ ਕੋਲ ਮੈਂ ਫਿਰ ਲੈ ਹੀ ਲੈਣੀ ਹੈ, ਕਲਾਕਾਰ ਬਣ ਕੇ ਵੀ ਲੈ ਹੀ ਲੈਣੀ ਹੈ, ਹੈ ਨਾ। ਕੀ ਪਤਾ ਰੱਬ ਨੇ ਇੰਨੇ ਜੋਗੇ ਕਰ ਦੇਣਾ, ਬਿਜ਼ਨਸ ਐਡਾ ਹੋ ਜਾਣਾ, ਹੋਰਾਂ ਨੂੰ ਪੀ ਆਰ ਦਵਾ ਦਈਏ। ਬਹੁਤ ਅੱਛੀ ਸੋਚ ਹੈ, ਬਹੁਤ ਗੁੱਡ ਹੈ। ਹੋਰ ਕੋਈ ਗੱਲਬਾਤ ਰਹਿੰਦੀ ਦਿਲ 'ਚ? ਜਿਹੜੀ ਦਿਲ 'ਚ ਇਹੀ ਰਹਿੰਦੀ ਆ ਗੱਲਬਾਤ ਕਿ ਜ਼ਿੰਦਗੀ ਬਹੁਤ ਕੁਛ ਸਿਖਾਉਂਦੀ ਆ, ਸਿਰਫ ਸਿੱਖੋ, ਮਜ਼ੇ ਲਓ। ਜ਼ਿੰਦਗੀ ਸੱਚੀ ਬਹੁਤ ਕੁਛ ਸਿਖਾਉਂਦੀ, ਪੈਰ ਪੈਰ 'ਤੇ ਸਿਖਾਉਂਦੀ ਆ। ਕਿਸੇ ਲਈ ਹੈਲਪ ਕਰ ਸਕਦੇ ਹਾਂ, ਕਿਸੇ ਲਈ ਖੜ ਸਕਦੇ ਹਾਂ, ਇੱਦੂ ਉੱਤੇ ਕੁਛ ਨਹੀਂ। ਇੱਕ ਦੂਜੇ ਲਈ ਆਪਾਂ ਨੂੰ ਰੱਬ ਨੇ ਭੇਜਿਆ ਦੁਨੀਆ 'ਤੇ। ਅਤੇ ਪਿਛਲੀ ਇੰਟਰਵਿਊ ਮੈਂ ਕਰੀ ਸੀ ਹੋਰ ਚੈਨਲ 'ਤੇ, ਉਦੋਂ ਮੈਂ ਕਿਹਾ ਸੀ ਮੈਂ ਮਾਫ਼ ਨਹੀਂ ਕਰਦਾ ਕਿਸੇ ਨੂੰ, ਪਰ ਹੁਣ ਮੈਂ ਬਦਲ ਗਿਆ, ਹੁਣ ਮੈਂ ਕਹਿੰਦਾ ਵੀ ਮਾਫ਼ ਕਰ ਦਿਉ, ਸਾਰਿਆਂ ਨੂੰ ਮਾਫ਼ ਕਰ ਦਿਉ। ਗੁੱਡ, ਕਿਉਂਕਿ ਜਦੋਂ ਤੁਸੀਂ ਬਦਲਾ ਲੈਂਦੇ ਹੋ ਫਿਰ ਰੱਬ ਪਿੱਛੇ ਹੋ ਜਾਂਦਾ, ਉਹਨੂੰ ਸੈਟਲ ਕਰ ਲੈਂਦੇ ਸਾਰਾ। ਸ਼ਾਇਦ ਕੋਈ ਤੁਹਾਡੇ ਨਾਲ ਮਾੜਾ ਕਰਕੇ ਜਾਵੇ, ਉਹਦੇ ਬਦਲੇ 'ਚ ਤੁਹਾਨੂੰ ਚੰਗਾ ਮਿਲ ਜਾਂਦਾ ਜੇ ਤੁਸੀਂ ਬਦਲਾ ਨਾ ਲਓ। ਗੱਲਾਂ ਪਤਾ ਨਹੀਂ ਸਮਝ ਲੋਕਾਂ ਨੇ ਕਿਵੇਂ ਲੈਣੀਆਂ, ਕਿਉਂਕਿ ਤੱਤੀ ਗੱਲ ਨੂੰ ਛੇਤੀ ਕੈਚ ਕਰਦੇ ਆ, ਵਧੀਆ ਗੱਲ ਨੂੰ ਲੇਟ ਕੈਚ ਕਰਦੇ ਆ, ਜਿੱਦਾਂ ਮੈਂ ਲੇਟ ਕੀਤੀ 3 ਸਾਲ ਬਾਅਦ। ਪਰ ਨਹੀਂ, ਠੀਕ ਹੈ, ਮੈਨੂੰ ਲੱਗਦਾ ਲਾਈਫ ਇੰਟਰਸਟਿੰਗ ਹੈ। ਤੁਸੀਂ ਜਦੋਂ ਬਹੁਤ ਸਕਸੈਸਫੁਲ ਹੋ ਜਾਓਗੇ ਨਾ ਕਰਮ 'ਚ, ਜਦੋਂ ਤੁਸੀਂ ਬਹੁਤ ਪੋਜ਼ਿਟਿਵ, ਮਤਲਬ ਇਹਨਾਂ ਚੀਜ਼ਾਂ ਤੋਂ ਆਊਟ ਹੋ ਜਾਓਗੇ, ਤੁਸੀਂ ਬਹੁਤ ਖੁਦ ਹੀ ਸੁਣ ਕੇ ਦੇਖਿਓ, ਤੁਸੀਂ ਖੁਸ਼ ਹੋਇਆ ਕਰੋਗੇ ਕਿ ਹਾਂ ਯਾਰ ਇਹਨੂੰ ਮੈਂ ਇੱਦਾਂ ਫੇਸ ਕੀਤਾ, ਇਹ ਚੇਂਜ ਮੇਰੀ ਲਾਈਫ 'ਚ ਇਸ ਕਰਕੇ ਆਇਆ। ਸੋ ਗੁੱਡ ਹੈ, ਲਰਨਿੰਗਸ ਐਂਡ ਐਕਸਪੀਰੀਅੰਸਿਸ ਲਾਈਫ ਨੂੰ ਹੋਰ ਜ਼ਿਆਦਾ ਬਿਊਟੀਫੁਲ ਬਣਾਉਂਦੀਆਂ ਨੇ ਐਂਡ ਸਟਰੋਂਗ ਵੀ ਬਣਾਉਂਦੀਆਂ ਨੇ, ਹੈ ਨਾ। ਅਤੇ ਗਾਣਾ ਸੁਣਾਓਗੇ ਐਂਡ 'ਚ ਇੱਕ? ਕਿੱਦਾਂ ਦਾ? ਮੈਨੂੰ ਤਾਂ ਸੈਡ ਨਹੀਂ ਪਸੰਦ, ਬਟ ਜੋ ਤੁਹਾਨੂੰ। ਉੱਠ ਮੇਰੇ ਸ਼ੇਰ, ਠੀਕ ਹੈ, ਹਾਂ ਗੁੱਡ। ਇਹ ਗਾਣਾ ਮੈਂ ਕਦੀ ਰਿਕਾਰਡ ਨਹੀਂ ਕਰਾਉਣਾ, ਕਿਉਂਕਿ ਲੋਕ ਸੁਣਦੇ ਨਹੀਂ ਇੱਦਾਂ ਦੇ ਗਾਣੇ, ਪੈਸਾ ਬਰਬਾਦ ਨਹੀਂ ਕਰਨਾ ਮੈਂ ਆਪਦਾ। ਯੈਸ, ਚੰਗੇ ਦਿਨ ਅੱਜ ਦੇ ਟਾਈਮ 'ਚ ਕੱਢਿਆ ਹੁੰਦਾ ਕਿਸੇ ਨੇ ਸੁਣਨਾ ਨਹੀਂ ਸੀ, ਤਾਂ ਹੀ ਤਾਂ ਕਿਹਾ ਹੁਣ ਪੁਤਲੇ ਹੀ ਫਕਾਵਾਂਗੇ ਆਪਦੇ। ਰੱਬ ਮੇਰ ਕਰੇ। ਉਹ ਜ਼ਿੰਦਗੀ ਦਾ ਹਿੱਸਾ ਆ ਮੈਂ ਦਿਲ ਉੱਤੇ ਲਾਈ ਜਾਵੇਂ, ਸਿਰ ਉੱਤੇ ਹੱਥ ਉਹਦਾ ਕਹ ਤੂੰ ਘਬਰਾਈ ਜਾਵੇਂ, ਮਰਿਆ ਨੀ ਡਿੱਗਿਆ ਹੋਇਆ ਐਡੀ ਵੀ ਨੀ ਗੱਲ ਕੋਈ, ਮੌਤ ਨਹੀਂ ਉਹ ਆਈ ਸੋਚ ਸੋਚ ਪਛਤਾਈ ਜਾਵੇਂ, ਜਿੰਨਾ ਟਾਈਮ ਚੱਲਦੇ ਆ ਸਾਬ ਲਿਆਓ ਕਿਸੇ ਕੰਮ ਦੀ ਹੀ ਨੀ ਦੇਰ, ਆ ਤਾਂ ਕੁਝ ਵੀ ਨੀ ਹਾਲੇ ਦਿਨ ਹੋਰ ਮਾੜੇ ਆਉਣੇ, ਚੱਲ ਉੱਠ ਮੇਰੇ ਸ਼ੇਰ, ਆ ਤਾਂ ਕੁਝ ਵੀ ਨੀ ਹਾਲੇ ਦਿਨ ਹੋਰ ਮਾੜੇ ਆਉਣੇ, ਚੱਲ ਉੱਠ ਮੇਰੇ ਸ਼ੇਰ, ਕਿਹੜੀ ਗੱਲੋਂ ਝੋਟਿਆ ਤੂੰ ਢਾਈ ਬੈਠਾ ਢੇਰੀਆਂ, ਅੱਖਾਂ ਵਿੱਚ ਪਹਿਲਾਂ ਜਿਹਾ ਜ਼ਰੂਰ ਨਹੀਂ ਉਹ ਦਿਸਿਆ, ਬਾਕੀਆਂ ਦੇ ਨਾਲੋਂ ਵੱਖ ਤੇਰੀ ਆ ਕਹਾਣੀ ਜੱਟਾ, ਤੈਨੂੰ ਪਤਾ ਤੈਨੂੰ ਪਤਾ ਬਾਲਾ ਕੁਝ ਲਿਖਿਆ, ਪਿੱਠ ਪਿੱਛੇ ਆਖਦੇ ਨੇ ਗੇਮ ਵਿੱਚੋਂ ਬਾਹਰ ਆ ਜਾ ਠਾਲਦੇ ਹਨੇਰ, ਆ ਤਾਂ ਕੁਝ ਵੀ ਨੀ ਹਾਲੇ ਦਿਨ ਹੋਰ ਮਾੜੇ ਆਉਣੇ, ਚੱਲ ਉੱਠ ਮੇਰੇ ਸ਼ੇਰ। ਕਿਆ ਬਾਤ ਹੈ, ਕਹਿੰਦੇ ਕਦੋਂ ਲਿਖਿਆ ਹੈ? ਉਦੋਂ ਹੀ ਪੁਰਾਣਾ, ਸਟਾਰਟਿੰਗ 'ਚ ਹੀ ਨਾ, ਕਿਉਂਕਿ ਹੁਣ ਤਾਂ ਸ਼ੇਰ ਉੱਠ ਗਿਆ ਨਾ, ਹੁਣ ਤਾਂ ਸ਼ੇਰ ਹੋਣੀ ਬਸ ਭੱਜਣ ਨੂੰ ਤਿਆਰ ਆ ਸ਼ਿਕਾਰ ਨੂੰ। ਤੇ ਬਿਲਕੁਲ ਅਸੀਂ ਵੇਖਣ ਨੂੰ ਤਿਆਰ ਆ ਕਿ ਕਿਸ ਤਰੀਕੇ ਦੇ ਨਾਲ ਹੁਣ ਸ਼ੇਰ ਸਾਰੀ ਦੁਨੀਆ ਦਾ ਸਾਹਮਣਾ ਕਰ ਰਿਹਾ ਹੈ। ਇੱਕ ਮੈਂ ਹੋਰ, ਸੌਰੀ ਟੂ ਇੰਟਰਪਟ ਯੂ, ਇੱਕ ਮੈਂ ਹੋਰ ਨਿੱਕੀ ਜਿਹੀ ਚੀਜ਼ ਸੁਣਾਉਂਗਾ ਕਿ ਜਿਵੇਂ, ਕਿਉਂਕਿ ਮੈਂ ਚੀਜ਼ਾਂ ਫੇਸ ਕੀਤੀਆਂ ਨਾ ਜੀ, ਜਿਵੇਂ ਬੰਦਾ ਨਾ ਜਦੋਂ ਇੱਥੇ ਹੁੰਦਾ ਉਦੋਂ ਤੁਹਾਨੂੰ ਹੋਰ ਤਰੀਕੇ ਨਾਲ ਮਿਲਦਾ, ਜਦੋਂ ਬੰਦਾ ਇੱਥੇ ਪਹੁੰਚ ਜਾਂਦਾ ਭਾਵੇਂ ਤੁਹਾਡਾ ਯਾਰ ਹੋਵੇ ਕੁਛ ਵੀ ਹੋਵੇ, ਫਿਰ ਉਹ ਤੁਹਾਡੇ ਲਈ ਉਹਦਾ ਵਤੀਰਾ ਬਦਲ ਜਾਂਦਾ, ਵਤੀਰਾ ਟ੍ਰੀਟਮੈਂਟ। ਉਸ ਚੀਜ਼ ਦੇ ਗਾਣਾ ਲਿਖਿਆ ਸੀ ਕਿਉਂਕਿ ਯਾਰ ਰੀਅਲ ਰਹੋ, ਮੈਂ ਚੰਗੇ ਟਾਈਮ 'ਚ ਸ਼ਾਇਦ ਰੂਡ ਹੁੰਦਾ ਹੋਵਾਂ ਕਿਸੇ ਨਾਲ, ਨਾ ਹੁੰਦਾ ਹੋਵਾਂ, ਪਰ ਮੈਂ ਮਾੜੇ ਟਾਈਮ 'ਚ ਹਮੇਸ਼ਾ ਰੂਡ ਦੀ ਗੱਲ ਕਰਦਾ, ਰੂਡ ਹੀ ਗੱਲ ਕਰਦੇ ਹੋ? ਮਾੜੇ 'ਚ ਤਾਂ ਰੂਡ ਹੀ ਗੱਲ ਕਰੂੰਗਾ, ਮਤਲਬ ਗੱਲ ਸਮਝਣ ਦੀ ਟਰਾਈ ਕਰੋ, ਇਹ ਨਹੀਂ ਵੀ ਮੈਂ ਜਾਣ ਬੁੱਝ ਕੇ ਰੂਡ ਗੱਲ ਕਰੂੰਗਾ, ਮਾੜੇ 'ਚ ਰੂਡ ਦਾ ਮਤਲਬ ਕਿ ਜੇ ਮੈਨੂੰ ਕਿਸੇ ਚੀਜ਼ 'ਤੇ ਗੁੱਸਾ ਆਊਗਾ ਤਾਂ ਮੈਂ ਉਹਨੂੰ ਅੰਦਰ ਦਿਲ 'ਚ ਦੱਬ ਕੇ ਕਿ ਨਹੀਂ ਰੱਖੂੰਗਾ ਕਿ ਯਾਰ ਮੈਨੂੰ ਇਸ ਬੰਦੇ ਦੀ ਲੋੜ ਆ, ਅਤੇ ਮੈਂ ਇਹਨਾਂ ਗਲਤ ਟ੍ਰੀਟਮੈਂਟ ਨਹੀਂ ਕਰਨਾ।
ਮਿੰਨਾ ਇਹਦੀ ਵਿਗੜ ਨਾ ਜਾਵੇ। ਤੁਸੀਂ ਮਾਰੇ ਟਾਈਮ 'ਚ ਕਿਸੇ ਦਾ ਫਾਇਦਾ ਲੈਣ ਲਈ ਚੰਗੇ ਨਹੀਂ ਬਣੋਗੇ। ਚੰਗਾ ਨਹੀਂ ਬਣੂਗਾ ਮਾਰੇ ਟਾਈਮ 'ਚ ਵੀ, ਜਿਵੇਂ ਜਿੱਦਾਂ ਮੈਂ ਕਹਾਂਗਾ ਜੋ ਹੋ ਰਹੋਗੇ, ਮੈਂ ਜਿਵੇਂ ਰੂਡਲੀ ਕਿਸੇ ਨੂੰ ਗੱਲ ਕਹਿਣੀ ਆ ਮਾਰੇ ਟਾਈਮ 'ਚ ਵੀ ਰੂਡਲੀ ਹੀ ਕਹੂੰਗਾ, ਤਾਂ ਕਿ ਜਦੋਂ ਮੈਂ ਚੰਗੇ 'ਚ ਰੂਡਲੀ ਗੱਲ ਕਵਾਂ ਉਹਨੂੰ ਇਹ ਨਾ ਲੱਗੇ ਕਿ ਹੁਣ ਬਦਲ ਗਿਆ, ਮਾਰੇ 'ਚ ਮੇਰਾ ਫਾਇਦਾ ਚੱਕਣਾ ਚਾਹੁੰਦਾ ਵੀ ਹੁਣ ਬਦਲ ਗਿਆ, ਜਿੱਦਾਂ ਦਾ ਮਾਰੇ 'ਚ ਉਦਾਂ ਦਾ ਹੀ ਚੰਗੇ 'ਚ। ਆਈ ਅੰਡਰਸਟੈਂਡ। ਤੇ ਲੋਕ ਪੁੱਠੇ ਆ, ਚੰਗੇ 'ਚ ਕੁਛ ਹੋਰ ਮਾਰੇ 'ਚ ਕੁਛ ਹੋਰ, ਮਾਰੇ 'ਚ ਕੁਛ ਹੋਰ। ਹਾਂਜੀ ਇਹ ਸੱਚ ਹੈ, ਕੌੜਾ ਹੈ ਵੀ ਜਿੱਥੇ ਤੱਕ ਜਿੱਥੇ ਪਹੁੰਚ ਕੇ ਮਤਲਬ ਮੁੰਡੇ ਜਦੋਂ ਹੋ ਜਾਂਦੇ ਥੋੜੇ ਜਿਹੇ ਖੰਭ ਨਿਕਲ ਜਾਂਦੇ ਮੁੰਡਿਆਂ ਦੇ, ਤੁਹਾਡੇ ਨਿਕਲੇ ਸੀ? ਮੈਨੂੰ ਲੱਗਦਾ ਮੈਂ ਵੀ ਕਿਸੇ ਨਾਲ ਕਰਿਆ ਹੋਊਗਾ, ਕਿਸੇ ਨਾ ਕਿਸੇ ਨਾਲ ਤਾਂ ਕਰਿਆ ਹੋਊਗਾ। ਪਰ ਜਿੰਨਿਆਂ ਨਾਲ ਕਰਿਆ ਇਹ ਵੀ ਗਰੰਟੀ ਆ, ਜਿੰਨਿਆਂ ਨਾਲ ਕਰਿਆ ਮੈਂ ਉਹਨਾਂ ਤੋਂ ਮੁੜ ਕੇ ਮੈਨੂੰ ਜਦੋਂ ਰਿਲਾਈਜ਼ ਹੋਇਆ ਮੈਂ ਮਾਫੀ ਵੀ ਮੰਗੀ ਆ। ਇਹ ਅੱਛੀ ਗੱਲ ਹੈ ਕਰਮ, ਸੁਣ ਰਹੇ ਹੋਣਗੇ ਜਿਨ੍ਹਾਂ ਨੂੰ ਮੰਗੀ ਆ ਉਹਨਾਂ ਨੂੰ ਪਤਾ। ਨਹੀਂ ਬਹੁਤ ਅੱਛੀ ਗੱਲ ਹੈ। ਕਹਿੰਦਾ ਉੱਚੜੀ ਹੋਵੇ ਗੁੱਡੀ ਅੰਬਰਾਂ ਦੀ ਹਿੱਕ ਤੇ, ਹਰ ਬੰਦਾ ਬਣ ਯਾਰ ਯਾਰ ਆਉਂਦਾ ਏ, ਮਾੜੇ ਟਾਈਮ ਜਦੋਂ ਨਾਲ ਖੜਦਾ ਨੀ ਕੋਈ, ਬੰਦੇ ਦਾ ਸਿਰਾ ਹੀ ਫਿਰ ਬਾਹਰ ਆਉਂਦਾ ਏ, ਉਹ ਇੱਕ ਮੂੰਹ ਦਾ ਮਿੱਠਾ ਦੂਜਾ ਬੰਦਾ ਚੋਟੀ ਦਾ ਦੱਲਾ, ਡਿੱਗਦੇ ਨੂੰ ਵੇਖ ਕੇ ਛਡਾਉਂਦੇ ਨੇ ਪੱਲਾ, ਜਿੱਥੇ ਪਹੁੰਚ ਨਵੇਂ ਮੁੰਡੇ ਚੱਕਦੇ ਨੇ ਫੀਲਿੰਗਾਂ, ਆ ਲੈ ਵੇਖ ਦੂਜੀ ਉੱਥੇ ਵਾਰ ਮੈਂ ਚੱਲਾ, ਰਾਤ ਦਿੱਤੀ ਤਾਰਿਆਂ ਨੂੰ ਕਰ ਲੋ ਗਰੂਰ, ਦਿਖਣ ਨੀ ਦਿੰਦਾ ਮੈਂ ਸਵੇਰੇ ਚ, ਇਹੀ ਆ ਫਰਕ ਯਾਰਾ, ਇਹੀ ਆ ਫਰਕ ਯਾਰਾ, ਇਹੀ ਆ ਫਰਕ ਤੇਰੇ ਤੇਰੇ ਮੇਰੇ ਚ। ਵੈਰੀ ਨਾਈਸ, ਬਹੁਤ ਸੋਹਣਾ, ਦਿਲੋਂ ਹੀ ਨਿਕਲਦੀ ਹੈ ਢਿੱਡੋ, ਕਹਿੰਦੇ ਨਾ ਆਪਾਂ ਨਾ ਸਾਡੇ ਬੋਲਬਣ ਜਿਵੇਂ ਢਿੱਡੋ ਨਿਕਲਦੇ ਨੇ ਸ਼ਬਦ ਨਿਕਲਦੇ ਨੇ। ਸੋ ਢਿੱਡ ਚ ਕੋਈ ਗੱਲ ਤਾਂ ਨੀ ਰਹਿੰਦੀ, ਮੈਂ ਅੱਜ ਚਾਹੁੰਦੀ ਹਾਂ ਵੀ ਵੀਰੇ ਜੋ ਕੁਛ ਵੀ ਹੈ ਸਭ ਕੁਛ ਇੱਥੇ ਹੀ ਖਤਮ ਕਰਕੇ ਦੱਸਤਾ ਤੁਹਾਨੂੰ, ਸਭ ਕੁਛ ਦੱਸਤਾ, ਜੇ ਕੁਛ ਰਹਿ ਗਿਆ ਥੋੜੇ ਟਾਈਮ ਬਾਅਦ ਫੇਰ ਕਰ ਲਾਂਗੇ। ਹਾਂ ਹੁਣ ਤਾਂ ਜਾਗਿਆ ਸ਼ੇਰ, ਹੋਰ ਤਾਂ ਗਾਉਣੇ ਗਾਉਂਦੇ ਦਿਸੂਗਾ। ਫਿਰ ਹੁਣ ਅਗਲੀ ਇੰਟਰਵਿਊ ਜਦੋਂ ਕਰਾਂਗੇ ਨਾ ਤੁਹਾਨੂੰ ਫਿਰ ਅਨਰਿਲੀਜ਼ ਗਾਣੇ ਸੁਣਾਵਾਂ, ਅਨਰਿਲੀਜ਼ ਗਾਣੇ ਅਗਲੀ 'ਚ ਪੱਕਾ ਸੁਣਾਵਾਂਗੇ, ਕਿਉਂਕਿ ਉਦੋਂ ਤੱਕ ਮੈਂ ਗੱਡੀ ਭਜਾ ਲੈਣੀ ਆ ਜੀ। ਜਦੋਂ ਲੋਕਾਂ ਦੀ ਇੱਕ ਵਾਰ ਨਿਗਾਹ ਦੁਬਾਰਾ ਘੁੰਮ ਗਈਆਂ ਨਾ ਨਜ਼ਰਾਂ, ਹਾਂਜੀ, ਜਦੋਂ ਜ਼ਿਆਦਾ ਆਡੀਅੰਸ ਇਕੱਠੀ ਹੋ ਗਈ ਫਿਰ ਤਾਂ ਚੋਰੀ ਵੀ ਨਹੀਂ ਕਰਨ ਦਿੰਦੇ ਕਿਸੇ ਨੂੰ ਗਾਣਾ ਜਾਂ ਕੰਪੋਜੀਸ਼ਨ। ਇਹ ਵੀ ਪ੍ਰੋਬਲਮ ਹੈ, ਬਟ ਆਈ ਵਿਸ਼ ਕਿ ਤੁਸੀਂ ਜੋ ਆਪਣੇ ਢਿੱਡੋਂ ਲਿਖਿਆ, ਰੂਹ ਤੋਂ ਲਿਖਿਆ, ਉਹ ਤੁਹਾਡੇ ਦਿਲ ਤੋਂ ਲੈ ਕੇ ਤੁਹਾਡੇ ਡਾਇਰੈਕਟ ਆਡੀਅੰਸ ਦੇ ਦਿਲਾਂ ਤੱਕ ਹੀ ਪਹੁੰਚੇ। ਬਾਬਾ ਭਾਗ ਲਾਊਗਾ, ਵਿਸ਼ਵਾਸ ਹੈ ਮੈਨੂੰ ਤੁਹਾਡੇ ਵਿਸ਼ਵਾਸ 'ਤੇ, ਵਿਸ਼ਵਾਸ ਹੈ ਵੀਰੇ। ਸੋ ਬਹੁਤ ਸਾਰੀਆਂ ਦੁਆਵਾਂ ਕਰਮ, ਐਂਡ ਵੈਲਕਮ ਬੈਕ, ਅਤੇ ਮੈਂ ਦੁਆ ਕਰਦੀ ਹਾਂ ਕਿ ਪਰਮਾਤਮਾ ਇੰਨੀ ਤੰਦਰੁਸਤੀ ਬਖਸ਼ੇ ਕਿ ਤੁਸੀਂ ਆਪਣੇ ਅਤੇ ਆਪਣਿਆਂ ਦੇ ਨਾਲ ਕਈਆਂ ਦੇ ਪਰਿਵਾਰ ਦੇ ਚਾਹੁਣ ਵਾਲਿਆਂ ਦੇ ਸੁਪਨੇ ਪੂਰੇ ਕਰ ਸਕੋ। ਬਾਕੀ ਕੈਨੇਡਾ ਜਲਦੀ ਤੁਸੀਂ ਪਹੁੰਚੋ ਤਾਂ ਕਿ ਅਸੀਂ ਹੋਰ ਵਧੀਆ ਖੁਸ਼ਹਾਲ ਕੈਂਬੀ ਨੂੰ ਵੇਖ ਸਕੀਏ ਅਤੇ ਸੋਹਣੇ ਗਾਣੇ ਹੋਰ ਸੁਣ ਸਕੀਏ, ਲੇਕਿਨ ਉਸ ਤੋਂ ਪਹਿਲੇ ਇੱਥੇ ਬਲਾਸਟ ਕਰਕੇ ਜਾਣਾ ਆਪਾਂ, ਹੈ ਨਾ? ਬਿਲਕੁਲ ਰਾਈਟ। ਸੋ ਆਲ ਦਾ ਵੈਰੀ ਬੈਸਟ ਐਂਡ ਢੇਰ ਸਾਰੀਆਂ ਦੁਆਵਾਂ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਤੁਹਾਡਾ ਵੀ ਬਹੁਤ ਸ਼ੁਕਰੀਆ ਵੀਰੇ। ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਮੈਨੂੰ ਨਹੀਂ ਲੱਗਦਾ ਇਹ ਇੰਟਰਵਿਊ ਸੀ, ਇਹ ਤਾਂ ਗੱਲਾਂ ਬਾਤਾਂ ਹੀ ਹੋਈਆਂ ਨੇ, ਅਤੇ ਤੁਸੀਂ ਉੱਦਾਂ ਹੀ ਸਮਝੋਗੇ ਜਿੱਦਾਂ ਇਹ ਗੱਲਾਂ ਕੀਤੀਆਂ ਗਈਆਂ ਨੇ, ਦਿਲੋਂ ਕੀਤੀਆਂ ਗਈਆਂ ਨੇ, ਦਿਲਾਂ ਲਈ ਕੀਤੀਆਂ ਗਈਆਂ ਨੇ ਅਤੇ ਦਿਲਾਂ ਤੱਕ ਹੀ ਪਹੁੰਚਣੀਆਂ ਚਾਹੀਦੀਆਂ। ਬਾਕੀ ਇੱਕ ਗੱਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਉਹ ਇਹ ਹੈ ਕਿ ਜੇ ਇੱਥੋਂ ਗੱਲਾਂ ਦਿਲੋਂ ਨਿਕਲਦੀਆਂ ਨੇ ਤਾਂ ਤੁਸੀਂ ਵੀ ਦਿਲੋਂ ਐਕਸੈਪਟ ਕਰੋ, ਚੰਗੀ ਗੱਲ ਨੂੰ ਚੰਗੇ ਤਰੀਕੇ ਦੱਸੋ ਅਤੇ ਮਾੜੀ ਗੱਲ ਨੂੰ ਵੀ ਚੰਗੇ ਤਰੀਕੇ ਦੱਸੋ, ਲੇਕਿਨ ਪੋਜ਼ਿਟਿਵ ਰਹੋ ਅਤੇ ਪੋਜ਼ਿਟਿਵ ਰੱਖੋ, ਕਿਉਂਕਿ ਜ਼ਿੰਦਗੀ ਛੋਟੀ ਹੈ। ਸੋ ਆਪਾਂ ਖੁੱਲ੍ਹ ਕੇ ਹੱਸ ਕੇ ਅਤੇ ਖੁਸ਼ੀ ਨਾਲ ਜੀਣੀ ਹੈ। ਬਾਕੀ ਬਸ ਇੰਨਾ ਹੀ ਫਿਲਹਾਲ ਦੇ ਰਹੇ, ਤੁਸੀਂ ਵੇਖਦੇ ਰਹੋ ਸਿਨੇ ਪੰਜਾਬੀ, ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।